ਉਹਨੂੰ ਨਿਊਕਲੀਅਰ ਫਿਊਜ਼ਨ ਕਹਿੰਦੇ ਨੇ ਤੇ ਇਸ ਇਸ ਤਰ੍ਹਾਂ ਦੀ ਟੈਕਨੋਲੋਜੀ ਸਾਡੇ ਕੋਲ ਨਹੀਂ ਹੈਗੀ। ਕਿਹਾ ਕਿ ਤੁਸੀਂ ਜਦੋਂ ਜੂਜ ਜਾਂਦੇ ਹੋ ਤੁਸੀਂ ਇੰਟਰੈਕਟ ਨਹੀਂ ਕਰਦੇ। ਤੁਸੀਂ ਸਿਰਫ ਦੇਖਦੇ ਹੋ, ਛੇਰ ਦੇਖ ਲਿਆ ਆਜੀ ਵਧੀਆ ਵਧੀਆ ਵਧੀਆ। ਤੁਸੀਂ ਦੇਖ ਲਿਆ ਬਾਦਲ ਦੇਖ ਲਿਆ ਆਜੀ ਵਧੀਆ ਵਧੀਆ ਵਧੀਆ। ਤੇ ਉਦਾਂ ਹੀ ਮੇ ਵੀ ਜਦੋਂ ਏਲੀਅਨਸ ਆਂਦੇ ਹੋਣਗੇ ਉਹ ਦੇਖਦੇ ਹੋਣਗੇ। ਆਪਣੇ ਦਾੜੀ ਵੀ ਆਇਆ ਕਰਦੀ ਸੀ। ਦੇਖ। ਤੇ ਹਾਂ। आई डोंट नो मैन हाइड्रोजन है ना सब सब तो स्मॉलेस्ट एलिमेंट ओना नु भी फ्यूज ਕਰਨ ਲਈ ਇੰਨੀ ਜ਼ਿਆਦਾ એનર્ਜੀ ਚਾਹੀਦੀ ਹੈ ਨਾ ਕਿ ਵੀ ਐਕਸਿਟੀ ਦੀ એનર્ਜੀ ਚਾਹੀਏ ਦੋਨੋਂ ਬ్రో ਤੂੰ ਸਕੂਲ ਦੇ ਲੈਵਲ ਦੀ ਕਰਨ ਕਰਨ ਦੇ ਮੈਨੂੰ ਹੁਣ ਪੋਡਕਾਸਟ ਦੇ ਵਿੱਚ ਰੀਅਲਾਈਜ਼ ਹੁੰਦਾ ਵਿਆ ਤੇ ਇੱਥੇ ਐਸਵੇਟ ਗॉड ਬਹੁਤ ਜਾਣਿਆਂ ਨੂੰ ਸਮਝ ਨਹੀਂ ਆਏਗੀ ਅਹੀਂ ਕੀ ਗੱਲ ਕਰ ਰਹੇ ਹਾਂ ਬਹੁਤ ਜਾਣਿਆਂ ਨੂੰ ਨਹੀਂ ਸਮਝ ਗੱਲ ਆਏਗੀ ਕੁਝ ਮਹੀਨੇ ਲੱਗਣਗੇ ਮੇਬੀ ਕੁਝ ਸਾਲ ਲੱਗਣਗੇ ਬਿਫੋਰ ਯੂ ਗੈਟ ਦਿਸ ਬਟ ਨਾਓ ਜਿੰਨਾ ਜਿੰਨਾ ਮੈਂ ਲਾਈਵ ਜੱਗੇ ਵਧਨ ਦਿਆਂ ਵਾਂ ਜਿੱਤੇ ਜਿੱਤੇ ਮੈਂ ਲੋਕਾਂ ਨਾਲ ਗੱਲ ਕਰਦਾ ਵਾਂ ਕੋਈ ਕਿਹਾ ਦੀ ਮੈਨੂੰ ਕੁਐਸਚਨ ਬੜੇ ਵੀਅਰਡ ਆਉਂਦੇ ਨੇ ਵਾਟ ਡੂ ਯੂ ਥਿੰਕ ਦਿਸ ਐਗਜ਼ਿਸਟਸ ਆਈ ਡੋਨੋ ਮੈਨ ਆਈ ਡੋਨੋ ਹੱਥ ਖੜੇ ਨੇ ਪਤਾ ਨਹੀਂ ਹੱਥ ਖੜੇ ਨੇ ਜਿੰਨਾ ਮੈਂ ਦੁਨੀਆ ਜਾਣਨ ਦੇ ਆ ਨਾ ਹੱਥ ਮੇਰੇ ਖੜੇ ਹੋਈ ਜਾ ਰਹੇ ਨੇ ਕਿ ਆਪਣਾ ਦਿਮਾਗ ਇਸ ਸੋ ਸਮਾਲ ਮੈਨ ਇੱਕ ਹੋਰ चीज ਕਿਹਾ ਯੂ ਕੇ ਦੇ ਜਸੋ ਲੌਗ ਦੇਖਦਾ ਵਾ ਦੇ ਆ ਬਿਟ ਅਗਲੀ ਜਸਟ ਆਈ ਡੋਨਟ نو ਕਿ ਮੇਰੀ ਅਬਜ਼ਰਵੇਸ਼ਨ ਹੀ ਹੈ ਕਿ ਦੇ ਆ ਜਸ ਸਿਮੈਟਰੀ ਜਿਹੜੀ ਹੁੰਦੀ ਨਾ ਫੇਸ ਦੀ ਸਲਾਈਟਲੀ ਆਊਟ ਹੁੰਦੀ ਹੈ ਐਂਡ ਮੈਂ ਕਦੀ ਕਿਸੇ ਨੂੰ ਦੰਦ ਕਿ ਵਾਏ ਕਿ ਇਹ ਬੰਦੇ ਇਦਾਂ ਦੇ ਨੇ ਫਿਰ ਮੈਂ ਸੋਚਦਾ ਨਾ ਮੇਬੀ ਇਨ ਬ੍ਰੈਡ ਕਰਕੇ ਕਿ ਮੇਬੀ ਕਿਉਂਕਿ ਐਂਸ਼ੀਐਂਟ ਟਾਈਮਸ ਦੇ ਵਿੱਚ ਫੈਮਿਲੀ ਦੇ ਅੰਦਰ ਹੀ ਸਾਰਾ ਕੁਝ ਰਹਿੰਦਾ ਸੀ ਕਿ ਅਗਰ ਤੁਸੀਂ ਇੱਕ ਪ੍ਰਿੰਸ ਪੈਦਾ ਕਰਨਾ ਹੈ ਤੋ ਬ੍ਰਦਰ ਸਿਸਟਰ ਜੀ ਹੋਣਾ ਚਾਹੀਦਾ ਪਿਓਰ ਬਲੱਡ ਮਤਲਬ ਉਹ ਰਾਇਲ ਫੈਮਿਲੀ ਦੀ ਗੱਲ ਕਰ ਰਹੇ ਆ ਰਾਇਲ ਫੈਮਿਲੀ ਉਹਦਾ ਵੀ ਜਿਹੜੇ ਉਧਰ ਦੇ ਵਸਨੀਕ ਨੇ ਨਾ ਥੀਥ ਇਸ ਆਊਟ ਥੀਥਾ ਆਊਟ ਐਂਡ ਜਸਟ ਉਹਨਾਂ ਦਾ ਫੇਸ ਦੀ ਸਿਮੇਟਰੀ ਬੜੀ ਅਜੀਬ ਜਿਹੀ ਲੱਗਦੀ ਮੈਨੂੰ ਉਹਨਾਂ ਦੇ ਬੋਲਣ ਦੇ ਵਿੱਚ ਪੌਸ਼ ਇੰਗਲਿਸ਼ ਬਹੁਤ ਸੋਹਣੀ ਹੈ ਬਟ ਉਹਨਾਂ ਦਾ ਫੇਸ ਤੋਂ ਧਿਆਨ ਨਹੀਂ ਹਟਦਾ ਆ ਜਸਟ ਫਾਈਂਡ ਹਮ ਸੋ ਅਗਲੀ ਆਈ ਡੋਟ ਨੋ ਫੋਰ ਵਾਟ ਰੀਜ਼ਨ ਅਗਰ ਮੈਂ ਉਹ ਹੀ ਹੁਣ ਗੋਰੇ ਤੇ ਗੋਰੀ ਹੀ ਹੈ ਫੋਰ ਆਪਣੇ ਵਾਸਤੇ ਜਦੋਂ ਆਪਾਂ ਇੰਡੀਅਨਸ ਨੂੰ ਵੀ ਦੇਖਦੇ ਆ ਨਾ ਅਲੱਗ ਅਲੱਗ ਤਰ੍ਹਾਂ ਦੇ ਇੰਡੀਅਨਸ ਨੇ ਕਿ ਪੰਜਾਬੀ ਇੰਡੀਅਨਸ ਹੋਗੇ ਕਸ਼ਮੀਰੀ ਇੰਡੀਅਨਸ ਹੋਗੇ ਗੁਜਰਾਤੀ ਇੰਡੀਅਨਸ ਹੋਗੇ ਸਾਊਥ ਇੰਡੀਅਨਸ ਹੋਗੇ ਤੇ ਹਰੇਕ ਦੀ ਇੱਕ ਲੁੱਕ ਨਾ ਅਲੱਗ ਜੀ ਆਂਦੀ ਹੈ ਕਿ ਯੂ ਕੈਨ ਟੈਲ ਬਾਈ ਫੇਸ ਕਿ ਬੰਦਾ ਕਿੱਥੋਂ ਦਾ ਹੋ ਸਕਦਾ ਤੁਸੀਂ ਅਨੁਮਾਨ ਐਟਲੀਸ ਲਗਾ ਸਕਦੇ ਹੋ ਤੇ ਉਦੋਂ ਜਦੋਂ ਮੈਂ ਕਿ ਬ੍ਰਿਟਿਸ਼ ਬੰਦੇ ਨੂੰ ਦੇਖਦਾ ਨਾ ਆ ਯੂ ਕੇ ਦਾ ਨਾ ਕਿ ਹਾਂ ਦੇ ਲੇਕ ਹਾਊ డు ਯੂ نو ਆ ਲੇਕ ਆ ਜਸਟ ਨੋ ਮੈਨ 3 out of 10 year <laughs> out, out of 10 matlab you ke to idda mai dekh ke ke mai bhi meri observation power thodi zyada hi hai mai observe bo karta iddi cheezan mai i don't know mai idda found kita ki main idda di ek observation mai thodi ji alag kiti ho acv um loki jida mai shuru je bahar aaya te mai france ch aaya ek saal mai utthe reha 1.5 saal utthe reha fir germany ch reha thodi thode minute ਫਿਰ ਯੂਕੇ ਚਾਇਆ ਫਿਰ ਮੈਨੂੰ ਮੈਨੂੰ ਲੱਗਿਆ ਵੀ ਯੂਕੇ ਜਦੋਂ ਆਇਆ ਤੇ ਮੈਨੂੰ ਲੱਗਿਆ ਯਾਰ ਲੋਕੀ ਇੱਥੇ ਜ਼ਿਆਦਾ ਅਨਫਿਟ ਦਿਖਦੇ ਨੇ ਹੂੰ ਜ਼ਿਆਦਾ ਲੋਕੀ ਤੇ ਅਨਫਿਟ ਦਿਖਦੇ ਨੇ ਮੀਨਸ ਕਿ ਥੋੜਾ ਅਮਰੀਕਨ ਅਮਰੀਕਨ ਥੋੜਾ ਜਿਹਾ ਓਬੈਸਿਟੀ ਕ੍ਰਾਈਸਿਸ ਹਾਂ ਥੋੜਾ ਜਿਹਾ ਮੈਨੂੰ ਲੱਗਦਾ ਇੱਥੇ ਤੇ ਹੁਣ ਵੀ ਮੈਂ ਕਿਉਂਕਿ ਮੇਰਾ ਬ੍ਰਦਰ ਹੈਗਾ ਫਰਾਂਸ 'ਚ ਮੈਂ ਉੱਥੇ ਜਾਣਾ ਤੇ ਜ਼ਿਆਦਾ ਲੋਗ ਉਥੇ ਫਿਟ ਨਜ਼ਰ ਆਉਂਦੇ ਨੇ ਤੇ ਉਥੇ ਮੈਕਡੋਨਲਡਸ ਤੇ KFC ਦੀ ਕਟ ਨਜ਼ਰ ਆਉਂਦੇ ਨੇ ਆਈ ਥਿੰਕ ਮੈਂ ਕੀ ਹੋ ਫੀਲ ਕਰਦਾ ਹੁਣ ਅਗਰ ਅਮਰੀਕਾ ਦੀ ਗੱਲ ਕਰਾਂ ਨਾ ਆਈ ਥਿੰਕ ਉਹਨਾਂ ਦੀ 40% ਜਾਂ 49% ਪੋਪੂਲੇਸ਼ਨ ਅਬੀਸ ਹੈ which is a really bad thing ਠੀਕ ਹੈ ਤੇ ਪਹਿਲੀ ਵਾਰੀ ਇਹ ਟਾਈਮ ਹੈ ਕਿ ਗਰੀਬ ਬੰਦਾ ਮੋਟਾ ਨਹੀਂ ਦ ਫਰਸਟ ਟਾਈਮ ਇਨ ਹਿਸਟਰੀ ਤੇ ਫਿਰ ਮੈਂ ਜਦੋਂ ਦੇਖਦਾ ਹਾਂ ਫਰਾਂਸ ਜਿੱਦਾ ਕਿਹਾ ਉੱਤੇ ਲੋਕੀ ਬੜੇ ਫਿਟ ਨੇ ਉਹਨਾਂ ਦੇ ਨਾ ਉਹ ਬੜੇ ਪ੍ਰਾਊਡ ਲੋਗ ਨੇ ਆਈ ਥਿੰਕ ਐਂਡ ਹਰੇਕ ਚੀਜ਼ ਦੇ ਵਿੱਚ ਉਹ ਲੈਂਦੇ ਨੇ ਕਿ ਇਹ ਸਾਡਾ ਤੇ ਖਾਣੇ ਦੇ ਵਿੱਚ ਵੀ ਉਹਨਾਂ ਨੂੰ ਫੀਲ ਹੁੰਦਾ ਹੋਵੇਗਾ ਕਿ ਯੋਨੋ ਸਾਡਾ ਖਾਣਾ ਜਿੱਦਾ ਅਕਵਾਈਨ ਵੀ ਪੀਂਦੇ ਨੇ ਨਾ ਵਾਈਨ ਦੇ ਵਿੱਚ ਆਈ ਡੋਨੋ ਕਿ ਕੋਈ ਮੋਲੀਕੂਲ ਹੁੰਦਾ ਜਿਹੜਾ ਤੁਹਾਨੂੰ ਖਾਸ ਕਰ ਰੈੱਡ ਵਾਈਨ ਦੇ ਵਿੱਚ ਕਿ ਥੋੜਾ ਜਵਾਨ ਰਹਿਣ ਦੇ ਵਿੱਚ ਜਾਂ ਥੋੜਾ ਜਆ ਤੁਹਾਡੀ ਲੰਬੀ ਉਮਰ ਕਰਨ ਦੇ ਵਿੱਚ ਉਹ ਥੋੜਾ ਸਹਾਇਕ ਹੁੰਦਾ ਠੀਕ ਹੈ ਇੱਕ ਉਹ ਫਰਾਂਸ ਦਾ ਏਰੀਆ ਹੈ ਕਿ ਉੱਥੇ ਨਾ ਵਾਈਨ ਬੜੀ ਉਹਨਾਂ ਦੀ ਸਪੈਸ਼ialਟੀ ਹੈ ਉੱਥੋਂ ਦੇ ਲੋਕ ਉਹਨਾਂ ਨੇ ਅਬਜ਼ਰਵ ਕੀਤਾ ਕਿ ਉਹ ਜ਼ਿਆਦਾ ਜਿੰਦਾ ਰਹਿੰਦੇ ਨੇ ਲੰਬੇ ਟਾਈਮ ਤੱਕ ਤੇ ਫਰਾਂਸ ਇਸ ਲਈ ਉਹ ਫਿਟ ਨੇ ਤੇ ਹੁਣ ਅਮਰੀਕਾ ਦੀ ਜਦੋਂ ਗੱਲ ਆਉਂਦੀ ਹੈ ਯਾਰ ਇੰਨੇ ਮੋਟੇ ਕਿਉਂ ਲੋਕ ਨੇ ਹਰ ਅਮਰੀਕਾ ਵਾਸ ਫਾਊਂਡਡਡ ਔਨ ਲਾਈਕ ਲੈਟਸ ਸੇ ਜਿਹਦਾ ਅਮਰੀਕਨ ਡਰੀਮ ਬਾਅ ਕਹਿੰਦੇ ਆ ਨਾ ਅਮਰੀਕਨ ਡਰੀਮ ਕਿ ਕੰਮ ਕਰੋ ਤੇ ਤੁਸੀਂ ਕੁਝ ਵੀ ਹੋਵੋਗੇ ਤੇ ਜਦੋਂ ਉਹ ਮੈਂਟੈਲਿਟੀ ਆ ਗਈ ਉੱਥੇ ਫਿਰ ਤੁਹਾਨੂੰ ਟਾਈਮ ਦੀ ਬੜੀ ਕਮੀ ਰਹਿੰਦੀ ਹੈ ਦੈਨ ਯੂ ਕਾਂਟ ਫੋਕਸ ਔਨ ਆਰਟ ਯੂ ਕਾਂਟ ਫੋਕਸ ਕਿ ਮੈਂ ਫੂਡ ਦੇ ਉੱਤੇ ਧਿਆਨ ਦਵਾਂ ਯੂ ਕਾਂਟ ਫੋਕਸ ਕਿ ਮੈਂ ਅੱਜ ਨਾ ਕੁਕਿੰਗ ਯੂ نو ਮੈਂ ਕੁਕਿੰਗ ਕਰਨ ਦਾ ਦੇਣ ਲਗਾ ਨੋ ਯੂ ਡੋਨਟ ਹੈਵ ਦੋਸ ਥਿੰਗਸ ਲਾਈਕ ਡੂ অর ਡਾਈ ਕਾਂਟ ਆਫ ਮੈਂਟੈਲਿਟੀ ਤੇ ਉਹ ਟਾਈਮ ਬਚਾਉਣ ਵਾਸਤੇ ਤੁਸੀਂ ਨਿੱਕੀਆਂ ਨਿੱਕੀਆਂ ਸ਼ਾਰਟ ਚੀਜ਼ਾਂ ਲੱਭ ਲੈਂਦੇ ਸ਼ਾਰਟਕਟਸ ਉਹਨਾਂ ਵਿੱਚੋਂ ਇੱਕ ਖਾਣਾ ਵੀ ਆਂਦਾ ਐਂਡ ਮੈਕਡੋਨਲ ਜਦੋਂ ਆਇਆ ਸੀ ਆਈ ਥਿੰਕ 1 ਡਾਲਰ ਦਾ 버ਗਰ ਸੀ ਉਹਨਾਂ ਦਾ ਤੇ ਉਹ ਫਾਊਂਡਡ ਹੀ ਫੈਕਟਰੀਆਂ ਦੇ ਅਰਾਊਂਡ ਹੋਇਆ ਸੀ ਕਿ ਆਓ ਕੁਇਕ ਬ੍ਰੇਕਫਾਸਟ ਕੁਇਕ ਲੰਚ ਅੰਡਾਂ ਤੇ ਉਥੋਂ ਦੀ ਉਹ ਚੀਚ ਜਲੀ ਤੇ ਹੁਣ ਅਮਰੀਕਾ ਮोटा ਹੁੰਦਾ ਪਿਆ ਤੇ ਯੂਕੇ ਦੇ ਵਿੱਚ ਮੇਬੀ ਉਹ ਅਮਰੀਕਾ ਨੂੰ ਨਾ ਕਾਪੀ ਕਰਨ ਦੀ ਕੋਸ਼ਿਸ਼ ਕਿ ਹਰੇਕ ਜੋ ਕਲਚਰ ਹੈ ਅਮਰੀਕਾ ਦਾ ਸੀ ਕਾਪੀ ਕਰਨਾ ਤੇ ਮੇਬੀ ਉਹ ਕੰਪੀਟੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਹੀ ਮੈਕਡੋਨਲਡ ਨੇ KFC ਨੇ ਪੈਨੇਟ੍ਰੇਟ ਕਰਤਾ ਹੈ ਯੂਕੇ ਦਾ ਕਲਚਰ ਵੀ ਹੂੰ ਠੀਕ ਹੈ ਹਾਂ ਮੈਨੂੰ ਲੱਗਦਾ ਵੀ ਯੂਕੇ ਅਮਰੀਕਾ ਤੋਂ नॉट ओनली ज्योग्राफिकली मतलब जियोग्राफिकली हैगा ही है नीयरैस बट कल्चरली भी नीयरैसट है, है क्योंकि hmm. एक लैंगुएज इंग्लिश होगी है ना yeah. थोड़ा जहा जो इकनोमिक स्ट्रक्चर है वह भी थोड़ा जा पूरी तरह कैपीटलिस्ट तो नहीं है यूके जी पर थोड़ा उसी तरफ इनकलीनेशन है ਵੈਰਸ ਜੇ ਤੁਸੀਂ ਫਰਾਂਸ ਜਾਓ ਤੇ ਜਰਮਨੀ ਜਾਓ ਤੇ ਥੋੜਾ ਸੋਸ਼ਲਿਸਟ ਇਕਨੋਮਿਕ ਸਟਰਕਚਰ ਤੁਹਾਨੂੰ ਦਿਖਦਾ ਹੈ ਤੇ ਤੁਹਾਨੂੰ ਜਿਹੜੀ ਵੱਡੀ ਚੇਨ ਫੂਡ ਚੇਨ ਹੈ ਜਾਂ ਨਾ ਫੂਡ ਚੇਨ ਅਮ ਇਹ ਰੈਸਟੋਰੈਂਟ ਚੇਨਸ ਹੈ ਜਾਂ ਇਹ ਤੁਹਾਨੂੰ ਘੱਟ ਦਿਖਣਗੇ ਲੋਕਲ ਰੈਸਟੋਰੈਂਟਸ ਤੁਹਾਨੂੰ ਜ਼ਿਆਦਾ ਦਿਖਣਗੇ ਉਹਦਾ ਮਤਲਬ ਹੈ ਵੀ ਤੁਸੀਂ ਲੋਕਲ ਡਿਸ਼ੇਸ ਨੇ ਉਹਨਾਂ ਉਹ ਜ਼ਿਆਦਾ ਟਰਾਈ ਕਰ ਸਕਦੇ ਹੋ ब्रेकफास कर दुकी हा वो थोड़ा जाम जा mm. पर, mm. पर, पर मेनो थोड़ा जा mm, लगता है situation ਜਿੱਦੋਂ ਕੰਪਕ ਹੋਣ ਨੇ ਆ ਚਲੋ ਇਹ ਤੇ ਕਲਚਰ ਦੀ ਗੱਲ ਰਹੀ ਨਾ ਜਿੱਦਾਂ ਮੈਂ ਅਮਰੀਕਾ ਦੀ ਗੱਲ ਕੀਤੀ ਕਿ ਉੱਥੇ ਹਮੇਸ਼ਾ ਆ ਕਿ ਬਿਜ਼ਨਸਮੈਨ ਅਗਰ ਕੋਈ ਬਿਜ਼ਨਸ ਕਰਨਾ ਚਾਹੁੰਦਾ ਨਾ ਅਮਰੀਕਾ ਤੋਂ ਵਧੀਆ ਕੋਈ ਚੀਜ਼ ਨਹੀਂ ਠੀਕ ਹੈ ਤੇ ਫ੍ਰੈਂਚ ਕਲਚਰ ਦੇ ਵਿੱਚ ਲੋਕੀ ਪ੍ਰਾਊਡ ਨੇ ਥੋੜੇ ਜਿਹੀ ਘਮੰਡੀ ਨੇ ਕਹਿ ਲੀਏ ਤੇ ਯੂਕੇ ਦੇ ਵਿੱਚ ਕਿਦਾਂ ਦੀ ਵਾਏ ਵੇ ਜਿੱਦਾਂ ਮੈਂ ਨਿਊਜ਼ੀਲੈਂਡ ਦੀ ਗੱਲ ਕਰਾਂ ਨਾ ਨਿਊਜ਼ੀਲੈਂਡ ਦੇ ਵਿੱਚ ਕੀ ਹੁੰਦਾ ਕਿ ਇਸ ਟਾਈਮ ਮੈਂ ਕਹਿਣਾ ਹੁੰਦਾ ਕਿ ਜਿਹੜੇ ਇਮੀਗ੍ਰੈਂਟ ਨੇ ਨਾ ਉਹ ਕੰਟਰੀ ਚ ਲਾਉਂਦੇ ਨੇ ਕਿ ਇਮੀਗ੍ਰੈਂਟ ਬੰਦਾ ਗਰੀਬ ਕੰਟਰੀ ਚੋਂ ਆਉਂਦਾ ਠੀਕ ਹੈ ਮੇਰੇ ਵਰਗਾ ਬੰਦਾ ਇੱਕ ਛੋਟੇ ਜਿਹੇ ਵਿਲੇਜੋਂ ਆਉਂਦਾ ਤੇ ਸਾਨੂੰ ਇੱਥੇ ਆ ਕੇ ਨਾ ਓਪਰਚ्युनिटी ਲੱਗਦੀ ਹੈ ਤੇ ਹਰੇਕ ਓਪਰਚ्युनिटी ਦੇ ਵਿੱਚ ਕੀ ਹੁੰਦਾ ਕਿ ਅਸੀਂ ਪਹਿਲੀ ਗੱਲ ਤੇ ਸਾਨੂੰ ਡਰ ਹੁੰਦਾ ਸਾਨੂੰ ਵਾਪਸ ਨਾ ਭੇਜ ਦੇਣ ਤੇ ਅਸੀਂ ਬੜੇ ਹਾਰਡ ਵਰਕਿੰਗ ਆ ਇਮੀਗ੍ਰੈਂਟਸ ਇੱਥੇ ਆ ਗਏ ਇੱਥੋਂ ਦੇ ਜਿਹੜੇ ਲੋਕ ਨੇ ਨਾ ਬੜੇ ਲੇਜੀ ਨੇ ਬੜੇ ਸੁਸਤ ਨੇ ਕਿ ਛੁੱਟੀ ਕਰ ਲੈਣਗੇ ਜਦੋਂ ਮਰਜੀ ਅੱਜ ਮੈਂ ਸਿੱਖਿਆ ਜੀ ਤੇ ਸਾਡੇ ਇਮੀਗ੍ਰੈਂਟਸ ਦੇ ਵਿੱਚ ਜਾਂ ਇੰਡੀਅਨਸ ਦੇ ਵਿੱਚ ਖਾਸ ਕਰ ਇਹ ਚੀਜ਼ ਨਹੀਂ ਹੁੰਦੀ ਯਾਰ ਆਪਾਂ ਨੂੰ ਡਰਜਾ ਬਣੇ ਰਹਿੰਦੇ ਯਾਰ ਛੁੱਟੀ ਨਹੀਂ ਕਰਨੀ ਆਵਾ ਕੰਮ ਤੇ ਜਾਣਾ ਹੀ ਜਾਣਾ ਤੇ ਨਿਊਜ਼ੀਲੈਂਡ ਦੇ ਜਿਹੜੇ ਇੱਥੋਂ ਵਸਨੀਕ ਨੇ ਥੋੜੇ ਲੇਜੀ ਨੇ ਥੋੜੇ ਲੇਟ ਬੈਕ ਨੇ ਕਿ ਬੀਚ ਤੇ ਜਾਓ ਨਜ਼ਾਰੇ ਲਓ ਤੇ ਯੂਕੇ ਦੇ ਵਿੱਚ ਜਾਂ ਯੂਕੇ ਦੇ ਕਲਚਰ ਦੇ ਵਿੱਚ ਵੀ ਇਹ ਚੀਜ਼ ਹੈ ਕਿ ਇਮੀਗਰੈਂਟ ਜਿਹੜੇ ਨੇ ਉਹ ਜ਼ਿਆਦਾ ਮਿਹਨਤ ਕਰਦੇ ਨੇ ਇੱਥੋਂ ਦੇ ਵਸਨੀਕ ਨਾਲੋਂ ਮੈਨੂੰ ਲੱਗਦਾ ਹੈ ਜਿਹੜੇ ਗਰਾਊਂਡ ਦੇ ਲੱਗੇ ਜਿਹੜੇ ਕੰਮ ਨੇ ਇਨ ਜਿੱਥੇ ਫਿਜ਼ੀਕਲ ਐਫਰਟ ਜ਼ਿਆਦਾ ਹੈ ਉੱਥੇ ਡੈਫੀਨੇਟਲੀ ਇਮੀਗ੍ਰੈਂਟ ਪੋਪੂਲੇਸ਼ਨ ਤੁਹਾਨੂੰ ਜ਼ਿਆਦਾ ਦਿਖੇਗੀ। ਹੂੰ ਤੇ ਬ੍ਰੈਕਸਿਟ ਦੇ ਬ੍ਰੈਕਸਿਟ ਦਾ ਇੱਕ ਇਮੀਡੀਏਟ ਇੰਪੈਕਟ ਇਹ ਸੀਗਾ ਵੀ ਕਿਉਂਕਿ ਈਸਟ ਯੂਰਪ ਤੋਂ ਕਾਫੀ ਇਮੀਗ੍ਰੈਂਟਸ ਆਉਂਦੇ ਸੀ ਸੀਜ਼ਨਲ ਇਮੀਗ੍ਰੈਂਟਸ ਜਿਹੜੇ ਫੋਰ ਏਗਜ਼ਾਮਪਲ ਕਿਸੇ ਫਾਰਮ 'ਚ ਕੰਮ ਕਰ ਰਹੇ ਨੇ ਸਟਰਾਬਰੀਜ਼ ਪਿਕ ਕਰ ਰਹੇ ਨੇ ਹਨਾ ਤੇ ਬ੍ਰੈਕਸਿਟ ਹੋਣ ਤੋਂ ਬਾਅਦ ਉਹਨਾਂ ਦਾ ਆਣਾ ਮੁਸ਼ਕਿਲ ਹੋ ਗਿਆ। ਤੇ ਫਿਰ ਇਹਨਾਂ ਨੂੰ ਉਹ ਉਹ ਉਹਨਾਂ ਦੇ ਲਈ ਫਿਰ ਕੋਈ ਪ੍ਰੋਵੀਜ਼ਨਸ ਕਰਨੇ ਪਏ ਵੀ ਓਕੇ ਫੋਰ ਫੋਰ ਦਿਸ ਕਾਈਂਡ ਆਫ ਲੇਬਰ ਇਸ ਇਸ ਤਰ੍ਹਾਂ ਦੀ ਲੇਬਰ ਲਈ ਇੰਨੇ ਮਿੰਨੇ ਦਾ ਵੀਜ਼ਾ ਅਲਾਉਡ ਹੈ ਤੇ ਤੇ ਉਹ ਲੋਕੀ ਬਹੁਤ ਮਿਹਨਤ ਕਰਦੇ ਨੇ ਹਮ ਪਰ ਜਿੰਨਾ ਮੈਂ ਦੇਖਿਆ ਹੈ ਅਮ ਜਿਹੜੇ ਇੰਗਲਿਸ਼ ਨੇਟਿਵ ਲੋਗ ਨੇ ਉਹ ਵੀ ਕੋਈ ਘੱਟ ਮਿਹਨਤ ਨਹੀਂ ਕਰਦੇ ਜਿੰਨਾ ਮੇਰਾ ਐਕਸਪੀਰੀਅੰਸ ਹੈ ਉਹ ਉਦਾਂ ਨਹੀਂ ਵੀ ਐਕਸਟਰਾ ਆਵਰਸ ਨਹੀਂ ਕਰਨਗੇ ਉਹ ਮੇਰਾ ਪ੍ਰੋਫੈਸਰ ਸੀ ਜਿਹੜਾ ਸੁਪਰਵਾਈਜ਼ਰ ਸੀ ਮੇਰਾ ਪੀ ਐਚ ਡੀ ਦਾ ਜਾਂ ਫਿਰ ਹੁਣ ਇੱਥੇ ਮੇਰਾ ਬੌਸ ਹੈਗਾ ਐਮ ਜਿਸ ਕੰਪਨੀ ਚ ਮੈਂ ਕੰਮ ਕਰਦਾ ਇਹਨਾਂ ਚ ਕੋਈ ਵੀ ਮੈਨੂੰ ਇਦਾਂ ਨਹੀਂ ਲੱਗਿਆ ਯਾ ਕੋਲੀਗਸ ਮੈਨੂੰ ਇਦਾਂ ਨਹੀਂ ਲੱਗੇ ਵੀ ਕੰਮ ਚੋਰੀ ਕਰ ਰਹੇ ਨੇ ਹਮ ਉਹ ਆਪਣਾ ਜਿੰਨਾ ਆਵਰਸ ਨੇ ਉਹ ਲਾਉਂਦੇ ਨੇ ਫਿਰ ਉਹਦੇ ਉਹਨਾਂ ਦੇ ਬਾਹਰ ਨਹੀਂ ਉਹਨਾਂ ਦੇ ਬਾਹਰ ਨੀ ਕੰਮ ਕਰਦੇ ਹੋ ਇਸ ਤਰ੍ਹਾਂ ਦਾ ਮੀਨਸ ਕਿ ਮੈਨੂੰ ਥੋੜੀ ਓਨੈਸਟ ਪਾਲਿਸੀ ਲੱਗਦੀ ਹੈ ਵੀ ਇਹ ਫੇਅਰ ਸੈਲਫ ਫੇਅਰ ਟੂ ਦਾ ਵਰਕ ਮਤਲਬ ਕਿ ਹਰੇਕ ਚੀਜ਼ ਸ케ਜੂਲਡ ਹੈ ਕਿ ਮੈਂ 9 ਵਜੇ ਆ ਗਿਆ ਵਾਂ 5 ਵਜੇ ਮੈਂ ਫਿਨਿਸ਼ ਕਰਨਾ ਦੈਟਸ ਇਟ ਇਤੋਂ ਐਕਸਟਰਾ ਨਹੀਂ ਆਈ ਥਿੰਕ ਥਿਸ ਇਜ਼ ਦਾ ਬੈਸਟ ਵੇ ਟੂ ਲੁੱਕ ਐਟ ਥਿੰਗਸ ਕਿਉਂਕਿ ਬੱਕ ਕਦੀ ਕਦੀ ਦੇਖਦਾ ਵਾਂ ਕਿ ਜਿਦਾ ਇਮੀਗ੍ਰੈਂਟ ਸੀ ਜਾਂ ਇੰਡੀਅਨਸ ਦੀ ਆਪਣੀ ਪੰਜਾਬੀ ਕਮਿਊਨਿਟੀ ਦੀ ਮੈਂ ਗੱਲ ਕਰਾਂ ਕਿ ਅਸੀਂ 16 16 ਘੰਟੇ ਕੰਮ ਕਰਦੇ ਹਾਂ 16 16 ਘੰਟੇ ਵਿਚ ਇਜ਼ ਨਾਟ ਹੈਲਦੀ ਟੂ ਸਟਾਰਟ ਵਿਦ ਕਿ ਸਾਰੀ ਜੋ ਜਵਾਨੀ ਹੈ ਨਾ ਆਪਾਂ ਉਹਦੇ ਵਿੱਚ ਲਾਤੀ ਫਿਰ ਆਪਾਂ ਕਹਿੰਦੇ ਜੀ ਮੈਂ ਮੋੜ ਗਏ ਜਾਂ ਪੇ ਕਰਤੀ ਜਾਂ ਮੇਰੇ ਕੋਲ ਦੋ ਕਰ ਰਹੇ ਆ ਲਾਈਕ ਵਾਟ ਇਜ਼ ਦਾ ਪੁਆਇੰਟ ਮੈਨ ਠੀਕ ਹੈ ਜਵਾਨੀ ਤੇ ਸਾਰੀ ਤੂੰ ਗਾਲ ਲਈ ਤੇ ਉਹ ਆਈ ਥਿੰਕ ਕੀ ਹੋ ਜਾਂਦੇ ਨੇ ਹਾਂ ਹਾਂ ਸਹੀ ਹੈ ਮਤਲਬ ਨਾ ਨਾਥਿੰਗ ਇਜ਼ ਫॉर ਫ੍ਰੀ ਮੈਂ ਕਹਿੰਦਾ ਵਾਂ ਕਿ ਹਰੇਕ ਚੀਜ਼ ਜੋ ਵੀ ਆਂਦੀ ਪਈ ਹੈ ਨਾ ਤੁਹਾਡੇ ਕੋਲ ਭਾਵੇਂ ਪੈਸਾ ਵੀ ਹੈ देयर इज ਅ ਕਾਸਟ ਅਟੈਚਡ ਟੂ ਇਟ ਤੁਸੀਂ ਤੁਹੀ ਬੈਲੈਂਸ ਕਰਨਾ ਹੈ ਕਿ ਕਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਤਵੱਜੋ ਦੇਣੀ ਹੈ ਤੇ ਜਿਹੜੀ ਯੂਕੇ ਦੀ ਤੂੰ ਪਾਲਿਸੀ ਦੀ ਗੱਲ ਕਹੀ ਨਾ ਕਿ ਜਿੱਦਾਂ ਦਾ ਉਹਨਾਂ ਦਾ ਕਲਚਰ ਹੈ ਤੇ ਉਹ ਵੀ ਮੈਂ ਮੰਨਦਾ ਵੀ ਕਿਤੇ ਨਾ ਕਿਤੇ ਤਾਂ ਹੀ ਉਹ ਮੇਬੀ ਉਹਨਾਂ ਨੇ ਦੁਨੀਆ ਦੇ ਰੂਲ ਕੀਤਾ ਕਿ ਹਰੇਕ ਚੀਜ਼ ਬੜੀ ਸਕੈਜੂਲਡ ਹਰੇਕ ਚੀਜ਼ ਬੜੀ ਪਲਾਨਡ ਤੇ ਆਈ ਥਿੰਕ ਥੈਟ ਇਜ਼ ਦਾ ਵੇ ਟੂ ਗੋ ਤਿੰਨਾ ਤੇ ਹੋਰ ਇੱਕ ਚੀਜ਼ ਮੈਂ ਪੁੱਛਣੀ ਸੀ ਕਿ ਜਿੱਦਾਂ ਨਾ ਨਿਊਜ਼ੀਲੈਂਡ ਦੇ ਵਿੱਚ ਸਾਡੀ ਮੇਨ ਹੈਗੀ ਏ ਕਿ ਮੀਟ ਇੰਡਸਟਰੀ ਇਥੋਂ ਮੀਟ ਮੀਡੀਆ ਫਾਰਮਿੰਗ ਇੰਡਸਟਰੀ ਸਟਨ ਨਿਊਜ਼ੀਲੈਂਡ ਦਾ ਮੇਨ ਹੈ ਯੂਕੇ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਬੜੀ ਮੇਨ ਹੈ ਜਾਂ ਬੜੀ ਖਾਸ ਹੈ ਕੀ ਏਰੋਸਪੇਸ ਇਹ ਚੀਜ਼ ਇੱਥੇ ਕਾਫੀ ਮੇਨ ਚੀਜ਼ ਹੈ ਹੁਣ ਏਵੀਏਸ਼ਨ ਇੰਡਸਟਰੀ ਮੇਰੇ ਖਿਆਲ ਨਾਲ ਇੰਜੀਨੀਅਰਿੰਗ ਸੈਕਟਰ ਐਸ ਅ ਹੋਲ ਕਾਫੀ ਪ੍ਰੋਮੀਨੈਂਟ ਹੈਗਾ ਤੇ ਇਸ ਤੋਂ ਵੀ ਜ਼ਿਆਦਾ ਪ੍ਰੋਮੀਨੈਂਟ ਮੇਰੇ ਖਿਆਲ ਨਾਲ ਜਿਹੜੀ ਚੀਜ਼ ਯੂ ਕੈਨ ਰਿਪਰੈਜ਼ੈਂਟ ਕਰਦੀ ਹੈ ਅੱਜ ਦੇ ਟਾਈਮ ਤੇ ਉਹ ਹੈ ਇਹ ਫਾਈਨੈਂਸ ਫਾਈਨੈਂਸ ਇਨ ਆਦਰ जोड़ा सैक्टर है um, वो मेनली लंडन हब है हाँ पर इनफलुएंस फिर पूरे कंट्री थ फाइनैंसिस एंड दैन इंजीनियरिंग इंजीनियरिंग हाँ काफ़ी इन इनफलुएंस है ऑटोमोबील कार वाले सैक्टर से इन इनफलूएंस थोड़ा घट गया पर एरोस्पेस यहाँ का इनफलुएंस काफ़ी हले भी है तो फिर एजुकेशन education ਇਹਨਾਂ ਨੇ ਆਪਣਾ ਜਿਹੜਾ ਸੈਕਟਰ ਹੈ ਉਹ ਕਾਫੀ ਸਟਰੋਂਗ ਕੀਤਾ ਹੈ ਸਪੈਸ਼ਲੀ ਹਾਇਰ এডਿਕੇਸ਼ਨ ਤੇ ਐਫਏ ਆਲਮੋਸਟ 40 ਟੂ 50 ਪਰਸੈਂਟ ਬਾਹਰ ਤੋਂ ਸਟੂਡੈਂਟਸ ਆਂਦੇ ਨੇ ਤੇ ਉਹ ਕਾਫੀ ਮੋਟਾ ਪੈਸਾ ਸਿਸਟਮ ਚ ਪਾਉਂਦੇ ਨੇ ਤੇ ਤੇ ਡਿਊਰਿੰਗ ਕੋਵਿਡ ਕੋਵਿਡ ਦੇ ਦੌਰਾਨ ਇਹਨਾਂ ਨੂੰ ਯੂਨੀਵਰਸਿਟੀਆਂ ਨੂੰ ਕਾਫੀ ਨੁਕਸਾਨ ਹੋਇਆ ਸੀ ਵੀ ਬਾਹਰ ਦੇ ਸਟੂਡੈਂਟਸ ਨਹੀਂ ਆ پا ਰਹੇ ਤੇ ਹਾਂ ਤੇ ਯੂਨੀਵਰਸਿਟੀਆਂ ਦਾ ਫਾਈਨੈਂਸ਼ੀਅਲ ਬੈਲੈਂਸ ਥੋੜਾ ਖਰਾਬ ਹੋ ਗਿਆ ਸੀ ਉਸ ਟਾਈਮ ਤੇ ਹਾਂ ਤੇ ਤੇ ਯੂਕੇ ਦੇ ਵਿੱਚ ਕੋਈ ਵੀ ਪੜਨ ਜਾਵੇਗਾ ਨਾ ਐਦਾਂ ਮੈਂ ਦੇਖਦਾ ਹਾਂ ਕਿ ਜਾਂ ਤੇ ਉਹ ਬੰਦਾ ਬਹੁਤ ਹੁਸ਼ਿਆਰ ਹੋਏਗਾ ਜੀਨियस ਕਿ ਉਹਨੂੰ ਸਕਾਲਰਸ਼ਿਪ ਮਿਲੀ ਜਾਂ ਯੂਕੇ ਨੇ ਉਹਨੂੰ ਇਨਵਾਈਟ ਕੀਤਾ ਤੇ ਜਾਂ ਬੜਾ ਅਮੀਰ ਹੋਏਗਾ ਕਿ ਜਿਹੜਾ ਬੰਦਾ ਖਾਸ ਯੂਕੇ ਦੇ ਵਿੱਚ ਪੜਨ ਜਾ ਰਿਹਾ ਤੇ ਉਹ ਗੱਲ ਬੜੀ ਵਧੀਆ ਕਿ ਕਿ ਹਾਂ ਸ਼ਾਇਦ ਪੈਸਾ ਇੱਕ ਵੱਡੀ ਰਕਮ ਉੱਥੇ ਆਂਦੀ ਪਈ ਹੈ ਫਿਰ 에어로ਸਪੇਸ ਤੇ ਆਂਦੇ ਆ ਕਿ ਪ੍ਰੋਬਲੀ ਮੈਜੋਰਿਟੀ ਜਿਹੜਾ ਕੰਮ ਹੈ ਦੁਨੀਆ ਦਾ ਰਿਸਰਚ ਵਗੈਰਾ ਤੇ ਨੂੰ ਲੱਗਦਾ ਕਿ ਉੱਥੇ ਹੀ ਹੁੰਦੀ ਹੈ ਇੰਜੀਨੀਅਰਿੰਗ ਪਲੈਨਿੰਗ 올 ਦੈਟ ਸਟਫ ਨਹੀਂ ਮੈਨੂੰ ਲੱਗਦਾ ਅਮਰੀਕਾ ਐਜ਼ ਐਨ ਇੰਡੀਪੈਂਡੈਂਟ ਕੰਟਰੀ ਇੱਕ ਵੱਡਾ ਪਲੇਅਰ ਹੈਗਾ ਫਿਰ ਜੇ ਤੁਸੀਂ ਯੂਰਪ ਤੇ ਦੇਖਦੇ ਹੋ ਯੂਰਪ ਐਜ਼ ਐਜ਼ ਅ ਯੂਨਿਟ ਅਮ ਮੇਰੇ ਖਿਆਲ ਨਾਲ ਇੰਗਲੈਂਡ ਇਕੱਲਮ ਇਕੱਲੇ ਸਰਵਾਈਵ ਨਹੀਂ ਕਰ ਸਕਦਾ ਇਹ ਜਿਹੜਾ ਯੂਨਿਟ ਹੈਗਾ ਯੂਰਪ ਦਾ ਫਰਾਂਸ ਜਰਮਨੀ ਮੇਨਲੀ ਤੇ ਯੂਕੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਇੱਕ ਸਟਰੋਂਗ 에어로ਸਪੇਸ ਇੰਡਸਟਰੀ ਬਣਦੀ ਹੈ ਤੁਸੀਂ ਤੁਸੀਂ ਬੋਇੰਗ ਵਰਸਸ 에ਅਰਬਸ ਦੀ ਗੱਲ ਕਰ ਸਕਦੇ ਓਥੇ ਬੋਇੰਗ ਜਿਹੜਾ ਨਾਰਥ ਅਮਰੀਕਾ ਤੋਂ ਆਉਂਦਾ ਹੈ ਤੇ 에ਅਰਬਸ ਯੂਰੋਪੀਅਨ ਇੱਕ ਤਰ੍ਹਾਂ ਏਅਰਕ੍ਰਾਫਟ ਮੈਨੂਫੈਕਚਰਰ ਤੇ ਫਿਰ ਡਿਫੈਂਸ ਐਂਡ ਸਪੇਸ ਚ ਗੱਲ ਥੋੜੀ ਅਲੱਗ ਹੋ ਜਾਂਦੀ ਹੈ ਡਿਫੈਂਸ ਐਂਡ ਸਪੇਸ ਚ ਅਮਰੀਕਾ ਹੱਲੇ ਵੀ ਡੋਮੀਨੇਟ ਕਰਦਾ ਹੈ ਹਮ ਅ ਮੈਂ ਪੜ ਰਿਹਾ ਸੀ ਨਾਸਾ ਦਾ ਬਜਟ ਅੱਜ ਵੀ ਬਿਲੀਅਨਸ ਚ ਹੈਗਾ ਤੇ ਇਹਨੂੰ ਇਹਨੂੰ ਮੈਚ ਨਹੀਂ ਕਰ ਸਕਦੇ ਇੱਥੇ ਯੂਰਪ ਚ ਨਹੀਂ ਮੈਚ ਕਰਦੇ ਅਮ ਇਸ ਟਾਈਮ ਤੇ ਵੀ ਤੇ ਫਿਰ ਮੇਰੇ ਖਿਆਲ ਨਾਲ ਹਾਂ ਜਿਹੜਾ ਕਮਰਸ਼ੀਅਲ 에어로ਸਪੇਸ ਸੈਕਟਰ ਹੈਗਾ ਉਸੇ ਉਸੇ ਯੂਰਪ ਕਾਫੀ ਅੱਛਾ ਕੰਪੀਟੀਸ਼ਨ ਦਿੰਦਾ ਹੈ ਤੇ ਯੂਕੇ ਉਹਦਾ ਇੱਕ ਮੇਨ ਪਲੇਅਰ ਹੈਗਾ ਹਮ ਬਿਲੀਅਨਸ ਤੇ ਕਹ ਲਈ ਨਾ ਕਿ ਜੋ ਜਨਤਾ ਨੂੰ ਦੱਸ ਦੇਣ ਬਟ ਆਈ ਥਿੰਕ ਨਾਸਾ ਦੇ ਵਿੱਚ ਪ੍ਰੋਬਬਲੀ ਟ੍ਰਿਲੀਅਨਸ ਦਾ ਬਜਟ ਹੋਏਗਾ ਜੋ ਨਹੀਂ ਦੱਸਿਆ ਜਾ ਰਿਹਾ ਤੇ ਨਾਸਾ ਨੂੰ ਮੇਬੀ ਪ੍ਰੈਜ਼ੈਂਟ ਕਰਦੇ ਨੇ ਕਿ ਉਹ ਸਪੇਸ ਐਕਸਪਲੋਰੇਸ਼ਨ ਐਂਡ 올 ਦੈਸਟ ਸਟੱਫ ਪਰ ਆਈ ਡੋਨੋ ਕਿ ਵਾਟਸ ਹੈਪਨਿੰਗ ਇਨਸਾਈਡ ਕਿ ਜੋ ਮਿਲਟਰੀ ਦੀਆਂ ਚੀਜ਼ਾਂ ਬਹੁਤ ਸਾਰੀ ਟੈਕਨੋਲੋਜੀ ਫੰਡਮੈਂਟਲ ਟੈਕਨੋਲੋਜੀਜ਼ ਜ਼ਰੂਰੀ ਨਹੀਂ ਹੈ ਵੀ ਸਪੇਸ 'ਚ ਹੀ ਐਪਲੀਕੇਬਲ ਹੋਣਾ ਹੈ ਮਿਲਟਰੀ ਐਪਲੀਕੇਸ਼ਨ ਹੁੰਦੀਆਂ ਨੇ ਹੁੰਦੀਆਂ ਹਾਂ ਤੇ ਨਾ ਬੋਇੰਗ ਤੇ ایرਬਸ ਦੀ ਗੱਲ ਕੀਤੀ ਆਈ ਥਿੰਕ ਇਹ ਦੋ ਚੀਜ਼ਾਂ ਨੇ ਜਾਂ ਦੋ ਕੰਪਨੀਆਂਜ਼ ਨੇ ਜੋ ਰੂਲ ਕਰ ਲਿਆ ਨੇ ਪੂਰੀ ਦੁਨੀਆ ਦੇ ਵਿੱਚ ਖਾਸ ਕਰ ਬੋਇੰਗ ਡੂ ਯੂ نو ਵਾਟਸ ਹੈਪਨਿੰਗ ਵਿਦ ਬੋਇੰਗ ਮੈਨ ਬੋਇੰਗ ਦੀ ਆਹੀ ਖਬਰ ਆਂਦੀ ਹੈ ਵੀ ਅਮ ਹੋਇਆ ਇਹ ਹੈ ਕਿ ਉਹ ਸੇਫਟੀ ਫਰਸਟ ਕੰਪਨੀ ਸੀਗੀ ਅਮ ਇੰਜੀਨੀਅਰਿੰਗ ਮੇਨਲੀ ਇੰਜੀਨੀਅਰਿੰਗ ਲੈਡ ਸੇਫਟੀ ਫਰਸਟ ਟਾਈਪ ਦੀ ਕੰਪਨੀ ਸੀਗੀ ਉਹ ਹਮ ਪਰ ਜਿਹੜੇ ਮੈਨੇਜਮੈਂਟ ਵਾਲੇ ਲੋਕ ਹੈ ਉਹਨਾਂ ਨੇ ਦੇਖਿਆ ਵੀ ਇਹ ਤਾਂ ਇੱਕ ਵਰਕਿੰਗ ਮਸ਼ੀਨਰੀ ਹੈਗੀ ਹੈ ਵੀ ਇਹ ਸਾਡੇ ਕੋਲ ਇੰਜੀਨੀਅਰਸ ਨੇ ਤੇ ਇਹਨਾਂ ਨੂੰ ਕੁਝ ਇਨਪੁਟ ਦਵੋ ਤੇ ਇਹ ਵਧੀਆ ਆਉਟਪੁਟ ਦਿੰਦ ਨੇ ਇੱਕ ਵਰਕਿੰਗ ਮਸ਼ੀਨਰੀ ਹੈਗੀ ਹੈ ਇਹਨੂੰ ਇਹਨੂੰ ਇੱਕ ਪ੍ਰੋਫਿਟ ਚਰਨਿੰਗ ਮਸ਼ੀਨਰੀ ਚ ਕਨਵਰਟ ਕਰ ਦਿੱਤਾ ਜਾਵੇ

corporation ਦੇ ਵਿੱਚ ਹੁਣ ਮੈਂ ਜਿਆਦਾ ਹੈਂਡਲ ਕਰਦਾ ਵਾਂ ਆਪਰੇਸ਼ਨਸ ਠੀਕ ਹੈ ਮੈਨੂੰ ਪਤਾ ਹੈ ਕਿ ਹਰੇਕ ਚੀਜ਼ ਨੂੰ ਮੈਂ ਤੋਲ ਮੋਲ ਕੇ ਕਿ ਮੈਨੂੰ ਇੰਜੀਨੀਅਰਸ ਨਾਲ ਵੀ ਗੱਲ ਕਰਨੀ ਪੈਂਦੀ ਹੈ ਫਿਰ ਮੈਂ ਬਜਟ ਵੀ ਦੇਖਣਾ ਹੈ ਕਿ ਉਹਦੇ ਵਿੱਚ ਮੈਂ ਲਾਗੂ ਕਰ ਸਕਦਾ ਕਿ ਨਹੀਂ ਕਰ ਸਕਦਾ ਪਰ ਜਦੋਂ ਬੋਰਡ ਮੀਟਿੰਗ ਹੁੰਦੀ ਹੈ ਨਾ ਕਦੀ ਕਦੀ CFO ਨਾਲ ਗੱਲ ਹੁੰਦੀ ਹੈ ਉਹਨਾਂ ਦਾ ਇੱਕੀ ਵਿਊ ਪੁਆਇੰਟ ਹੁੰਦਾ ਹੈ ਮਨੀ ਦੇ ਦੇ ਡੋਨਟ ਸੀ ਕਿ ਕਿਹੜੀ ਚੀਜ਼ ਪ੍ਰੈਗਮੈਟਿਕ ਹੈ ਕਿਹੜੀ ਚੀਜ਼ ਪ੍ਰੈਕਟੀਕਲ ਹੈ ਰੈਸ਼ਨਲ ਹੈ ਲਾਈਕ ਓਕੇ ਇੰਨੀ ਮਨੀ ਇੱਥੇ ਸਪੈਂਡ ਕੀਤੀ ਇਹਨੂੰ ਆਪਾਂ ਘੱਟ ਕਿੱਦਾਂ ਕਰ ਸਕਦੇ ਆ ਤੇ ਆਈ ਥਿੰਕ ਜਦੋਂ ਬੋਇੰਗ ਦੀ ਗੱਲ ਆਉਂਦੀ ਹੈ ਨਾ ਉਹ ਸੀਐਫਓ ਜਾਂ ਮੈਨੇਜਮੈਂਟ ਦਾ ਹੁਣ ਜ਼ਿਆਦਾ ਰੋਲ ਆ ਗਿਆ ਵਿੱਚ ਕਿ ਕਾਸਟ ਕਟਿੰਗ ਕਾਸਟ ਕਟਿੰਗ ਕਾਸਟ ਕਟਿੰਗ ਤੇ ਉੱਥੇ ਆਈ ਥਿੰਕ ਉਸ ਕਿਤੇ ਨਾ ਕਿਤੇ ਫੀਲ ਕਰਦੇ ਪਏ ਨੇ ਉਹਦਾ ਇੰਪੈਕਟ ਤੇ ਕੋਨਸਪੀਰੇਸੀਸ ਥਿਊਰੀ ਮੈਂ ਸੋੰਦਾ ਪਿਆ ਸੀ ਕਿ ਬੜੀਆਂ ਚੀਜ਼ਾਂ ਦੇ ਵਿੱਚ ਨਾ ਜਿੱਦਾਂ ਚਾਈਨਾ ਹੁਣ ਆਪਣਾ ਮਨੀ ਸੁੱਟਣ ਦਿਆ ਬੜੀਆਂ ਚੀਜ਼ਾਂ ਦੇ ਵਿੱਚ ਵੱਡੇ ਵੱਡੇ ਪੋਲਿਟਿਸ਼ੀਅਨਸ ਨੂੰ ਪੈਸਾ ਦੇ ਕੇ ਕਿਤਨੇ ਕਿਤੇ ਪੋਲਿਸੀਜ਼ ਨੂੰ ਮੈਨਿਪੂਲੇਟ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ ਹੋ ਗਿਆ ਯੂਕੇ ਦੇ ਵਿੱਚ ਹੋ ਗਿਆ ਜਾਂ ਦੂਜੀਆਂ ਕੰਟਰੀਆਂ ਦੇ ਵਿੱਚ ਹੋ ਗਿਆ ਤੇ ਚਾਈਨਾ ਦੀ ਇਹ ਪਾਲਿਸੀ ਹੈ ਕਿ ਚਾਈਨਾ ਇਦਾਂ ਦੀ ਕੰਟਰੀ ਜਿਨੇ ਕਦੀ ਵੀ ਨਿਵੇਡ ਨਹੀਂ ਕੀਤਾ ਕਿਸੇ ਕੰਟਰੀ ਨੂੰ ਬਟ ਉਹ ਲੋਨ ਇਹਨਾਂ ਦੇ ਦਿੰਦੇ ਨੇ ਕਿਤੇ ਕਾੰਟਰੀ 'ਤੇ ਤੇ ਆਈ ਥਿੰਕ ਹੁਣ ਜਦੋਂ ਗੱਡੀਆਂ ਦੀ ਗੱਲ ਆਉਂਦੀ ਹੈ ਬਹੁਤ ਵਾਰ ਮੈਂ ਦੇਖਦਾ ਹਾਂ ਕਿ ਹੁਣ ਜਰਮਨ ਗੱਡੀਆਂ ਆਉਡੀ ਮਰਸੀਡਿਸ ਮਾਈ ਫੇਵਰਿਟ ਮਾਈ ਫੇਵਰਿਟ ਅਦੇ ਰੀਲੀ ਐਕਸਪੈਂਸਿਵ ਠੀਕ ਹੈ ਉਹ ਚੀਜ਼ ਆ ਗਈ ਐਂਡ ਦੈਨ ਹੁਣ ਮੈਂ ਇੱਕ ਅਮਰਜਿੰਗ ਮਾਰਕੀਟ ਦੇਖਦਾ ਪਿਆ ਮੈਂ ਚਾਈਨਾ ਦੀ ਜਦੋਂ ਆਪਾਂ ਇਲੈਕਟ੍ਰਿਕ ਗੱਡੀਆਂ ਦੇਖਦੇ ਆ ਕਿ ਚਾਈਨਾ ਦੀਆਂ ਇੰਨੀਆਂ ਗੱਡੀਆਂ ਆਉਂਦੀਆਂ ਪਿਆ ਇੰਨੀਆਂ ਸੋਫਿਸਟੀਕੇਟਿਡ ਕਿ ਮੈਂ ਨਾ 서ਸਪੈਂਸ਼ਨ ਸਿਸਟਮ ਦੇਖਣ ਲੱਗਾ ਸੀ ਉਹਨਾਂ ਦੇ ਚਾਈਨਾ ਦੀਆਂ ਗੱਡੀਆਂ ਦੇ ਕਿ ਉਹ ਇਦਾਂ ਹੁੰਦੇ ਨੇ ਨਾ ਉਹ ਰੋਡ ਕੀ ਉਹਨੂੰ ਕਹਿੰਦੇ ਹੁੰਦੇ ਆ ਹਰਡਲ ਜੇ ਬੰਪੀ ਹਾਂ ਬੰਪੀ ਤੇ ਉਹਨਾਂ ਨੇ ਗੱਡੀਆਂ ਦੇ ਉੱਤੇ ਇਦਾਂ ਸ਼ੈਂਪੇਨ ਦੇ ਗਲਾਸ ਰੱਖੇ ਗੱਡੀ ਦੇ ਉੱਤੇ ਤੇ ਸਾਰੀਆਂ ਗੱਡੀਆਂ ਚਲਾਈਆਂ ਸਾਰਿਆਂ ਦੇ ਸ਼ੈਂਪੇਨ ਗਲਾਸ ਨਾਲ ਥੱਲੇ ਡਿੱਗ ਗਏ ਚਾਈਨਾ ਦੀਆਂ ਗੱਡੀਆਂ ਸਸਪੈਂਸ਼ਨ ਸਿਸਟਮ ਇਦਾਂ ਸੀ ਕਿ ਉਹ ਬਿਲਕੁਲ ਗੱਡੀ ਤੇਜ਼ ਗਈ ਗਲਾਸ ਨਹੀਂ ਡਿੱਗਾ ਤੇ ਮੈਂ ਉਹ ਇੱਕ ਮਾਰਕੀਟ ਅਮਰਜਿੰਗ ਦੇਖਦਾ ਪਿਆ ਮੈਂ ਈਵੀ ਸੈਕਟਰ ਦੇ ਵਿੱਚ ਤੇ ਬਹੁਤ ਫੇਮਸ ਵੀ ਹੁੰਦੀਆਂ ਭੀਆਂ ਨੇ ਈਵੀ ਗੱਡੀਆਂ ਸਸhtੀਆਂ ਵੀ ਬਹੁਤ ਨੇ ਐਸ ਕੰਪੇਅਰ ਟੈਸਲਾ ਜਾਂ ਮਰਸੀਡਸ ਜਾਂ ਆਉਡੀ ਤੇ ਉਹੀ ਚੀਜ਼ ਮੈਂ ਇੱਕ ਕਨੈਕਟ ਕਰਦਾ ਪਿਆ ਮੈਂ ਬੋਇੰਗ ਦੇ ਨਾਲ ਕਿ ਲੋਕੀ ਕਹਿੰਦੇ ਪਏ ਨੇ ਕਿ ਉਹਨਾ ਆਪਣਾ ਇੱਕ ਜਹਾਜ਼ ਡਿਵੈਲਪ ਕਰ ਰਹੇ ਨੇ ਕਿਉਂਕਿ ਪੂਰੀ ਇੰਟਰਨੈਸ਼ਨਲ ਸੈਕਟਰ ਤੇ ਨਾ ਆਹ ਸੌਰੀ ਇੰਟਰਨੈਸ਼ਨਲ ਲੈਵਲ ਤੇ ਸਿਰਫ ਬੋਇੰਗ ਜਾਂ ایرਬਸ ਇਹਨਾਂ ਦਾ ਦਬਦਬਾ ਹੈ ਐਦਾਂ ਕਹਿੰਦੇ ਨੇ ਲੋਕੀ ਕਿ ਸ਼ਾਇਦ ਚਾਈਨਾ ਹੁਣ ਬੋਇੰਗ ਨੂੰ ਪੈਨੇਟ੍ਰੇਟ ਕਰ ਚੁੱਕਾ ਹੈ ਕਿ ਉਹਦੇ ਵਿੱਚ ਆਪਣੇ ਬੰਦੇ ਪਾ ਚੁੱਕਾ ਹੈ ਤੇ ਪੋਲਿਸੀਜ਼ ਨੂੰ ਜ਼ਿਆਦਾਤਰ ਕੋਸਟ ਕਟਿੰਗ ਵਾਲੀ ਪੋਲਿਸੀ ਬਣਾਉਂਦੇ ਆ ਤੇ ਮੇਬੀ ਉਹਨਾਂ ਨੇ ਆਪਣਾ ਜਹਾਜ਼ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਤੇ ਉਹ ਲਿਆਉਣਾ ਚਾਹੁੰਦੇ ਨੇ ਇਦਾਂ ਫੀਲ ਹੁੰਦਾ ਕਿ ਮੇਬੀ ਉਹਨਾਂ ਨੇ ਕਿਤੇ ਕਿਤੇ ਨਾ ਕਿਤੇ ਆ ਕੀਤਾ ਹੋਵੇ ਪੈਨੇਟ੍ਰੇਟ ਉਹਨਾਂ ਦੀ ਪਾਲਿਸੀਜ਼ ਜਾਂ ਚਾਈਨਾ ਦਾ ਕਿਤੇ ਕਿਤੇ ਹੋ ਸਕਦਾ ਜਾਂ ਚਾਈਨਾ ਦਾ ਓਵਰਆਲ ਵੀ ਕੀ ਇੰਪੈਕਟ ਹੈ ਇੱਧ ਇੱਧਰ ਏਰੋਸਪੇਸ ਇੰਡਸਟਰੀ ਦੇ ਵਿੱਚ ਜੇ ਤੁਸੀਂ ਨਾਨ ਕਨਸਪੀਰੇਸੀ ਥਿਉਰੀ ਇੰਪੈਕਟ ਤੇ ਗੱਲ ਕਰੀਏ ਪਹਿਲਾ ਤੇ ਉਹ ਹੈਗਾ ਵੀ ਚਾਈਨਾ ਆਪਣਾ ਕਮਰਸ਼ੀਅਲ 에ਅਰਲਾਈਨਰ ਡਿਵੈਲਪ ਕਰ ਰਿਹਾ ਹੂੰ ਤੇ ਅਮ ਉਹਨਾਂ ਨੇ ਸ਼ਾਇਦ ਸ਼ੁਰੂ ਵੀ ਕਰ ਦਿੱਤੀ ਆਪਣੀ 에어ਲਾਈਨ ਜਿੰਦੇ ਚ ਚਾਈਨੀਜ਼ ਚਾਈਨੀਜ਼ ਮੇਡ 에어ਪਲੇਨ ਕੰਮ ਕਰਦਾ ਉਹਦੀ ਕਿੰਨੀ ਅਸੈਸਮੈਂਟ ਹੋਈ ਹੈ ਯੂਰੋਪੀਅਨ ਏਜੰਸੀ ਤੋਂ ਉਹ ਮੈਨੂੰ ਨਹੀਂ ਪਤਾ ਉਹ ਉਹ ਹੁੰਦੇ ਤੇ ਕੁਐਸਚਨ ਮਾਰ ਗਿਆ ਪਰ ਸ਼ਾਇਦ ਉਹ ਆਪਣਾ 에어ਲਾਈਨਰ ਸ਼ੁਰੂ ਕਰ ਚੁੱਕੇ ਨੇ ਤੇ ਫਿਰ ਉਹ ਡਾਇਰੈਕਟ ਕੰਪੀਟੀਸ਼ਨ ਹੈ 에어ਬਸ ਤੇ ਬੋਇੰਗ ਲਈ ਤੇ ਫਿਰ ਥੋੜਾ ਜਿਹਾ ਹੋਰ ਮੈਂ ਦੱਸ ਦਵਾਂ ਵੀ ਬ੍ਰਾਜ਼ੀਲ 'ਚ ਇੱਕ ਇੰਬ੍ਰੇਅਰ ਕਰਕੇ ਕੰਪਨੀ ਹੈ ਹੂੰ ਉਹਨੇ ਵੀ ਕਮਰਸ਼ੀਅਲ 에ਰੋਪਲੇਨਸ ਬਣਾਨੇ ਸ਼ੁਰੂ ਕਰਤੇ ਨੇ ਉਹ 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 ਉਹਨੇ ਤਾਂ ਕਾਫੀ ਟਾਈਮ ਤੋਂ ਸ਼ੁਰੂ ਕਰਤੇ ਨੇ ਤੇ ਯੂਰੋਪੀਅਨ ਜਿਹੜੀ 에ਅਰਲਾਈਨਸ ਨੇ ਉਹਨਾਂ ਕੋ ਕਾਫੀ ਇੰਬ੍ਰੇਅਰ 에ਰੋਪਲੇਨਸ ਹੈਗੇ ਨੇ ਤੇ ਬ੍ਰਾਜ਼ੀਲ ਤੋਂ ਵੀ ਮਾਈਲਡ ਕੰਪੀਟੀਸ਼ਨ ਹੈਗਾ ਪਰ ਜਿਹੜਾ ਚਾਈਨਾ ਦਾ ਕੰਪੀਟੀਸ਼ਨ ਹੈ ਉਹਨੂੰ ਥੋੜਾ ਜ਼ਿਆਦਾ ਸੀਰੀਅਸਲੀ ਲਿਆ ਲੱਤਾ ਜਾ ਰਿਹਾ ਹਾਂ ਅਮ ਜਿਹੜੀ ਇਹ ਇੰਟਰਨਲ ਸਬੋਟਾਜ ਲਈ ਤੇਰੀ 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 ਨਿਵਰਲ ਜਿੱਤ ਸੁਣੀ ਹੈ ਆ ਕਨਸਪੀਰੇਸੀ ਥਿਉਰੀ ਹੈ ਥੋੜੀ ਜੀ ਮੰਨੀ ਮੁਸ਼ਕਿਲ ਹੈ ਕਿਉਂਕਿ ਜਿਹੜਾ ਐਰੋਸਪੇਸ ਸੈਕਟਰ ਹੈ ਉਹ ਥੋੜਾ ਪ੍ਰੋਟੈਕਟਿਡ ਸੈਕਟਰ ਰਿਹਾ ਹੈ ਸ਼ੁਰੂ ਤੋਂ ਹੀ ਕਿਉਂਕਿ ਇਹਦਾ ਮਿਲਟਰੀ ਸੈਕਟਰ ਤੋਂ ਕਾਫੀ ਕਲੋਜ਼ ਰਿਲੇਸ਼ਨਸ਼ਿਪ ਹੈ ਤੇ ਇਹਨੂੰ ਇੰਦੇ ਤੇ ਕਾਫੀ ਸਿਕਿਉਰਿਟੀ ਟਾਈਟ ਰਹਿੰਦੀ ਹੈ ਇਨ ਜਨਰਲ ਹੂੰ ਜੇ ਕੋਈ ਹੋਰ ਇੰਡਸਟਰੀ ਹੁੰਦੀ ਜਿਦਾ ਕਾਰ ਇੰਡਸਟਰੀ ਹੁੰਦੀ ਹੁਣ ਇੱਕ ਇੱਕ ਥਿਉਰੀ ਮੈਂ ਇਹ ਵੀ ਸੁਣੀ ਹੈ ਵੀ ਚਾਈਨਾ ਇਲੈਕਟ੍ਰਿਕ ਕਾਰ ਮਾਰਕੀਟ ਨੂੰ ਕਾਫੀ ਪ੍ਰਮੋਟ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਕੋਲ ਇਹ ਬੇਸ ਹੈਗਾ ਇੰਨੀ ਕਾਰ ਬਣਾਉਣ ਦਾ ਪਰ ਯੂਰੋਪੀਅਨ ਇੰਡਸਟਰੀ ਨੇ ਇਲੈਕਟ੍ਰਿਕ ਕਾਰ ਨੂੰ ਹੱਲੇ ਹਜੇ ਤੱਕ ਵੀ ਬਹੁਤ ਸੀਰੀਅਸਲੀ ਨਹੀਂ ਲਿਆ ਹੂੰ ਤੇ ਉਹ ਥੋੜੇ ਪਿੱਛੇ ਰਹਿ ਗਏ ਨੇ ਇਸ ਇਸ ਟਰਾਂਜੀਸ਼ਨ 'ਚ ਤੇ ਫਿਰ ਚਾਈਨਾ ਇਸ 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 ਚੀਜ਼ ਦਾ ਫਾਦਰ ਲੈਣਾ ਚਾਹੁੰਦਾ ਹੈ ਤੇ ਇਸ ਕਰਕੇ ਉਹ ਹੋ ਸਕਦਾ ਹੈ ਵੀ ਪਾਲਿਸੀ ਇਨਫਲੂਐਂਸ ਕਰ ਰਹੇ ਨੇ ਉਹ ਕਿ ਵੀ ਤੁਸੀਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਫੋਰ ਐਗਜ਼ਾਮਪਲ ਅਮ ਸਬਸਿਡੀ ਦਿਓ ਇਲੈਕਟ੍ਰਿਕ ਕਾਰਸ ਦੀ ਜਦ ਵੀ ਉਹ ਯੂਰੋਪੀਆ ਯੂਐਸਏ ਚ ਕੋਈ ਕੋਈ ਖਰੀਦੇ ਉਹਨਾਂ ਤੋਂ ਇਹ ਇਹ ਮੈਂ ਮੰਨ ਸਕਦਾ ਪਰ ਐਰੋਸਪੇਸ ਤੇ ਸਬੋਟਾਜ ਇਹ ਥੋੜਾ ਹਾਈ ਪ੍ਰੋਫਾਈਲ ਜੇ ਹੋਏਗਾ ਤੇ ਵੈਰੀ ਹਾਈ ਪ੍ਰੋਫਾਈਲ ਟਾਈਪ ਦਾ ਮਿਸ਼ਨ ਹੋਏਗਾ ਪਰ ਨਾਰਮਲੀ ਮੁਸ਼ਕਿਲ ਹੈ ਆਈ ਥਿੰਕ ਜਦੋਂ ਉਹ ਸਿਕਿਉਰਿਟੀ ਟਾਈਟ ਵਾਲੀ ਗੱਲ ਆਉਂਦੀ ਤੂੰ ਮੈਂਸ਼ਨ ਕੀਤਾ ਤੇ ਮੈਂ ਮੇਬੀ ਕਿਤੇ ਨਾ ਕਿਤੇ ਡਿਸਐਗਰੀ ਕਰਾਂਗਾ ਕਿਉਂਕਿ ਅਗਰ ਇੰਨਾ ਕੰਮ ਟਾਈਟ ਹੁੰਦਾ ਤੇ ਬੋਇੰਗ ਦੇ ਵਿੱਚ ਇੰਨੇ ਜ਼ਿਆਦਾ ਚੀਜ਼ਾਂ ਨਹੀਂ ਸੀ ਹੋਣੀਆਂ ਇਟਸ ਨਾਟ ਜਸਟ ਵਨ ਪਲੇਨ ਮੈਨ ਠੀਕ ਹੈ ਬਹੁਤ ਹੁਣ ਵੀ ਕਦੀ ਨਾ ਕਦੀ ਲਾਸਟ ਟਾਈਮ ਸਿੰਗਾਪੁਰ ਦੇ ਨਾਲ ਹੋਇਆ ਕੋਈ ਨਾ ਕੋਈ ਪ੍ਰੋਬਲਮ ਆਂਦੀ ਪਈ ਤੇ ਇਦਾਂ ਲੱਗਦਾ ਕਿ ਦੇ ਆਰ ਨਾਟ ਵਿਲਿੰਗ ਟੂ ਫਿਕਸ ਇਟ ਕਿ ਕਿਸੇ ਨੇ ਕੋਈ ਤੇ ਬੰਦਾ ਬੈਠੇ ਕਿ ਕੀ ਪ੍ਰੋਬਲਮ ਹੈ ਯਾਰ ਕੀ ਆਪਾਂ ਇਦਾਂ ਦਾ ਚੇਂਜ ਕਰਤਾ ਕਿ ਇਹ ਚੀਜ਼ ਨਾ ਹੋਵੇ ਹੁਣ ਵੀ ਹੁਣ ਮੈਂ ਜਦੋਂ ਫਲਾਈਟ ਬੁੱਕ ਕਰਦਾ ਨਾ ਮੈਂ ਦੇਖਦਾ ਕਿ ਬੋਇੰਗ ਦਾ ਪਲੇਨ ਤੇ ਨਹੀਂ ਕਿ ਆ ਡੋਨਟ ਟਰਸਟ ਇਟ ਉਹ ਟਰਸਟ ਉੱਠ ਗਿਆ ਤੇ ਹਜੇ ਵੀ ਹਜੇ ਵੀ ਜਹਾਜ਼ ਚੱਲਦੇ ਪਏ ਨੇ ਤੇ ਸੋਚੋ ਕਿ ਲੋਕੀ ਜਿਹੜੇ ਨਹੀਂ ਚੈੱਕ ਕਰਦੇ ਉਹ ਤੇ ਜਿੱਦਾਂ ਦਾ ਗੈਂਬਲ ਹੀ ਕਰਦੇ ਲਾਈਵ ਦੇ ਨਾਲ ਹਾਂ ਇਹ ਹਾਂ ਬੜੀ ਮੁਸ਼ਕਿਲ ਕੰਡੀਸ਼ਨ ਹੈ ਮੈਨੂੰ ਲੱਗਦਾ ਹੈ ਵੀ ਦੋ ਡਿਫਰੈਂਟ ਚੀਜ਼ਾਂ ਨੇ ਇੱਕ ਤਾਂ ਐਕਸਟਰਨਲ ਸਿਕਿਉਰਿਟੀ ਇੱਕ ਇੰਟਰਨਲ ਸੇਫਟੀ ਹੂੰ ਅ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਐਕਸਟਰਨਲ ਸਿਕਿਉਰਿਟੀ ਦੀ ਗੱਲ ਹੈ ਵੀ ਕੋਈ ਐਕਸਟਰਨਲ ਫੈਕਟਰ ਤੋਂ ਕੀ ਇਨਫਲੂਐਂਸ ਆ ਰਿਹਾ ਹੈ ਸਾਡੇ ਸਾਡੇ ਕੰਪਨੀ 'ਚ ਹੂੰ ਪਰ ਜੇ ਫੈਕਟਰਸ ਇੰਟਰਨਲ ਨੇ ਤਾਂ ਫਿਰ ਹਾ ਤਾਂ ਫਿਰ ਮੇਰੇ ਖਿਆਲ ਨਾਲ ਓਕੇ ਕਹਿਣਾ ਮੈਂ ਇਹ ਜਾਨਣਾ ਵੀ ਬਾਹਰੋਂ ਕੋਈ ਕੌਨਸਪੀਰੇਸੀ ਹੋਈ ਹੈ ਇਹਦੀ ਪ੍ਰੋਬੈਬਿਲਿਟੀ ਘਟ ਹੈ ਹੂੰ ਠੀਕ ਅੰਦਰ ਦੀ ਪ੍ਰੋਬਲਮ ਹੈਗੇ ਨੇ ਸਹੀ ਹੈ ਚਲ ਹੁਣ ਮੈਂ ਥੋੜਾ ਸ਼ਿਫਟ ਕਰਾਂ ਗੱਲਬਾਤ ਨੂੰ ਕਿ ਟੈਕਨੋਲੋਜੀ ਤੇ ਮੈਂ ਥੋੜਾ ਜਾਵਾਂ ਕਿ ਕਦੀ ਕਦੀ ਚਲੋ ਆਪਾਂ ਫਿਊਲ ਦੀ ਗੱਲ ਕੀਤੀ ਸੀ ਲਾਸਟ ਟਾਈਮ ਥੋੜਾ ਜਿਹਾ ਆਪਾਂ ਜਹਾਜ਼ ਦੇ ਫਿਊਲ ਦੀ ਗੱਲ ਕਰਦੇ ਪਏ ਸੀ ਤੇ ਨਾ ਉਹ ਅੱਜ ਜਹਾਜ਼ ਆਈ ਨੋ ਆਈ ਨੋ ਕਿ ਰਾਕਟ ਆਈ ਨੋ ਜਹਾਜ਼ ਇਹ ਬੜੇ ਇੰਟ੍ਰੀਕਟ ਟੈਕਨੋਲੋਜੀਜ਼ ਹੈ ਇਟਸ ਰੀਲੀ ਰੀਲੀ ਐਡਵਾਂਸ ਰਾਕਟ ਨੂੰ ਵੀ ਬਣਾਉਣਾ ਨਾ ਇਟਸ ਰੀਲੀ ਐਡਵਾਂਸ ਆਈ ਨੋ ਥੈਟ ਬਟ ਫੇਰ ਵੀ ਮੈਂ ਕਦੀ ਕਦੀ ਮੰਨਦਾ ਹਾਂ ਕਿ ਯਾਰ ਥਿਸ ਇਜ਼ ਰੀਲੀ ਪ੍ਰਿਮਿਟਿਵ ਲਾਈਕ 50 ਸਾਲ ਹੋ ਗਏ ਨੇ ਇਟਸ ਰੀਲੀ ਪ੍ਰਿਮਿਟਿਵ ਕਿ ਯਾਰ ਇਹ ਪ੍ਰਪਲਸ਼ਨ ਸਿਸਟਮ ਤੋਂ ਕਦੋਂ ਖੜਾ ਛੁੱਟੇਗਾ ਹੂੰ ਤੇ ਕਦੋਂ ਕੋਈ ਨਾ ਕੋਈ ਹੋਣ ਯਾਰ ਜਦੋਂ ਮੈਂ ਯੂ ਐਫ ਓ ਦੀ ਸਟੋਰੀਜ਼ ਪਾਉਂ ਮੈਂ ਉਹ ਕਹਿੰਦੇ ਵੀ ਨਾ ਯਾਰ ਹੋ ਸਕਦਾ ਕਿ ਉਹ ਆਪਣੇ ਹੀ ਡਰੋਨ ਕਿਤਨਾ ਕਿਤੇ ਹੋਣ ਤੇ ਉਹ ਪ੍ਰਪਲਸ਼ਨ ਸਿਸਟਮ ਤੇ ਤੇਰਾ ਕੀ ਟੇਕ ਹੈ ਕਿ ਕਿੰਨਾ ਟਾਈਮ ਹੈ ਕਿ ਬਿਫੋਰ ਇਟਸ ਗੋਨ ਯਾ ਇਦਲੀ ਰਾ ਤੇਰਾ ਅਲਟਰਨੇਟਿਵ ਕੀ ਮਤਲਬ ਟਾਈਮ ਟ੍ਰੈਵਲ ਟਾਈਪ ਦੀ ਚੀਜ਼ ਕੋਈ ਨਹੀਂ ਜਸਟ ਜਸਟ ਪਹਿਲੀ ਗੱਲ ਤੇ ਟ੍ਰੈਵਲਿੰਗ ਤੇ ਹੀ ਗੱਲ ਕਰੀਏ ਠੀਕ ਹੈ ਮੈਂ ਸੋਚਦਾ ਹਾਂ ਹੁਣ ਵੀ ਕਿ ਜਹਾਜ਼ ਤੇ ਬੈਠਣਾ ਤੇ ਉਹ ਮਸ਼ੀਨ ਉੱਡੇਗੀ ਦੂਜੀ ਕੰਟਰੀ ਤੇ ਜਾਏਗੀ 18 ਆਵਰਸ ਇਟਸ ਰੀਲੀ ਪ੍ਰਿਮੇਟਿਵ ਤੇ ਫਿਰ ਵੀ ਕਦੀ ਨਾ ਕਦੀ ਨਾ ਉਹ ਨਰਵਸਨੈਸ ਫੀਲ ਹੁੰਦੀ ਹੈ ਹੁਣ ਆਪਾਂ ਗੱਡੀ 'ਚ ਬਹਿ ਜਾਈਏ ਨਾ ਉਹਦੀ ਨਰਵਸਨੈਸ ਨਹੀਂ ਹੈਗੀ ਪਾਵੇਂ ਗੱਡੀ ਦੇ ਵਿੱਚ ਡੇਟਾ ਸੁਜੈਸਟ ਕਿ ਗੱਡੀ ਦੇ ਵਿੱਚ ਜ਼ਿਆਦਾ ਐਕਸੀਡੈਂਟ ਹੁੰਦੇ ਨੇ 에어ਪਲੇਨ ਨਾਲੋਂ ਬਟ ਯੂ ਸਟਿਲ ਯੂ نو ਯੂ ਆਰ ਔਨ ਅਰਥ ਕਿ ਤੂੰ ਇੱਥੇ ਹੀ ਹੈ ਬਚਣ ਦੇ ਚਾਂਸ ਹੈਗੇ ਨੇ ਬਚਣ ਦੇ ਚਾਂਸ ਹੈਗੇ ਨੇ ਬਟ ਓਕੇ ਦੇਖੇ ਜਹਾਜ਼ ਦੇ ਵਿੱਚ ਐਕਸੀਡੈਂਟ ਹੈਪਨਸ ਓਨਲੀ ਵਾਂਸ ਜਸਟ ਵਾਂਸ ਤੇ ਉਹ ਚੀਜ਼ ਤੋਂ ਹਜੇ ਵੀ ਨਾ ਬੜੀ ਨਰਵਸਨੈਸ ਫੀਲ ਹੁੰਦੀ ਹੈ ਕਿ ਇੱਕ ਤੇ ਇਹ ਜੋ ਅੱਗ ਵਾਲਾ ਸਿਸਟਮ ਹੈ ਕਿ ਪੈਟਰੋਲ ਚੱਲੇਗਾ ਅੱਗ ਵਿੱਚ ਚੱਲੇਗੀ ਤੇ ਫਿਰ ਉਹ ਚੀਜ਼ ਉੱਡੇਗੀ ਰਾਕਟ ਦੀ ਮੈਂ ਦੇਖਦਾ ਵਾਂ ਟਾਈਮ ਟ੍ਰੈਵਲ ਪੱਖੋਂ ਨਹੀਂ ਇੱਕ ਤੇ ਟਰੈਵਲਿੰਗ ਪੱਖੋਂ ਨਾਰਮਲ ਟਰੈਵਲ ਪੱਖੋਂ ਕਿ ਜਿੱਦਾਂ ਨਾ ਉਹ ਕੀ ਹੁੰਦੇ ਨੇ ਹਾਈਪਰ ਲੂਪ ਉਹਨੂੰ ਕਹਿੰਦੇ ਨੇ ਹਾਂ ਹਨਾ ਉਹ ਥੋੜਾ ਜਿਹਾ ਕਹਿ ਲਈ ਕਿ ਫਿਰ ਵੀ ਥੋੜਾ ਸਿਕਿਓਰ ਹੈ ਫਾਸਟ ਮੇਬੀ ਅਲਟਰਨੇਟਿਵ ਹੋ ਸਕਦਾ ਫਿਊਚਰ ਦੇ ਵਿੱਚ 에ਅਰਪਲੇਨਸ ਦਾ ਕਿ ਤੁਸੀਂ ਉੱਡ ਕੇ ਨਾ ਜਾਓ ਕਿ ਸੀ ਦੇ ਅੰਦਰ ਹੀ ਕੋਈ ਨਾ ਕਿਤੇ ਹੈ ਬਟ ਉਹ ਇੰਨੇ ਵੀ ਫਾਸਟ ਹੋ ਹੀ ਨਹੀਂ ਜਾ ਸਕਦੇ ਕਿ ਤੁਸੀਂ ਜੈਲੀ ਬਣ ਜਾਓ ਤੁਹਾਡੀ ਬੋਡੀ ਜੈਲੀ ਬਣ ਜਾਏ ਠੀਕ ਹੈ ਉਹ ਇੱਕ ਚੀਜ਼ ਫਿਰ ਮੈਂ ਕਦੀ ਕਦੀ ਸੋਚਦਾ ਹਾਂ ਕਿ ਯਾਰ ਹੁਣ ਤੇ ਤੱਕ ਤੇ ਆਪਾਂ ਇੰਨੇ ਐਡਵਾਂਸ ਹੋ ਜਣੇ ਚਾਹੀਦੇ ਕਿ ਕਿਤੇ ਨਾ ਕਿਤੇ ਆਪਾਂ ਵਾਰਮ ਹੋਲ ਕ੍ਰੀਏਟ ਕਰਨ ਲੱਗ ਪਈਏ ਕਿ ਵਾਰਮ ਹੋਲ ਕ੍ਰੀਏਟ ਕੀਤਾ ਇੱਥੇ ਮੇਰੇ ਕਮਰੇ ਚ ਤੇ ਮੈਂ ਸਿੱਧਾ ਤੇਰੇ ਕਮਰੇ ਚ ਨਿਕਲ ਆਇਆ ਉਹ ਤਾਂ ਚੱਲਣਾ ਬੜੀ ਐਡਵਾਂਸ ਚੀਜ਼ ਹੈ ਉਹ ਬੜੀ ਐਡਵਾਂਸ ਚੀਜ਼ ਹੈ ਪ੍ਰੋਬਬਲੀ ਆਪ ਨੂੰ 500 ਜਾਂ 1000 ਸਾਲ ਲੱਗਣਗੇ ਬਟ ਇਹ ਪ੍ਰਪਲਸ਼ਨ ਸਿਸਟਮ ਦੇ ਮੈਂ ਰਵਾਂ ਇਦਾਂ ਪਤਾ ਨਹੀਂ ਕਿਉਂ ਮੈਨੂੰ ਇਹ ਚੀਜ਼ ਬੜੀ ਪ੍ਰਿਮਿਟਿਵ ਲੱਗਦੀ ਕੋਈ ਹੋਰ ਚੀਜ਼ ਨਹੀਂ ਹੋ ਸਕਦੀ ਕਦੇ ਨਾ ਕਦੀ ਕੋਈ ਮੇਬੀ ਤੂੰ ਕਿਤੇ ਨਾ ਕਿਤੇ ਕੰਮ ਕੀਤਾ ਹੋਵੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਜਾਂ ਤੇਰੇ ਦਿਮਾਗ ਚ ਇਦਾਂ ਦਾ ਆਈਡੀਆ ਹੋਵੇ ਆਇਆ ਹੋਵੇ ਕਿ ਯਾਰ ਥਿਸ ਇਜ਼ ਰੀਲੀ ਸਟੂਪਿਡ ਇਹ ਮੈਨੂੰ ਲੱਗਦਾ ਵੀ ਇਸ ਚੀਜ਼ ਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਹੈ ਪਰ ਕਿਉਂਕਿ ਇਹ ਟੈਕਨੋ ਤੁਸੀਂ ਟੈਕਨੋਲੀਜੀ ਟੈਕਨੋਲੋਜੀ ਦੀ ਐਜ ਤੇ ਕੰਮ ਕਰ ਰਹੇ ਹੋ ਹੈਨਾ ਤੇ ਕਦੇ-ਕਦੇ ਤੁਹਾਨੂੰ ਸਟੈਪ ਬੈਕ ਵੀ ਲੈਣਾ ਪੈਂਦਾ ਜਿੱਦਾਂ ਹਿੰਦੂ ਸੁਣਿਆ ਹੋਵੇਗਾ ਕੁਝ ਸਾਲ ਪਹਿਲਾਂ ਲੰਡਨ ਤੋਂ ਨਿਊਯਾਰਕ ਜਿਹੜਾ ਕੋਨਕੋਰਡ ਜਹਾਜ਼ ਸੀ ਜਿਹੜਾ ਸਪੀਡ ਆਫ ਸਾਊਂਡ ਤੋਂ ਜ਼ਿਆਦਾ ਸਪੀਡ ਤੇ ਕੰਮ ਕਰਦਾ ਸੀ ਸੁਪਰਸੋਨਿਕ ਉਹਦੀ ਸਪੀਡ ਸੀਗੀ ਉਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਦੀ ਫਿਊਲ ਕੰਜ਼ਮਪਸ਼ਨ ਇੰਨੀ ਜ਼ਿਆਦਾ ਸੀ ਕਿ ਉਹ ਇੱਕ ਇਕਨੋਮਿਕਲੀ ਵਾਇਬਲ ਆਪਸ਼ਨ ਨਹੀਂ ਸੀਗਾ ਹੂੰ ਅਮ ਤਿੰਨ ਤੇ ਹੁਣ ਜਿਹੜੇ 에ਰੋਪਲੇਨ ਹੈਗੇ ਨੇ ਉਹ ਅਮ ਉਸ ਕੌਨਕੋਰਡ ਤੋਂ ਦੁੱਗਣਾ ਟਾਈਮ ਲੈਂਦੇ ਨੇ ਪਰ ਕਿਉਂਕਿ ਉਹ ਇਕਨੋਮਿਕਲੀ ਵਾਇਬਲ ਆਪਸ਼ਨ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਤੇ ਕਦੇ ਕਦੇ ਸਾਡੇ ਕੋਲ ਆਪਸ਼ਨ ਹੁੰਦੇ ਨੇ ਪਰ ਉਹ ਇਕਨੋਮਿਕਲੀ ਵਾਇਬਲ ਨਹੀਂ ਹੈਗੇ ਹੂੰ फिर ओके um, okay, पुरानी आ गई नवी गल की है नवी गल है, hmm. है भी एक कंपनी है इतने यूके च रिएक्शन इंजन करके उन्होंने कॉन्सैप्ट है भी आप हाईब्रिड काम करना है आप um, जो ट्रेवल का फस्ट फेज है वो रॉकेट च करा hmm. रॉकेट uh, एक हाई अल्टीट्यूड त जाएगा फिर वो um, ਜਿਹੜਾ ਤੁਹਾਡਾ ਇੰਜਨ ਹੈ ਉਹ ਬਿਲਕੁਲ ਟਰਬਾਈਨਸ ਜਾਂ ਫਿਰ ਜਿਹੜੇ ਨੋਰਮਲ 에ਰੋਪਲੇਨ ਹੋਗੇ ਹੈਗੇ ਨੇ ਉਹਨਾਂ ਦੇ ਇੰਜਨਸ ਵਾਂਗੂ ਕੰਮ ਕਰੇਗਾ ਤੇ ਫਿਰ ਤੁਸੀਂ ਹਾਈਟ ਤੇ ਜਾ ਕੇ ਫਿਰ ਇੱਕ ਇੱਕ ਤਰ੍ਹਾਂ ਦਾ ਗ্লাইਡ ਕਰੋਗੇ ਜਾਂ ਫਿਰ ਤੁਹਾਡਾ ਕ੍ਰੂਜ਼ ਜਿਹੜਾ ਹੋਏਗਾ ਉਹ ਨੋਰਮਲ ਇੰਜਨ ਨਾਲ ਹੋਏਗਾ ਤੇ ਉਹ ਗੱਲ ਕਰ ਰਹੇ ਸੀ ਵੀ ਇਸ ਟੈਕਨੋਲੋਜੀ ਨਾਲ ਲੰਡਨ ਤੋਂ ਸਿਡਨੀ ਕੀ ਕਹਿ ਰਹੇ ਸੀ ਉਹ 2 ਘੰਟੇ ਦੋ ਘੰਟੇ ਸਾਡਾ ਲੰਡਨ ਤੋਂ ਸਿਡਨੀ ਵਾ ਮਤਲਬ ਕਿ ਇੱਕ ਸਿਗਨੀਫੀਕੈਂਟ ਰਿਡਕਸ਼ਨ ਦੀ ਗੱਲ ਕਰ ਰਹੇ ਸੀ ਤੇ ਹਾਲੇ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਉਹ ਬਹੁਤ ਹੀ ਚੈਲੈਂਜਿੰਗ ਕੰਮ ਹੈ ਇੱਕ ਹੀ ਇੱਕ ਹੀ 에어ਕ੍ਰਾਫਟ ਚ ਤੁਸੀਂ ਰਾਕਟ ਟੈਕਨੋਲੋਜੀ ਤੇ ਟਰਬਾਈਨ ਟੈਕਨੋਲੋਜੀ ਦੋਨੋਂ ਇਨਕਲੂਡ ਕਰਨਾ ਚਾਹੁੰਦੇ ਹੋ ਤੇ ਇੱਕ ਟੈਕਨੋਲੋਜੀਕਲ ਚੈਲੰਜ ਹੈਗਾ ਹੈ ਤੇ ਮੇਰੇ ਖਿਆਲ ਨਾਲ ਆਹੀ ਸਾਡੀ ਲਿਮਿਟ ਅੱਜ ਅੱਜ ਦੀ ਲਿਮਿਟ ਕੀ ਮਤਲਬ ਕਿ ਰਾਕਟ ਵਗੋਂ ਪਹਿਲਾਂ ਉੱਪਰ ਜਾਂਦੇ ਜਾਓ ਫਿਰ ਉਪਰੋਂ ਥੱਲੇ ਸੁੱਟੋ ਗ্লাইਡ ਕਰਦੇ ਆ ਮਤਲਬ ਕਿ ਵਰਟੀਕਲ ਐਗਜੈਕਟਲੀ ਵਰਟੀਕਲ ਨਹੀਂ ਹੈ ਤੁਸੀਂ ਥੋੜਾ ਡੈਸਟੀਨੇਸ਼ਨ ਤੇ ਐਂਗਲ ਐਂਗਲ ਤੇ ਜਾਓਗੇ ਪਰ ਪਰ ਆਈਡੀਆ ਇਹ ਹੀ ਹੈਗਾ ਵੀ ਤੁਸੀਂ ਪਹਿਲਾਂ ਹਾਈਟ ਗੇਨ ਬਹੁਤ ਹੀ ਤੇਜ਼ੀ ਨਾਲ ਕਰੋਗੇ ਫਿਰ ਫਿਰ ਤੁਸੀਂ ਕਰੂਜ਼ ਚ ਘੱਟ ਟਾਈਮ ਲੱਗੇਗਾ ਤੁਹਾਨੂੰ ਹੂੰ ਹੂੰ ਨਹੀਂ ਇਟ ਇਟ मेरे दिमाग में पिक्चर बनदी भी कि के इट कैन वर्क अगर वो फिगर आउट कर लेंगे रॉकेट वाला पार्ट क्योंकि रॉकेट वाला पार्ट काफी डेंजरस है हाँ रॉ रौक, रॉकेट रौके, रॉकेट वाली टेक्नोलॉजी उतनी सेफ नहीं अल, अज जी, आ, है आज भी उतनी आनदी जितनी एरोप्लेन दी टेक्नोलॉजी है की है ते ओथे चैलेंजेस है ने ते फ्यूल भी क्योंकि हाइड्रोजन फ्यूल शायद हां शायद हाइड्रोजन फ्यूल यूज़ करन

ਇੱਕ ਐਪਲ ਨੂੰ ਟ੍ਰਾਂਸਫਰ ਕੀਤਾ ਸੀ ਫਿਰ ਉਹ ਰੀਕਨਸਟਰਕਟ ਰੀਕਨਸਟਰਕਟ ਨਿਊ ਅਜਿੱਥਾਂ ਤੇ ਪਰ ਕਿਸੇ ਨੇ ਟਰਾਈ ਕੀਤੀ ਸੀ ਥਿਉਰੀ ਤੇ ਨਹੀਂ ਸੀ ਮੈਂ ਸੌਰੀ న్యూਸ ਤੇ ਨਹੀਂ ਬਟ ਮੈਂ ਇੱਕ ਥਿਉਰੀ ਪੜਦਾ ਪਿਆ ਸੀ ਇਹਦੇ ਉੱਤੇ ਹਾਂ ਕਿ ਆਰਨੋ ਕਿ ਉਹ ਕਿੰਨਾ ਕੁ ਰੈਲੇਵੈਂਟ ਹੈ ਤੇਰੇ ਐਗਜ਼ਾਮਪਲ ਤੋਂ ਕਿ ਕਿਸੇ ਨੇ ਐਗਜ਼ਾਮਪਲ ਦਿੱਤੀ ਕਿ ਲੈਟਸ ਟੇਕ ਅ ਬਾਕਸ ਸੋਚੋ ਵੈਕਿਊਮ ਬਾਕਸ ਹੈ ਉਹਦੇ ਵਿੱਚ ਤੁਸੀਂ ਐਪਲ ਰੱਖਤਾ ਤੇ ਉਹਨੂੰ ਤੁਸੀਂ ਮਿਲੀਅਨイヤー ਵਾਸਤੇ ਉੱਥੇ ਰੱਖਤਾ ਕਿ ਐਪਲ ਪਲਨ ਉਤੇ ਜਾਏਗਾ ডিসਪੀਅਰ ਹੋ ਜਾਏਗਾ ਫਿਰ ਉੱਥੇ ਰੀਅਪੀਅਰ ਹੋ ਜਾਏਗਾ ਕਿਉਂਕਿ એનર્ਜੀ ਅਗਰ ਤੁਸੀਂ ਟ੍ਰੈਪ ਕਰਦੇ ਹੋ ਨਾ ਇੱਕ ਜਗ੍ਹਾ ਦੇ ਵਿੱਚ ਤੂੰ ਡੀਕਨਸਟਰਕਟ ਹੋ ਕੇ ਅਗਰ ਉਨ ਕੁਝ ਐਕਸਟਰਾ ਨਹੀਂ ਮਿਲਨਦਿਆ ਤੂੰ ਸੇਮ ਆਪਣੇ ਆਪਣੇ origignal form ਦੇ ਵਿੱਚ ਕਨਸਟਰਕਟ ਹੋ ਜਾਏਗਾ ਇਹ ਮੈਂ ਪੜਿਆ ਸੀ ਆਰਨੋ ਕਿ ਕਿੰਨਾ ਕਰੈਕਟ ਹੈ ਕਿ ਐਦਾਂ ਹੀ ਮੇਬੀ ਯੂਨੀਵਰਸ ਵੀ ਕੰਮ ਕਰੁੰਦਿਆ ਕਿ ਹਰੇਕ ਚੀਜ਼ ਕੰਸਟਰਕਟ ਰੀਕਨਸਟਰਕਟ ਹੁੰਦੀ ਪਈ ਹੈ ਡਿਸਟਰੋਏ ਹੁੰਦੀ ਪਈ ਹੈ ਫਿਰ ਰੀ ਰੀਕਨਸਟਰਕਟ ਹੁੰਦੀ ਪਈ ਤਾਂ ਹੀ ਉਹ ਕਹਿੰਦੇ ਨੇ ਕਿ ਆਪਣੇ ਬਹੁਤ ਜ਼ਿਆਦਾ ਕਹਿ ਲਈਏ ਕਿ ਕਲੋਨਸ ਜਾਂ ਆਪਣੇ ਬਹੁਤ ਰੈਪਲਿਕਾ ਕਾਪੀਜ਼ ਕਿਉਂਕਿ ਅਗਰ ਮੈਟਰ ਲਿਮਿਟਿਡ ਹੈ ਨਾ ਹਮ ਐਂਡ ਯੂ ਹੈਵ ਦਾ ਆਈ ਡੋਨਟ ਨੋ ਮੈਨੂੰ ਵਰਡ ਨਹੀਂ ਹੁਣ ਲੱਭਣ ਦੇ ਕਿ ਅਗਰ ਮੈਟਰ ਲਿਮਿਟਿਡ ਨੇ ਚੀਜ਼ਾਂ ਲਿਮਿਟਿਡ ਨੇ ਐਲੀਮੈਂਟ ਲਿਮਿਟਿਡ ਨੇ ਬਟ ਸਕੇਲ ਬੜਾ ਵੱਡਾ ਹੈ ਯੂਨੀਵਰਸ ਦੇ ਵਿੱਚ ਉਹ ਚੀਜ਼ਾਂ ਵਾਰ-ਵਾਰ ਰਿਪੀਟ ਹੁੰਦੀਆਂ ਜਾਣਗੀਆਂ ਕਿ ਗगनਵੀ ਰਿਪੀਟ ਹੋ ਰਿਹਾ ਹੈ ਵਿਸ਼ਾਲ ਵੀ ਰਿਪੀਟ ਹੋ ਰਿਹਾ ਤੇ ਉਹ ਅਰਨੋ ਕੇ ਨਿਊਜ਼ ਕਿ ਕਿ ਅਰਨੋ ਕੇ ਕਿੱਦਾਂ ਕੀਤਾ ਹੋਗਾ ਕਿ ਐਪਲ ਕਿਤੇ ਨਾ ਕਿਤੇ ਗਿਆ ਤੇ ਕਿਤੇ ਨਾ ਕਿਤੇ ਰਿਪੇਅਰ ਹੋ ਗਿਆ ਥਿਸ ਇਜ਼ ਅ ਬਿਗ ਅਚੀਵਮੈਂਟ ਅਗਰ ਕਿਸੇ ਨੇ ਕੀਤਾ ਹੋਵੇ ਪਤਾ ਨਹੀਂ ਮੈਂ ਮੈਂ ਤਾਂ ਉਹਨਾਂ ਧਿਆਨ ਨਹੀਂ ਦਿੱਤਾ ਸੀ ਤੇ ਪਰ ਕਿਉਂਕਿ ਇਹ ਦਾ ਫੰਡਮੈਂਟਲ ਰੀਜ਼ਨ ਏ ਹੈ ਮੈਂ ਧਿਆਨ ਕਿਉਂ ਨਹੀਂ ਦਿੱਤਾ ਕਿਉਂਕਿ ओके थ्योरेटिकली ਤੁਸੀਂ ਇਹ ਕਰ ਸਕਦੇ ਹੋ ਵੀ ਕਿਉਂਕਿ ਹਰ ਆ ਪਾਰਟੀਕਲ ਜਿੰਦੇ ਚ ਮਾਸ ਹੈਗਾ ਉਹਨੂੰ એનર્ਜੀ ਚ ਕਨਵਰਟ ਕਰ ਸਕਦੇ ਹੋ ਤੁਸੀਂ ਤੇ એનર્ਜੀ ਨੂੰ ਤੁਸੀਂ ਬਹੁਤ ਤੇਜ਼ੀ ਨਾਲ ਟ੍ਰਾਂਸਫਰ ਕਰ ਸਕਦੇ ਹੋ ਵਿਦ ਸਪੀਡ ਆਫ ਲਾਈਟ ਹਮ ਅਮ थ्योरेटिकली ਤੁਸੀਂ ਇਹ ਕਰ ਸਕਦੇ ਹੋ ਪਰ ਹੁਣ ਤੂੰ ਦੇਖ ਵੀ ਜਿਹੜੇ ਨਿਊਕਲੀਅਰ ਬੰਬ ਹੁੰਦੇ ਨੇ ਹੁੰਦੇ ਚ ਇਹੀ ਕਰ ਰਹੇ ਹੋ ਤੁਸੀਂ ਵੀ ਪਾਰਟੀਕਲ ਦਾ ਮਾਸ ਜਿਹੜਾ ਉਹਨੂੰ એનર્ਜੀ ਚ ਕਨਵਰਟ ਕਰ ਰਹੇ ਹੋ ਹਮ ਅਮ ਇਨ ਇਨ ਅਨ ਕੰਟਰੋਲਡ ਵੇ ਤੇ ਇਸ ਕਰਕੇ ਉਹ ਐਕਸਪਲੋਜਨ ਬਣ ਜਾਂਦਾ ਤੁਸੀਂ ਦੇਖੋ ਵੀ ਉਹ ਬੰਬ ਕਿੰਨਾ ਵੱਡਾ ਹੋਏਗਾ ਮੈਕਸਿਮਮ ਏ ਡਾਈਮੈਂਸ਼ਨ ਮੇਰੇ ਹੱਥ ਜਿਨੀ ਡਾਈਮੈਂਸ਼ਨ ਹੋਈ ਓਦੀ ਜਿਹੜਾ ਡੈਟੋਨੇਟਡ ਡੈਟੋਨੇਟੇਬਲ ਪਾਰਟ ਹੈ ਉਹ ਇੰਨਾ ਜਿਹਾ ਪਾਰਟ ਜਦ એનર્ਜੀ ਚ ਕਨਵਰਟ ਕਰਦੇ ਹੋ ਤੁਸੀਂ ਇੰਨੀ ਜ਼ਿਆਦਾ એનર્ਜੀ ਤੁਸੀਂ ਪੈਦਾ ਕਰਦੇ ਹੋ ਕਿ ਉਹਦਾ ਉਹਦਾ ਇਫੈਕਟ ਪੂਰੇ ਸਿਟੀ ਨੂੰ ਮਹਿਸੂਸ ਹੁੰਦਾ ਹੈ ਹਮ ਹੁਣ ਜੇ ਜੇ ਤੁਸੀਂ ਚਾਹੋ ਵੀ ਗਗਨ ਨੂੰ એનર્ਜੀ 'ਚ ਕਨਵਰਟ ਕਰ ਦਿਓ ਤੁਸੀਂ ਹਮ ਤੇ ਉਹ એનર્ਜੀ ਕਿੱਦਾਂ ਕੰਟਰੋਲ ਕਰੋਗੇ ਤੁਸੀਂ ਤੇ ਉਹਨੂੰ ਕਿਸ ਕਿਸ ਤਰ੍ਹਾਂ ਦੇ మీడియం ਨਾਲ ਤੁਸੀਂ ਟ੍ਰਾਂਸਫਰ ਕਰੋਗੇ ਕਿਹੜੀ ਇਹੋ ਜੀ ਕਾਪਰ ਵਾਇਰ ਹੈ ਜਾਂ ਫਿਰ ਕਿ ਕਿਹੋ ਜੀ ਟਿਊਬ ਹੈ ਜਿੰਨੀ ਇੰਨੀ એનર્ਜੀ ਟ੍ਰਾਂਸਫਰ ਹੋਵੇਗੀ ਤੇ ਇਹ ਫੰਡਮੈਂਟਲ ਪ੍ਰੋਬਲਮ ਹੈ ਇਹ ਤੇ ਕਿ ਮਾਸ ਟੂ એનર્ਜੀ ਟ੍ਰਾਂਸਫਰ ਬਹੁਤ ਵੱਡਾ ਫੈਕਟਰ ਹੈ ਹਮ ਬਟ ਹਾਂ ਉਹਦੇ ਵਿੱਚ ਇਹ ਵੀ ਹੈ ਨਾ ਕਿ ਬਿਫੋਰ ਕਿ ਮੈਂ ਟੈਲੀਪੋਰਟ ਹੋਵਾਂ ਲੈਟਸ ਸੇ ਕਿ ਫਿਗਰ ਆਪ ਫਿਗਰ ਆਊਟ ਆਪਾ ਕਰ ਲਿਆ ਦਾ ਮੀਡੀਅਮ ਕਿ ਇਹ એનર્ਜੀ ਹੁਣ ਚੱਲੀ ਇਹਨੂੰ ਕੈਪਚਰ ਕਿੱਦਾਂ ਕਰਨਾ ਲੈਟਸ ਸੇ ਵੀ ਫਿਗਰ ਇਟ ਆਊਟ ਫਿਰ ਨੂੰ ਰੀਅਪੀਅਰ ਕਿੱਦਾਂ ਕਰਨਾ ਉਹ ਟੈਲੀਪੋਰਟੇਸ਼ਨ ਜੇ ਪ੍ਰੋਬਲਮ ਹੈ ਕਿ ਫਰਸਟ ਆਈ ਹੈਵ ਟੂ ਡਾਈ ਹਮ Right. completely deconstruct ha and i don't know <laughs> of kitna painful a processful wala that o the o the chal pain da vi sochoge kise de ilaj kad lya ke teleportation de vich jadon main mar gaya te dooji jagah te main reappear hoya ha ha is that me without a soul aur jadve dte ji da sochda ke o oh, kon hoega banda ਕਿ ਕੀ ਹੋ ਜਸ ਇਹਦੇ ਦੀ ਦਵਾ ਚਲੋ ਹੁਣ ਹੁਣ ਫੈਂਟਸੀ ਵਰਲਡ ਚ ਗਏ ਆ ਤੇ ਫਿਰ ਮੈਨੂੰ ਇਹ ਵੀ ਲੱਗ ਰਿਹਾ ਵੀ ਹਰ ਸਿਸਟਮ ਦੀ ਕੋਈ ਐਫੀਸ਼ੀਐਂਸੀ ਹੁੰਦੀ ਹੈ ਵੀ 90% 99% 80% ਤੇ ਉਸ ਟ੍ਰਾਂਸਮਿਸ਼ਨ ਦੀ ਵੀ ਕੋਈ ਐਫੀਸ਼ੀਐਂਸੀ ਹੋਏਗੀ ਹੈਨਾ ਤੇ ਇਥੋਂ ਗगन ਪੂਰਾ ਜੀ 70 ਕਿਲੋ ਦਾ ਗगन ਚੱਲੇ ਆ ਤਾਂ ਉੱਥੇ ਪੁੱਜੇ ਕਿੰਨਾ 56 ਕਿਲੋ ਕੀ ਹੋ ਗਿਆ ਗगन ਖਾਦਾ ਵੀ ਤਾਂ ਨਹੀਂ ਆਇਆ ਯਾ ਯਾ ਉਹ ਕਹਿੰਦੇ ਨੇ ਕਿ ਮੈਂ ਨਾ ਇਹ ਪ੍ਰੋਬਲਮ ਆ ਦ ਪ੍ਰਪੈਚੁਅਲ ਮਸ਼ੀਨ ਕਿਉਂ ਨੂੰ ਕਹਿੰਦੇ ਨੇ ਪ੍ਰਪੈਚੁਅਲ ਮੋਸ਼ਨ ਮਸ਼ੀਨ ਪ੍ਰਪੈਚੁਅਲ ਮੋਸ਼ਨ ਇਹਦੇ ਉੱਤੇ ਮੈਂ ਬੜਾ ਕਦੇ-ਕਦੇ ਸੋਚਦਾ ਹੁੰਦਾ ਚਲ ਸਾਇੰਸ ਤੇ ਮੇਰਾ ਨਹੀਂ ਹੈਗਾ ਫੀਲਡ ਪਰ ਮੈਂ ਦੇਖਦਾ ਹਾਂ ਕਿ ਕੋਈ ਚੀਜ਼ ਚੱਲੀ ਹਰੇਕ ਟਾਈਮ ਜਦੋਂ એનર્ਜੀ ਟ੍ਰਾਂਸਫਰ ਹੁੰਦੀ ਹੈ ਨਾ ਉਹ ਲੂਜ਼ ਹੁੰਦੀ ਪਈ ਹੈ ਕਿਤੇ ਨਾ ਕਿਤੇ ਪ੍ਰਪੈਚੁਅਲ ਮੋਸ਼ਨ ਕਿੱਦਾਂ ਹੋ ਸਕਦਾ ਹੈ ਕਿੱਦਾਂ ਪੋਸੀਬਲ ਹੈ ਨਹੀਂ ਪੋਸੀਬਲ ਫਿਲਹਾਲ ਤੇ ਤੇ ਉਹੀ ਤੇਰੀ ਪ੍ਰੋਬਲਮ ਆ ਗਈ ਵਿੱਚ ਕਿ ਜਦੋਂ એનર્ਜੀ ਨੂੰ ਤੁਸੀਂ ਛੱਡਿਆ ਜਾਂ ਲੂਸ ਤੇ ਤੁਸੀਂ ਕਰੋਗੇ ਨਾ ਕਿ ਤੁਸੀਂ 100% ਨਹੀਂ ਰੱਖ ਸਕਦੇ ਕਿ ਮੈਂ ਇੱਥੇ ਬਾਡੀ ਸ਼ੇਪੀ ਬਣਾ ਕੇ ਕਰਦਾ ਮੈਂ ਮੇਰੇ ਡੋਲੇਟ ਰਿਲੇਅਰ ਹੋਇਆ ਇਹਦਾ ਯਾ ਫਿਰ ਦੂਜੀ ਬਣਾ ਦੇ ਤੇਰੀ ਨੋਂਗਲੀਆਂ ਵਾਪਸ ਆਈ ਦੱਸੇ ਹਾਂ ਨਹੀਂ ਇਨ ਵਿੱਚ એનર્ਜੀ ਲੂਸ ਤਾਂ ਨਹੀਂ ਹੁੰਦੀ એનર્ਜੀ ਕੰਜ਼ਰਵ ਰਹਿੰਦੀ ਹੈ ਪਰ ਯੂਸਫੁਲ એનર્ਜੀ ਲੂਸ ਹੋ ਜਾਂਦੀ ਹੈ ਹਮ ਜਿੱਦਾਂ ਅੰਰਜੀ ਜਿੱਦਾਂ ਗਗਨ ਟ੍ਰਾਂਸਫਰ ਹੋ ਰਿਹਾ ਹੈ ਵਾਇਰ 'ਚ ਉਹ ਥੋੜੀ ਜੀ ਹੀਟ ਐਨਰਜੀ ਬਣ ਜੇਗੀ ਉੱਥੇ ਤੇ ਹੀਟ ਲੂਸ ਹੋਈ ਜਾਵਾਂਗੇ ਕਿਤਨਾ ਕਿਤਨਾ ਹਾਂ ਆ ਦੇ ਫਿਰ ਪਤਾ ਨਹੀਂ ਉਹਨੂੰ ਉਹਨੂੰ ਸ਼ਾਇਦ ਐਕਸਟਰਾ ਐਨਰਜੀ ਪਾ ਕੇ ਸ਼ਾਇਦ ਕੰਪਨਸੇਟ ਕਰ ਸਕਦੇ ਆ ਪਰ ਪਤਾ ਨਹੀਂ ਬਟ ਉਹ ਵਿਸ਼ਾਲ ਤੋਂ ਲਾਵਾਂਗਾ ਐਨਰਜੀ ਮੈਂ ਹਾਂ ਫਿਰ ਉਹ ਕਿੱਦਾਂ ਰੀਕਨਸਟਰਕਟ ਕਿੱਥੋਂ ਲਾਵਾਂਗਾ ਮੈਂ ਠੀਕ ਹੈ ਉਹ ਚੀਜ਼ ਹੋ ਗਈ ਚਲ ਟੈਲੀਪੋਰਟੇਸ਼ਨ ਆ ਪਹਿਲੇ ਮੈਂ ਸੋਚਦਾ ਹੁੰਦਾ ਸੀ ਕਿ ਟੈਲੀਪੋਰਟੇਸ਼ਨ ਮੈਂ ਸੋਚਣਾ ਕਿ ਮੇਬੀ ਪੋਸੀਬਲ ਹੈ ਆ ਪ੍ਰੋਬਬਲੀ 100 200 ਸਾਲ ਬਾਅਦ ਬਟ ਅੱਜ ਦੇ ਟਾਈਮ ਮੈਂ ਨਹੀਂ ਮੰਨਦਾ ਕਿ ਟੈਲੀਪੋਰਟੇਸ਼ਨ ਪੋਸੀਬਲ ਹੈ ਇਹਦੇ ਚ ਬਹੁਤ ਜ਼ਿਆਦਾ ਰਿਸਕ ਹੈ ਤੇ ਇਹਦੇ ਵਿੱਚ ਰਿਸਕ ਹੈ ਪ੍ਰੋਬਬਲੀ ਥੈਟ ਯੂ ਲੂਜ਼ ਯਰਸੈਲਫ ਠੀਕ ਹੈ ਪੋਸੀਬਲ ਤਾਂ ਜ਼ਰੂਰ ਹੈ ਪ੍ਰੋਸੈਸ ਇਜ਼ ਪੋਸੀਬਲ ਬਟ ਉਹ ਜਿਹੜਾ ਪ੍ਰੋਡਕਟ ਹੈ ਤੁਹਾਡਾ ਜਿਹਨੂੰ ਟੈਲੀਬੋਰਡ ਕਰਨ ਲੱਗੇ ਉਹ ਸੇਮ ਪ੍ਰੋਡਕਟ ਹੈ ਉਹਦੇ ਵਿੱਚ ਜੋ ਆਪਾਂ ਪ੍ਰੋਬਲਮ ਮੈਂਸ਼ਨ ਕੀਤੀ ਉਹ ਹੈ ਬਟ ਉਹ ਤੋਂ ਪਹਿਲਾਂ ਮੈਂ ਸੋਚਦਾ ਹਾਂ ਕਿ ਮੇਬੀ ਵਾਰਮ ਹੋਲ ਵਾਲਾ ਕੰਮ ਉਹ ਪਹਿਲੋਂ ਆ ਜਾਏਗਾ ਤੇ ट्रैवलिंग ਦੇ ਵਿੱਚ ਮੈਂ ਜਿੱਦਾਂ ਮੈਂ ਹੈ ਨਾ ਟੈਕਨੋਲੋਜੀ ਦਾ ਬਹੁਤ ਸੋਚਦਾ ਹਾਂ ਕਿ ਟਰੈਵਲ ਕਰਨ ਦੇ ਲਈ ਮੇਬੀ ਪਹਿਲਾ ਆਪਸ਼ਨ ਹੋ ਸਕਦਾ ਮੈਂ ਕੋਈ ਸਿੰਥੈਟਿਕ ਬਾਡੀ ਹੈ ਕਿ ਇੱਕ ਸਿੰਥੈਟਿਕ ਬਾਡੀ ਇੰਡੀਆ 'ਚ ਪਈ ਹੋਈ ਹੈ ਇੱਕ ਯੂਕੇ 'ਚ ਮੈਂ ਬੜਾ ਅਮੀਰ ਹਾਂ ਬਾਡੀਆਂ ਖਰੀਦ ਕੇ ਰੱਖੀਆਂ ਹੋਈਆਂ ਨੇ ਆਲ ਆਈ ਡੂ ਇਸ ਮੈਂ ਇੱਥੇ ਕੁਰਸੀ ਤੇ ਬੈਠਾ ਵਾਂ ਸਵਿਚ ਦਬਦਾ ਵਾਂ ਕੌਂਸ਼ੀਅਸਨੈਸ ਟ੍ਰਾਂਸਫਰ ਕਰਦਾ ਵਾਂ ਦੂਜੀ ਕੰਟਰੀ ਦੇ ਵਿੱਚ ਉਹ ਇੱਕ ਮੋਡ ਆਫ ਟਰੈਵਲ ਹੋ ਗਿਆ ਬਟ ਮੈਂ ਸੋਚਦਾ ਵਾਂ ਕਿ ਅਗਰ ਇੱਕ ਬੰਦੇ ਦੀਆਂ ਚਾਰ ਚਾਰ ਪੰਜ ਪੰਜ ਬੋਡੀਆਂ ਹੋਣ ਲੱਪੀਆਂ ਐਂਡ ਵੀ ਆ 8 ਬਿਲੀਅਨ ਮਲਟੀਪਲਾਈ ਬਾਈ 4 ਤੇ ਉਹ ਕਾਮ ਖਰਾਬ ਹੋ ਜਾਏਗਾ ਫਿਰ ਮੈਂ ਸੋਚਦਾ ਵਾਰਮ ਹੋ ਵਾਲਾ ਕੰਮ ਉਹ ਜ਼ਿਆਦਾ ਈਜ਼ੀ ਹੈ ਇਹਨਾਂ ਦੇ ਵਿੱਚੋਂ ਕਿ ਵਾਰਮਹੋਲ ਮੈਨੇ ਦੱਸ ਕਿ ਕੀ ਹੈ ਵਾਰਮਹੋਲ ਲੜਕੀ ਕਨਸੈਪਟ ਹੈ ਵਾਰਮਹੋਲ ਇਦਾਂ ਨਹੀਂ ਹੁੰਦਾ ਕਿ ਤੁਸੀਂ ਦੋ ਪੁਆਇੰਟਸ ਨੂੰ ਜੁਆਇਨ ਕਰ ਸਕਦੇ ਹੋ ਫੋਰ ਐਗਜ਼ਾਮਪਲ ਯੂਕੇ ਦਾ 13 ਕਮਰਾ ਤੇ ਮੇਰਾ ਨਿਊਜ਼ੀਲੈਂਡ ਦਾ ਕਮਰਾ ਉਹਨੂੰ ਮੈਂ ਜੁਆਇਨ ਕਰ ਸਕਦਾ ਅਗਰ ਮੈਂ ਪੋਰਟਲ ਖੋਲਣਾ ਹਮ ਬਿਟਵੀਨ ਯੂ ਕਮਰਾ ਐਂਡ ਮਾਈ ਕਮਰਾ ਹਮ ਕਿ ਇਹ ਸਿਰਫ ਫੈਂਟਸੀ ਵਰਲਡ ਹੀ ਹੈ ਕਿਉਂਕਿ ਉਹ ਨਾ ਕੀ ਕਹਿੰਦੇ ਨੇ ਕਿ ਕੀ ਤੁਸੀਂ ਸਪੇਸ ਨੂੰ ਮੋਲਡ ਕਰ ਸਕਦੇ ਹੋ ਕਿਸੇ ਨਾ ਕਿਸੇ ਤਰ੍ਹਾਂ ਹਮ ਓਕੇ ਆ ਮੈਂ ਸਮਝ ਗਿਆ ਹਮ ਓਕੇ ਸੋ ਕੁਝ ਚੀਜ਼ਾਂ ਮੈਨੂੰ ਲੱਗਦਾ ਵੀ ਉਹ ਇੱਕ ਪਾਰਟਿਕੂਲਰ ਸਕੇਲ ਤੇ ਹੁੰਦੀਆਂ ਨੇ ਹਮ ਸਕੇਲ ਮੀਨਸ ਅ ਤੁਸੀਂ ਯੂਨੀਵਰਸ ਦੇ ਸਕੇਲ ਤੇ ਇਸ ਚੀਜ਼ ਨੂੰ ਇਮੇਜਿਨ ਕਰ ਸਕਦੇ ਹੋ ਆ ਤੁਸੀਂ ਤੁਹਾਡੇ ਕੋਲ ਸਪੇਸ ਟਾਈਮ ਇੱਕ ਅਮ ਫੀਲਡ ਹੈਗਾ ਉਹਨੂੰ ਉਹਨੂੰ ਤੁਸੀਂ ਬੈਂਡ ਹੁੰਦਾ ਹੋਇਆ ਸੋਚ ਸਕਦੇ ਹੋ ਪਰ ਜੇ ਤੁਸੀਂ ਅਰਥ ਦੇ ਸਕੇਲ ਤੇ ਆਓ ਉਸੀ ਚੀਜ਼ ਨੂੰ ਇਮੇਜਿਨ ਕਰਨਾ ਉਹਨਾਂ ਆਸਾਨ ਆਸਾਨ ਨਹੀਂ ਹੈਗਾ ਹੁਣ ਹਮ ਕਿਉਂਕਿ ਇੱਥੇ ਲਾਈਟ ਟਰੈਵਲ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਉਹ ਸਾਰੇ ਜਿਹੜੇ ਕਨਸੈਪਟ ਹੈਗੇ ਨੇ ਟਾਈਮ ਬੈਂਡਿੰਗ ਵਾਲੇ ਉਹ ਥੋੜੇ ਜੇ ਫਿਰ ਇਮੇਜਿਨ ਕਰਨੇ ਮੁਸ਼ਕਿਲ ਹੋ ਜਾਂਦੇ ਨੇ ਕਿਉਂਕਿ એનર્ਜੀ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਉਹਨਾਂ ਪ੍ਰੋਸੈਸਸਸ ਦੇ ਵਿੱਚ ਅਮ એનર્ਜੀ ਦੀ ਰਿਕੁਆਇਰਮੈਂਟ ਇੱਕਦਮ ਮੈਨੂੰ ਕੋਈ ਆਈਡੀਆ ਨਹੀਂ ਪਰ ਉਹਨਾਂ ਦੀ ਫੀਜ਼ਿਬਿਲਟੀ ਇਸ ਇਸ ਕਨਸੈਪਟ ਦੀ ਫੀਜ਼ਿਬਿਲਟੀ ਇਸ ਇਸ ਛੋਟੇ ਸਕੇਲ ਤੇ ਅਰਥ ਦੇ ਸਕੇਲ ਤੇ ਕੀ ਹੈ ਉਕ ਉਕafi ਸ਼ਾਇਦ ਕੁਐਸਚਨੇਬਲ ਹੋਏਗਾ ਹਮ ਥੋੜਾ ਮੈਨੂੰ ਥੋੜਾ ਮੈਨੂੰ ਹੋਰ ਪੜ੍ਹਨਾ ਚਾਹੀਦਾ ਇਸ ਵਾਰੀ ਮੈਨੂੰ ਪੂਰਾ ਕਲੀਅਰ ਨਹੀਂ ਹੈਗਾ ਪਰ ਸ਼ਾਇਦ ਥਿਓਰੀਟিক্যাল ਚੈਲੰਜਸ ਹੋਣਗੇ ਹਮ ਇਸ ਛੋਟੇ ਸਕੇਲ ਤੇ ਇਦਾਂ ਦੀ ਚੀਜ਼ ਨੂੰ ਇਮੇਜਿਨ ਕਰਨ ਲਈ ਤੇ ਮੇਰੀ ਅੰਡਰਸਟੈਂਡਿੰਗ ਸੀ ਅਗੇਨ ਥਿਸ ਇਜ਼ ਜਸਟ ਮਾਈ ਅੰਡਰਸਟੈਂਡਿੰਗ ਮੈਂ ਬਹੁਤ ਸਟੂਪਿਡਾ ਸਟੂਪਿਡ ਅੰਡਰਸਟੈਂਡਿੰਗ ਆਨੇ ਮੇਰੀਆਂ ਕਿ ਪੂਰੇ ਯੂਨੀਵਰਸ ਨੂੰ ਕਾਈਂਡ ਆਫ ਉਹਦਾ ਇੱਕ ਮੌਕ ਟੈਸਟ ਚੱਲਦਾ ਪਿਆ ਕਿ ਯੂਨੀਵਰਸ ਕਿੱਦਾਂ ਕੰਮ ਕਰਦਾ ਸਰਨ ਦੇ ਵਿੱਚ ਹੂੰ ਤੇ ਕਿਤੇ ਲੱਗਦਾ ਨਹੀਂ ਕਿ ਜੋ ਚੀਜ਼ਾਂ ਬੜੀਆਂ ਵੱਡੇ ਸਕੇਲ ਦੀਆਂ ਨੇ ਉਹ ਕਿਤਨਾ ਕਿਤੇ ਡੈਮੋਨਸਟ੍ਰੇਟ ਹੁੰਦੀਆਂ ਪਈਆਂ ਨੇ ਸਰਨ ਦੇ ਵਿੱਚ ਪਹਿਲੀ ਗੱਲ ਤੇ ਸਰਨ ਦੇ ਵਿੱਚ ਕੀ ਇਦਾਂ ਦੀ ਚੀਜ਼ ਏ ਕਿ ਉਹ ਬੜਾ ਫੇਮਸ ਹੋਇਆ ਜਦੋਂ ਆਪਾਂ ਐਸਟੈਬਲਿਸ਼ ਕੀਤਾ ਆਈ ਰਿਮੈਂਬਰ black and white tv ਤੇ ਮੈਂ ਦੇਖਣ ਦੇ ਆ ਸੀ ਕਿ ਇਹ ਚੀਜ਼ਾਂ ਇੰਡੀਆ ਦੇ ਵਿੱਚ ਜਦੋਂ ਇਹ ਨਿਊਜ਼ ਆਈ ਸੀ ਕਿ ਅਸੀਂ ਜੀ ਬਣਾ ਲਿਆ ਜੀ ਹੁਣ ਅਸੀਂ ਇਦਾਂ ਕਰ ਦਾਂਗੇ ਅਸੀਂ ਇਦਾਂ ਕਰ ਦਾਂਗੇ ਆ ਲੈਟ ਵਾਟਸੋ ਸਪੈਸ਼ਲ ਹਮ ਕਿ ਪਹਿਲੀ ਗੱਲ ਤੇ ਕੀ ਹੁੰਦਾ ਪਿਆ ਉੱਥੇ ਹਮ ਓਕੇ ਹਾਂ ਤੇ ਵਧੀਆ ट्रांजिशन ਹੈਗਾ ਕਿ ਵਰਮ ਹੋਲ ਵਰਗੇ ਕਨਸੈਪਟ ਤੋਂ ਹਮ ਇਹਦੀ ਅੰਡਰਸਟੈਂਡਿੰਗ ਇਹਦੀ ਫੰਡਮੈਂਟਲ ਅੰਡਰਸਟੈਂਡਿੰਗ ਕਿਦਾਂ ਆਪਾਂ ਗੇਨ ਕਰ ਰਹੇ ਨੇ ਤੇ ਸਰ ਮੈਂ ਇੱਕ ਵਾਰੀ ਰਿਪੀਟ ਕਰ ਦਵਾ ਵਿਊਅਰਸ ਲਈ ਵੀ ਇੱਕ ਲੈਬ ਹੈਗੀ ਹੈ ਜਿਨੀਵਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਕੋਈ ਨਾਰਮਲ ਲੈਬ ਨਹੀਂ ਹੈਗੀ ਇੱਕ ਪਾਰਟੀਕਲ ਐਕਸਲਰੇਟਰ ਹੈ ਵੀ ਆਪਾਂ ਸਾਰੇ ਪਾਰਟੀਕਲਸ ਨਾਲ ਬਨੇ ਹਨ ਹਰ ਚੀਜ਼ ਤੁਹਾਡੇ ਆਸ-ਪਾਸ ਪਾਰਟੀਕਲਸ ਨਾਲ ਬਣੀ ਹੋਈ ਹੈ ਤੇ ਆਪਾਂ ਸਕੂਲ ਚ ਪੜ੍ਹਦੇ ਨੇ ਵੀ ਐਟਮਸ ਤੇ ਉਹਦੇ ਅੰਦਰ ਇਲੈਕਟ੍ਰੋਨ ਨਿਊਟ੍ਰੋਨ ਪ੍ਰੋਟੋਨ ਪਰ ਉਹਦੇ ਬਾਅਦ ਚੀਜ਼ਾਂ ਕੰਪਲੈਕਸ ਹੋ ਜਾਂਦੀਆਂ ਨੇ ਫਿਰ ਆਪਾਂ ਉੱਥੇ ਰੋਕ ਦਿੰਦੇ ਨੇ ਪੜ੍ਹਾਈ ਇਹ ਪੜ੍ਹਾਈ ਉੱਥੇ ਰੁਕ ਜਾਂਦੀ ਹੈ ਸਕੂਲ ਚ ਤੇ ਹੁਣ ਫਿਜ਼ਿਕਸ ਦਾ ਫਿਜ਼ਿਕਸ ਰਿਸਰਚਰ ਆਪਣੀ ਰਿਸਰਚ ਕਰ ਰਹੇ ਨੇ ਤੇ ਉਹ ਨਵੀਆਂ-ਨਵੀਆਂ ਚੀਜ਼ਾਂ ਖੋਜ ਰਹੇ ਨੇ ਤੇ ਜਿਹੜੇ ਇਹ ਫੰਡਮੈਂਟਲ ਪਾਰਟਿਕਲਸ ਹੈਗੇ ਨੇ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਤੇ ਹੋਰ ਵੀ ਦੂਜੇ ਇਹ ਵੀ ਹੋਰ ਫੰਡਮੈਂਟਲ ਪਾਰਟਿਕਲਸ ਨਾਲ ਬਨੇ ਹੋਏ ਨੇ ਹੂੰ ਪਾਰਟਿਕਲਸ ਯਾ ਫੀਲਡਸ ਜੇ ਜਦੋਂ ਤੁਸੀਂ ਉਸ ਉਸ ਇਨੇ ਮਿਨੀਸਕਿਊਲ ਸਕੇਲ ਤੇ ਜਾਂਦੇ ਹੋ ਤੇ ਤੁਸੀਂ ਫਿਰ ਵੇਵ ਤੇ ਪਾਰਟਿਕਲ ਵਿੱਚ ਫਰਕ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਹਰ ਪਾਰਟਿਕਲ ਵੇਵ ਵੀ ਹੈਗਾ ਪਾਰਟਿਕਲ ਵੀ ਹੈਗਾ ਜਿੱਦਾਂ ਆਪਾਂ ਫੋਟੋਨ ਦਾ ਐਗਜ਼ਾਮਪਲ ਲੈਂਦੇ ਆ ਜਿਹੜਾ ਜਿਹੜਾ ਪਾਰਟਿਕਲ ਲਾਈਟ ਉਹ ਲਾਈਟ ਨੂੰ ਬਣਾਉਂਦਾ ਹੈ ਵੀ ਇਹ ਨਾਰਮਲੀ ਤਾਂ ਸਾਨੂੰ ਵੇਵ ਜਿੱਦਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨਜ਼ਰ ਆਉਂਦੇ ਨੇ ਪਰ ਇੱਕ ਇਹ ਇੱਕ ਪਾਰਟੀਕਲ ਵੀ ਹੈਗਾ ਇਹਨ ਦਾ ਇਹਦੀ ਪਾਰਟੀਕਲ ਵਰਗੀ ਪ੍ਰੋਪਰਟੀਜ਼ ਹੈਗੀਆਂ ਨੇ ਹੂੰ ਤੇ ਫਿਰ ਹੁਣ ਇਸ ਰਿਸਰਚ 'ਚ ਇੱਕ ਗੈਪ ਨਜ਼ਰ ਆਇਆ ਵੀ ਜਿਹੜੀ ਸਾਡੀ ਜਿਹੜਾ ਸਾਡਾ ਸਟੈਂਡਰਡ ਮਾਡਲ ਹੈ ਕੁਆਂਟਮ ਮੈਕੈਨਿਕਸ ਦਾ ਸਟੈਂਡਰਡ ਮਾਡਲ ਸਭ ਤੋਂ ਅੱਜਕੱਲ ਜਨਰਲ ਮਾਡਲ ਜਿਹੜਾ ਚੱਲ ਰਿਹਾ ਹੈ ਜਿਹੜਾ ਫਰੇਮਵਰਕ ਦਿੰਦਾ ਹੈ ਸਾਰੇ ਰਿਸਰਚ ਲਈ ਅਮ ਉਹਦਾ ਨਾਮ ਹੀ ਸਟੈਂਡਰਡ ਮਾਡਲ ਹੈ ਅਮ ਇਹਦੇ ਵਿੱਚ ਇੱਕ ਗੈਪ ਮਿਲਿਆ ਵੀ ਅਮ ਪੁਆਇੰਟ ਏ ਸੀ ਵੀ ਜਿਨ ਇਸ ਥਿਓਰੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਿੱਟ ਹੋ ਰਹੀਆਂ ਨੇ ਬਹੁਤ ਸਾਰੀਆਂ ਆਬਜ਼ਰਵੇਸ਼ਨਸ ਫਿੱਟ ਹੋ ਰਹੀਆਂ ਨੇ ਜਿਹੜੀ ਲੈਬਸ 'ਚ ਦੇਖਿਆ ਗਿਆ ਪਰ ਇਹ ਫਿੱਟ ਨਹੀਂ ਹੋ ਰਿਹਾ ਵੀ ਆ ਪਾਰਟਿਕਲਸ ਜਿਹੜੇ ਸਾਰੇ ਪਾਰਟਿਕਲਸ ਨੇ ਉਹਨਾਂ ਨੂੰ ਮਾਸ ਕਿੱਦਾਂ ਮਿਲ ਰਿਹਾ ਹੈ ਹਰ ਪਾਰਟਿਕਲ ਦਾ ਮਾਸ ਹੈਗਾ ਨਾ ਆਮ ਨਿਊਟ੍ਰੋਨ ਦਾ ਕੁਝ ਮਾਸ ਹੈਗਾ ਇਲੈਕਟ੍ਰੋਨ ਦਾ ਕੁਝ ਮਾਸ ਹੈਗਾ ਆਪਾਂ ਪੜ੍ਹਦੇ ਸੀ ਉਹ ਛੋਟੇ-ਛੋਟੇ ਨੰਬਰ 10 ਟੂ ਦੀ ਪਾਵਰ ਮਾਈਨਸ ਵਾਟਐਵਰ 16 ਕਿਲੋਸ ਤੇ ਫਿਰ ਏ ਐਕਸਪਲੇਨ ਨਹੀਂ ਕਰ ਪਾਰੇ ਸੀ ਸਾਇੰਟਿਸਟ ਵੀ ਕਿੱਦਾਂ ਇਹ ਮਾਸ ਕਿੱਥੋਂ ਆ ਰਿਹਾ ਤੇ ਸਰ ਤੇ ਕੁਝ ਥਿਓਰੀਟিক্যাল ਫਿਜ਼ਿਕਸ ਫਿਜ਼ਿਸਿਸਟਸ ਨੇ ਉਹਨਾਂ ਨੇ ਇਹ ਥਿਓਰੀ ਦਿੱਤੀ ਵੀ ਇੱਕ ਇੱਕ ਬੋਜ਼ੋਨ ਹਿਗਜ਼ ਬੋਜ਼ੋਨ ਫੀਲ ਹੈਗਾ ਤੇ ਇੱਕ ਪਾਰਟੀਕਲ ਹੈਗਾ ਇਹ ਮਾਸ ਦੇ ਰਹੇ ਨੇ ਸਾਰੇ ਪਾਰਟੀਕल्स ਨੂੰ फिजिक्स 'ਚ ਨਾਰਮਲੀ ਗੱਲਾਂ ਇਦਾਂ ਹੀ ਸਟਾਰਟ ਹੁੰਦੀਆਂ ਵੀ ਕੁਝ ਥਿਉਰਿਟੀਸ਼ਨਸ ਕੁਝ ਆਪਣੇ ਆਈਡੀਆਜ਼ ਪੁੱਟ ਫੋਰਵਰਡ ਕਰਦੇ ਨੇ ਵੀ ਇਹ ਇਹ ਹੋ ਸਕਦਾ ਪਰ ਜਦੋਂ ਤੱਕ ਉਹਦਾ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਨਹੀਂ ਹੁੰਦਾ ਉਸ ਉਹ ਥਿਉਰੀ ਸਿਰਫ ਥਿਉਰੀ ਰਹਿੰਦੀ ਹੈ ਉਹ ਅਨਕਨਫਰਮਡ ਥਿਉਰੀ ਜਿੱਦਾਂ ਉਹਨੂੰ ਕਹਿੰਦੇ ਡਸਟ੍ਰਿੰਗ ਥਿਉਰੀ ਬੇਸਿਕ ਹਾਂ ਤੇ ਫਿਰ ਸਰਨ 'ਚ ਆਹੀ ਹੋਇਆ 2012 'ਚ स सो आ थियोरी शायद नाइनटीन सैवनटीज़ या नाइनटीन एटीज दी गई सी पर कि चाली और ऑलमोस्ट चालीस साल बाद सरन च एक एक्सपैरमेंट सैटअप किया गया हूँ सरन च हो रहा है तेरा ओरिजिनल जोड़ा क्वेश्चन भी एक बेसिकली एक बहुत ही वीडी ट्यूब है बहुत ही लोंग ट्यूब है इन मैगनेट्स सैटअप ने ਤੇ ਮੈਗਨੇਟਸ ਕੀ ਕਰਦੇ ਨੇ ਵੀ ਇੱਕ ਬੇਸਿਕਲੀ ਇੱਕ ਟ੍ਰੇਨ ਟ੍ਰੇਨ ਦੇ ਲਈ ਟਰੈਕ ਬਣਾਉਂਦੇ ਨੇ ਤੇ ਹੁੰਦਾ ਇਹ ਹੈ ਵੀ ਸਰਚ ਦਾ ਆਬਜੈਕਟਿਵ ਇਹ ਹੈ ਵੀ ਆਪਾਂ ਦੋ ਪਾਰਟੀਕਲ ਕੋਲਾਈਡ ਕਰਨੇ ਨੇ ਤੇ ਇਸ ਕੋਲੀਜਨ ਜਿਹੜੇ ਕੋਲੀਜਨ ਹੋਏਗਾ ਉਹਦੇ ਉਹਦੇ ਜਿਹ ਰਿਜ਼ਲਟਿੰਗ ਜਿਹੜੇ ਪਾਰਟੀਕਲਸ ਨੇ ਰਿਜ਼ਲਟਿੰਗ ਜਿਹੜੀ ਵੇਵ ਵੇਵਸ ਨੇ ਉਹਨਾਂ ਨੂੰ ਆਪਾਂ ਸਟੱਡੀ ਕਰਾਂਗੇ तो आप देखा भी किड़े कि छोटे पार्टिकल्स ने या पार्टी है जो मास प्रोवाइड कर रहा है चीज़ों चीजा आई बेसिकली आता गया आ, दो हजार बारह या तेरह इस साल भी हाँ ट्वेंटी सैवन मैं पढ़ रहा थोड़ी देर पहला भी ट्वेंटी सैवन किलोमीटर लंबी ट्यूब है छोटी hmm. मोटी ट्यूब ने इन्हें च ਪ੍ਰੋਗਰੈਸਿਵਲੀ ਇੱਕ ਫੋਟੋਨ ਤੁਸੀਂ ਪਾਉਂਦੇ ਹੋ ਤੇ ਉਹਨੂੰ ਮੈਗਨੇਟਸ ਦੇ ਨਾਲ ਐਕਸਲਰੇਟ ਕੀਤਾ ਜਾਂਦਾ ਹੈ ਇਨ ਐਕਸਲਰੇਟ ਕੀਤਾ ਜਾਂਦਾ ਹੈ ਵੀ ਦੋ ਲਾਈਟ ਦੇ ਪਾਰਟੀਕਲ ਜਦ ਕੋਲਾਈਡ ਹੋਣ ਤੇ ਉਹ ਡਿਸਇੰਟੀਗ੍ਰੇਟ ਹੋ ਜਾਣ ਹੂੰ ਤੇ ਇਹਦੇ ਲਈ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੈ ਇਹਦੀ ਇਲੈਕਟ੍ਰੀਕਲ ਕੰਜ਼ਮਪਸ਼ਨ ਬਿਯੋਂਡ ਮਾਈ ਇਮੇਜਿਨੇਸ਼ਨ ਮੈਂ ਸਮਝ ਹੀ ਨਹੀਂ ਸਕਿਆ ਕੀ ਨੰਬਰ ਹੂੰ ਤੇ ਜਦ ਉਹ ਕੋਲੀਜਨ ਹੁੰਦਾ ਹੈ ਤੇ ਕੁਆਂਟਮ ਫਿਜ਼ਿਕਸ ਚ ਪ੍ਰੋਬੈਬਿਲਟੀ ਦੀ ਗੱਲ ਹੁੰਦੀ ਹੈ ਵੀ ਕਿਸੇ ਵੀ ਇਵੈਂਟ ਹੋਣ ਦੀ ਕੋਈ ਪ੍ਰੋਬੈਬਿਲਟੀ ਹੈ ਠੀਕ ਹੈ ਬਹੁਤ ਸਾਰੇ ਇਵੈਂਟ ਹੋ ਸਕਦੇ ਨੇ ਕੁਆਂਟਮ ਥਿਉਰੀ ਚ ਤੇ ਹਰ ਇਵੈਂਟ ਦੀ ਇੱਕ ਪ੍ਰੋਬੈਬਿਲਟੀ ਹੁੰਦੀ ਹੈ ਤੇ ਇੱਕ ਬਹੁਤ ਛੋਟੀ ਪ੍ਰੋਬੈਬਿਲਟੀ ਹੁੰਦੀ ਹੈ ਵੀ ਇਹ ਜਿਹੜਾ ਮਾਸ ਜਿਹੜਾ ਪਾਰਟੀਕਲ ਪ੍ਰੋਵਾਈਡ ਕਰ ਰਿਹਾ ਹੈ ਇਹ ਸਾਨੂੰ ਦਿਖੇਗਾ ਇਹ ਹੂੰ ਸੋ ਡਾਇਰੈਕਟਲੀ ਥਿਸ ਦਾ ਉਹ ਉਹਦੇ ਉਹਦੇ ਸਾਈਨ ਦਿਖਣਗੇ ਉਹਦੇ ਹੋਣ ਦੇ ਸਾਈਨ ਕੈਰੈਕਟਰ ਲਿਖਣਗੇ ਉਹਦੇ ਹਾਂ ਤੇ ਤੇ ਫਿਰ ਆਹੀ ਹੋਇਆ 2012 ਚ ਇਹ ਕਨਫਰਮ ਹੋਇਆ ਵੀ ਅਮ ਇਹ ਇਦਾਂ ਦੇ ਸਾਨੂੰ ਸਾਈਨ ਦਿਖੇ ਨੇ ਵੀ ਇਹ ਪਾਰਟੀਕਲ ਇੱਥੇ ਪ੍ਰੈਸੈਂਟ ਸੀਗਾ ਜਿਹੜਾ ਹਰ ਚੀਜ਼ ਨੂੰ ਮਾਸ ਦੇ ਰਿਹਾ ਫੇ ਹਾਂ ਤੇ ਇਹ ਬੜਾ ਬਹੁਤ ਵੱਡਾ ਅਚੀਵਮੈਂਟ ਸੀਗਾ ਇਹ ਹੂੰ ਤੇ ਇਹ ਰੈਗੂਲਰ ਬੇਸਿਸ ਤੇ ਫਿਰ ਉਹੀ ਚੀਜ਼ ਹੁੰਦੀ ਪਈ ਹੈ ਕੋਲੀਜਨ ਹੀ ਹੁੰਦਾ ਪਿਆ وار وار ماکریو کری پارٹیکلز ਨੂੰ ਲੈ ਕੇ ہاں ਕਿਉਂਕਿ ਕਿਉਂਕਿ ਹੱਲੇ ਵੀ ਕਾਫੀ ਗੈਪਸ ਨੇ ਵੀ ਹਰ ਤਰ੍ਹਾਂ ਦੇ ਕੈਰੈਕਟ੍ਰਿਸਟਿਕਸ ਆਪਾਂ ਨਹੀਂ एक्सप्लेन ਕਰ ਪਾ ਰਹੇ ਫਿਜ਼ਿਸਿਸਟਸ ਨਹੀਂ एक्सप्लेन ਕਰ ਪਾ ਰਹੇ ਵੀ ਇਹ ਕਿਉਂ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਤੇ ਇਹ ਸਾਰੀ ਥਿਉਰੀਜ਼ ਫਿਰ ਉਹ ਥਿਉਰੀਜ਼ ਦਿੰਦੇ ਨੇ ਫਿਰ ਉਹਨਾਂ ਨੂੰ ਐ ਐਕਸਪਲੇਨ ਕਰਨ ਲਈ ਫਿਰ ਜ਼ਿਆਦਾ ਤੋਂ ਜ਼ਿਆਦਾ ਐਕਸਪੈਰੀਮੈਂਟ ਹੁੰਦੇ ਨੇ ਹਮ ਤੇ ਮੈਂ ਕਿਤੇ ਸੁਣਿਆ ਸੀ ਕਿ ਸ਼ਾਇਦ ਹੁਣ ਵੱਡਾ ਇੱਕ ਹੋਰ ਸਨ ਵਰਗਾ ਇੱਕ ਤਗੜਾ ਲੈਬ ਬਣੇਗਾ ਉਹ ਤੋਂ ਵੀ ਤਗੜਾ 27 ਕਿਲੋਮੀਟਰਸ ਦਾ ਹੋਣਾ ਤੇ ਹੁਣ ਪ੍ਰੋਬਬਲੀ ਉਹ ਤੋਂ ਟ੍ਰਿਪਲ ਜਾਂ ਕੁਆਡਰੂਪਲ ਬਣਨ ਵਾਲੀ ਹੈ ਇਹ ਸੱਚ ਹੈ ਜਾਂ ਅਜੇ ਸਪੈਕੂਲੇਸ਼ਨਸ ਹੀ ਨੇ ਨਹੀਂ ਮੈਨੂੰ ਇਹ ਵੀ ਇਹ ਵੀ ਇਨ ਕਵਰ ਹੈਗੀ ਨਹੀਂ ਮੇਰੇ ਖਿਆਲ ਨਾਲ ਇੱਕ ਇਹਦੀ ਇੱਕ ਹੋਰ ਐਪਲੀਕੇਸ਼ਨ ਹੈ ਜਿ ਉਹ ਨਿਊਕਲੀਅਰ ਫਿਊਜ਼ਨ ਕਿਉਂਕਿ न्यूकलीयर फ्यूजन जे न्यूक्लीयर प्लां है न्यूकलीयर फ्यूजन देने पर जोसट है इसलिए बहुत सारे कंट्रीज जिद जर्मनी न्यूक्लीयर पावर प्लांट अलाव नहीं करते इंडिया भी बहुत ज्यादा नहीं है आ, पर न्यूक्लियर फ्यूजन जग मीनस की पार्टीकलू तोड़ आ, फ्यूजन च नहीं मैं उल्टा बोलिया शायद फ्यूजन चीज़ ਇਹ ਆ ਇਹ ਇਸ ਤਰ੍ਹਾਂ ਦੇ ਨਿਊਕਲੀਅਰ ਪਾਵਰ ਪਲਾਂਟਸ ਅੱਜਕੱਲ ਕੰਮ ਕਰ ਰਹੇ ਨੇ ਪਰ ਨਿਊਕਲ ਪਰ ਜੇ ਤੁਸੀਂ ਪਾਰਟਿਕਲਸ ਨੂੰ ਫਿਊਜ਼ ਕਰੋ ਆਪਸ ਵਿੱਚ ਜੋੜ ਦਿਵੋ ਉਹਨੂੰ ਨਿਊਕਲੀਅਰ ਫਿਊਜ਼ਨ ਕਹਿੰਦੇ ਨੇ ਤੇ ਇਸ ਇਸ ਤਰ੍ਹਾਂ ਦੀ ਟੈਕਨੋਲੋਜੀ ਸਾਡੇ ਕੋਲ ਨਹੀਂ ਹੈਗੀ ਕਿਉਂਕਿ ਇਹ ਪਾਰਟਿਕਲਸ ਨੂੰ ਜੋੜਨ ਲਈ ਤੁਹਾਨੂੰ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੈ ਇਨੀਸ਼ੀਅਲ એનર્ਜੀ ਹਮ ਤੇ ਏ ਵੀ ਸਿਮਿਲਰ ਟਾਈਪ ਦੇ ਪਲਾਂਟ ਯਰ ਲੈब्स ਚਾਹੀਦੀਆਂ ਨੇ ਇਹਦੇ ਲਈ ਵੀ ਵੀ ਤੁਸੀਂ ਬਹੁਤ ਜ਼ਿਆਦਾ એનર્ਜੀ ਨਾਲ ਪਾਰਟਿਕਲਸ ਨੂੰ ਕੋਲਾਈਡ ਕਰਾਓ ਔਰ ਤਾਂ ਕਿ ਉਹ ਫਿਊਜ਼ ਹੋ ਜਾਣ ਹਮ ਤੇ ਇਸ ਤਰ੍ਹਾਂ ਦੀ ਖਬਰਾਂ ਮੈਂ ਸੁਣਦਾ ਰਹਿੰਦਾ ਵੀ ਯੂ ਐਸ ਏ ਚ ਕੋਈ ਵੱਡੀ ਲੈਬ ਹੈਗੀ ਹੈ ਉਹਨਾਂ ਨੇ ਉਹਨਾਂ ਨੇ ਇਹਦਾ ਫਿਊਜ਼ਨ ਪੋਸੀਬਲ ਕੀਤਾ ਪਰ ਇਸ ਟਾਈਮ ਤੇ ਪ੍ਰੋਬਲਮ ਇਹ ਹੈਗੀ ਵੀ ਜਿੰਨੀ એનર્ਜੀ ਤੁਸੀਂ ਫਿਊਜ਼ਨ ਕਰੰਟ ਚ ਲਾਈ ਸੀ ਫਿਊਜ਼ਨ ਹੋਣ ਦੇ ਬਾਅਦ ਉਨੀ એનર્ਜੀ ਰਿਲੀਜ਼ ਨਹੀਂ ਹੋਈ ਮੀਨਸ ਕਿ ਸਾਨੂੰ ਆਪਣਾ ਸਿਸਟਮ ਥੋੜਾ ਔਰ ਐਫੀਸ਼ੀਐਂਟ ਕਰਨਾ ਹੈ ਵੀ ਆਪਾਂ ਇਨਪੁਟ એનર્ਜੀ ਕਮ ਪ੍ਰੋਵਾਈਡ ਕਰਾਈਏ ਤੇ ਜਿਹੜੀ ਆਉਟਪੁਟ એનર્ਜੀ ਹੋਵੇ ਤੇ ਇਸੇਮਿਲਰ ਟੈਕਨੋਲੋਜੀਜ਼ ਨੇ ਮੈਗਨੇਟਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਪਾਰਟੀਕਲ ਕੈਨਨਸ ਦੇ ਨਾਲ ਤੁਸੀਂ ਅਮ ਪਾਰਟੀਕਲਸ ਨੂੰ ਐਕਸਲਰੇਟ ਕਰੋ ਤੇ ਉਹਨਾਂ ਨੂੰ ਕੋਲਾਈਡ ਕਰਾਓ ਹੂੰ ਤੇ ਨਾ ਸਰਨ ਦੇ ਵਿੱਚ ਸੌਰੀ ਸਰਨ ਦੇ ਵਿੱਚ ਹੀ ਮੈਂ ਕਾਫੀ ਸਾਇੰਟਿਸਟ ਨੂੰ ਮੈਂ ਕਹਿ ਲਈ ਕਿ ਸੁਣਦਾ ਪਿਆ ਸੀ ਤੇ ਕਹਿੰਦੇ ਕਿ ਸ਼ਾਇਦ ਆਪਾਂ ਪਾਰਟੀਕਲ ਕ੍ਰੀਏਟ ਵੀ ਕਰੰਦੇ ਆ ਆਊਟ ਆਫ ਨਾਥਿੰਗ ਦੈਟਸ ਵਨ ਥਿੰਗ ਐਂਡ ਕਿ ਕੁਝ ਲੋਕੀ ਕਹਿੰਦੇ ਨੇ ਕਿ देयर इज ए ਡਰ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਦਾ ਵਾਰਮ ਹੋਲ ਕ੍ਰੀਏਟ ਕਰ ਲਵਾਂਗੇ and by hmm. mistake and then the energy would be so much ki maybe earth oh de andar hi collapse ho jave ki idda da koi na koi dar hai utthe wormhole create karan da fir again idda di idda de wormhole create karan li kinni energy chahidi hai te sade kole energy inni hai gi hai ki nahi hai gi e basic question mai ਇਥੇ ਪੁੱਛਾ ਵੀ ਕਿਉਂਕਿ ਇਸ ਚੀਜ਼ ਇਸ ਚੀਜ਼ ਨੂੰ ਤੁਸੀਂ ਐਸਟੀਮੇਟ ਕਰ ਸਕਦੇ ਹੋ ਵੀ ਇੱਕ ਵਰਮਹੋਲ ਕ੍ਰੀਏਟ ਕਰਨ ਲਈ ਕਿੰਨੀ એનર્ਜੀ ਚਾਹੀਦੀ ਹੈ ਪਰ ઓਏ ਅਗੇਨ ਅਰਥ ਦਾ ਸਕੇਲ ਇੰਨਾ ਛੋਟਾ ਹੈ ਫੇ ਆਪਾਂ ਜਿਹੜੀ ਗੱਲਾਂ ਕਰ ਸਕਦੇ ਆਪਾਂ ਉਹ ਕਿਸੇ ਤਰੀਕੇ ਦੀ ਸਿਮੂਲੇਸ਼ਨ ਨਹੀਂ ਆਪਾਂ ਕ੍ਰੀਏਟ ਕਰ ਸਕਦੇ ਸਨ ਦੇ ਅੰਦਰ ਛੋਟੇ ਤੋਂ ਛੋਟੇ ਲੈਵਲ ਤੇ ਇਹ ਜਿਹੜੇ ਸਰਨ ਟਾਈਪ ਦੇ ਲੈਬ ਨੇ ਇਹ ਸਭ ਤੋਂ ਛੋਟਾ ਲੈਵਲ ਹੈ ਜਿੰਦੇ ਉੱਤੇ ਇਹ ਚੀਜ਼ ਪੋਸੀਬਲ ਹੈ ਮੀਨਸ ਕਿ ਇਹ ਤੋਂ ਛੋਟਾ ਲੈਵਲ ਪੋਸੀਬਲ ਨਹੀਂ ਹੈ ਇੰਨੀ એનર્ਜੀ ਮਿਨੀਮ ਤੁਹਾਨੂੰ ਚਾਹੀਦੀ ਹੈ ਵੀ ਦੋ ਪਾਰਟੀਕਲ ਕੋਲਾਈਡ ਕਰਨ ਦੋ ਲਾਈਟ ਪਾਰਟੀਕਲ ਕੋਲਾਈਡ ਕਰਨ ਤੇ ਜਿਹੜਾ ਫੀਨੋਮੈਨਾ ਸਾਨੂੰ ਦੇਖਣਾ ਹੈ ਉਹ ਦਿ세 ਲਾਈਕ ਜਸ ਜਸ ਫੋਰ ਟੂ ਪਾਰਟੀਕਲਸ ਯੂ ਨੀਡ 27 ਕਿਲੋਮੀਟਰਸ हाँ. just what to बोल यार या अलावा थिंकिंग लाइक ओ माय गॉड इट मस्ट बी मैसिव मैन के वर्म होल क्रिएट करने वास्ते कितनी तगड़ी अपा नु चाहिदी होगी लैब हां ए, ए चीज मेनू मैं अप्रिशिएट नहीं कीती सी स्कूल दे टाइम च मैं अप्रिशिएट नहीं कीते बिल्कुल भी पर मैं पीएचडी दे बाद कुछ ए न्यूक्लियर फ्यूजन स्टार्ट स्टार्टअप्स ने कुछ होना च मैं अप्लाई कर रहे हां सी ते फिर मैं देखे वि कि ਕਿਸ ਲੈਵਲ ਦੀ એનર્ਜੀ ਚਾਹੀਦੀ ਹੈ ਦੋ ਹਾਈਡਰੋਜਨ ਹਾਈਡਰੋਜਨ ਹੈ ਨਾ ਸਭ ਸਭ ਤੋਂ স্মੋਲੇਸਟ ਐਲੀਮੈਂਟ ਉਹਨਾਂ ਨੂੰ ਵੀ ਫਿਊਜ਼ ਕਰਨ ਲਈ ਇੰਨੀ ਜ਼ਿਆਦਾ એનર્ਜੀ ਚਾਹੀਦੀ ਹੈ ਨਾ ਵੀ ਐਕਸਿਟੀ ਦੀ એનર્ਜੀ ਚਾਹੀਦੀ ਹੈ ਤੁਹਾਨੂੰ ਬ੍ਰੋ ਤੂੰ ਸਕੂਲ ਦੇ ਲੈਵਲ ਦੀ ਕਰਨ ਕਰਨ ਦੇ ਮੈਨੂੰ ਹੁਣ ਪੋਡਕਾਸਟ ਦੇ ਵਿੱਚ ਰੀਅਲਾਈਜ਼ ਹੁੰਦਾ ਪਿਆ ਜਿਦੋਂ ਕਹਿਆ ਨਾ ਕਿ ਬਹੁਤ ਤਗੜਾ ਲੈਵਲ ਹੈ ਤੇ 27 ਕਿਲੋਮੀਟਰ ਦੀ ਲੈਬ ਤੁਹਾਨੂੰ ਚਾਹੀਦੀ ਹੈ

ਜਦੋਂ ਤੁਸੀਂ ਐਟੋਮਿਕ ਤੋਂ ਸਬ ਇਹ ਪਾਰਟੀਕਲ ਲੈਵਲ ਤੇ ਜਾਂਦੇ ਹੋ ਨਾ ਇਹ એનર્ਜੀ ਰਿਕੁਆਇਰਮੈਂਟਸ ਇਨੀ ਜ਼ਿਆਦਾ ਹੈ ਦੀ ਇਹਦਾ ਗੈਪ ਹੈ ਕੀ ਆਪਾਂ ਇਮੇਜਿਨ ਨਹੀਂ ਕਰ ਸਕਦੇ ਹੂੰ ਸਹੀ ਹੈ ਸਹੀ ਹੈ ਨਾ ਰਿਸਪੈਕਟ ਫੋਰ ਅਦਰ ਫੋਰ ਮੈਨ ਹੀ ਵਾਸ ਅ ਮੈਨ ਹੀ ਵਾਸ ਅ ਮੈਨ ਹੀ ਵਾਸ ਅ ਮੈਨ ওকে ਚਲ ਮੈਂ ਨਾ ਲਾਸਟ ਟਾਪਿਕ ਤੇ ਹਮਾਂ ਬੜਾ ਐਕਸਾਈਟਡ ਸੀ ਇਹ ਪੁੱਛਣ ਵਾਸ ਤੇਨੂੰ ਕਿ ਨਾ ਸ਼ੁਰੂ ਸ਼ੁਰੂ ਜਦੋਂ ਮੈਂ ਸ਼ੋਰਿੰਗਰਜ਼ ਕੈਟ ਬਾਰੇ ਸੁਣਿਆ ਕਿ ਉਹਨੇ ਇੱਕ ਪੀਸੀਸੀ ਜਾਂ ਜੋ ਵੀ ਸੀ ਥਿਊਰੀ ਸੀ ਕਿ ਇੱਕ ਡੱਬਾ ਹੈ ਹ ਉਹਦੇ ਵਿੱਚ ਕੈਟ ਕੈਟ ਹੈ ਵੀ ਤੇ ਕੈਟ ਨਹੀਂ ਵੀ ਹੈ ਪਰ ਤੁਹਾਨੂੰ ਪਤਾ ਉਦੋਂ ਲੱਗਣਾ ਜਦੋਂ ਤੁਸੀਂ ਢੱਕਣ ਖੋਲ੍ਹਿਆ ਕੈਟ ਹੈ ਵੀ ਤੇ ਕੈਟ ਨਹੀਂ ਵੀ ਮੈਂ ਆਈ ਸਵੇ ਟੂ ਫਕਿੰਗ ਗਾਡ ਮੈਂ ਇਹ ਚੀਜ਼ ਦੇ ਨਾਲ ਨਾ ਇੰਨਾ ਜ਼ਿਆਦਾ ਬੈਟਲ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਸੀ ਇਹ ਕਹਿਣਾ ਕੀ ਜਾ ਰਿਹਾ ਮੈਂ ਸਾਲਾਂ ਦੇ ਸਾਲ ਕੱਢਦਾ ਕਿ ਇਹਦਾ ਕੀ ਮਤਲਬ ਹੈ ਲਾਈਕ ਕੈਟ ਹੈਗੀ ਵੀ ਹੈ ਐ ਨਹੀਂ ਵੀ ਹੈਗੀ ਟਿਲੀ ਓਪਨ ਦਾ ਢੱਕਣ ਕੁਝ ਦਿਨ ਪਹਿਲਾਂ ਇਹ ਚੀਜ਼ ਮੈਨੂੰ ਕਲਿੱਕ ਹੋਈ ਕੁਝ ਦਿਨ ਪਹਿਲਾਂ ਹੀ ਮੈਂ ਕਿਹਾ ਓ ਮੈਨ ਹੁਣ ਮੈਂ ਸਮਝਿਆ ਵਾ ਇਹਦਾ ਕੀ ਮਤਲਬ ਹੈ ਤੇ ਉਦੋਂ ਮੈਂ ਸਮਝਣ ਦੀ ਆਈ ਥਿੰਕ ਸੁਪਰ ਪੋਜੀਸ਼ਨ ਨੂੰ ਪੜ੍ਹਨ ਲਿਆ ਸੀ ਉਹਨਾਂ ਕਿਤੇ ਨਾ ਕਿਤੇ ਮੈਂ ਉਹਨੂੰ ਕਨੈਕਟ ਕੀਤਾ ਕਿ ਹੁਣ ਕੁਆਂਟਮ ਕੰਪਿਊਟਰ ਵੀ ਬੜੇ ਫੇਮਸ ਹੁੰਦੇ ਵੈਨ ਹੈ ਤੇ ਆਪਣੇ ਨਾਰਮਲ ਕੰਪਿਊਟਰ ਦੇ ਵਿੱਚ ਕੀ ਹੁੰਦਾ ਹੁੰਦਾ ਬਾਈਟਸ ਹੂੰ ਠੀਕ ਹੈ ਕਿ ਏਕ ਵੇ ਜ਼ੀਰੋ ਤੇ ਏਕ ਵੇ 1 ਦੋ ਚੀਜ਼ਾਂ ਆ ਗਈਆਂ ਨਾ ਜ਼ੀਰੋ ਤੇ 1 ਉਹਦੇ ਨਾਲ ਜਿੰਨੇ ਕੰਬੀਨੇਸ਼ਨ ਹੋ ਸਕਦੇ ਨੇ 01 00 11 ਕੰਬੀਨੇਸ਼ਨ ਹੋਗੇ ਫਿਰ ਆ ਗਿਆ ਕੁਆਂਟਮ ਕੰਪਿਊਟਰ ਕੁਆਂਟਮ ਕੰਪਿਊਟਰ ਛੁੰਦੇ ਨੇ ਕਿਊਬਿਟਸ ਹੂੰ ਤੇ ਕਿਊਬਿਟਸ ਜ਼ੀਰੋ ਵੀ ਹੋ ਸਕਦਾ ਤੇ 1 ਵੀ ਹੋ ਸਕਦਾ ਤੇ ਉਹਦਾ ਨਾ ਕੰਬੀਨੇਸ਼ਨ ਜਾਂ ਪ੍ਰੋਬੈਬਿਲਿਟੀ ਬੜੀ ਵੱਧ ਜਾਂਦੀ ਹੈ ਐਕਸਪੈਰੀਮੈਂਟ ਕਰਨ ਦੀ ਤੇ ਉਥੇ ਉਹ ਕੈਟ ਵਾਲਾ ਫਾਰਮੂਲਾ ਸੀ ਕਿ ਉਹ ਡੱਬੇ ਦੇ ਵਿੱਚ ਕੈਟ ਹੈ ਵੀ ਤੇ ਨਹੀਂ ਵੀ ਹੈ ਨਹੀਂ ਵੀ ਹੈ ਤੇ ਤੇਲੀਓਪਨ ਦਾ ਟੱਕਣ ਤੇ ਇੱਥੇ ਸਵੇਡਗਾਰ ਬਹੁਤ ਜਾਣਿਆਂ ਨੂੰ ਸਮਝ ਨਹੀਂ ਆਏਗੀ ਅਹੀ ਕੀ ਗੱਲ ਕਰ ਰਹੇ ਹਾਂ ਬਹੁਤ ਜਾਣਿਆਂ ਨੂੰ ਨਹੀਂ ਸਮਝ ਗੱਲ ਆਏਗੀ ਕੁਝ ਮਹੀਨੇ ਲੱਗਣਗੇ ਮੇ ਵੀ ਕੋਸਾਲ ਲੱਗਣਗੇ ਬਿਫੋਰ ਯੂ ਗੈਟ ਦਿਸ ਤੇ ਉਹ ਆ ਗਈ ਸੁਪਰਪੋਜੀਸ਼ਨ ਹੁਣ ਜਿੱਦਾਂ ਨਾ ਮੈਂ ਹੁਣ ਕਦੀ ਨਾ ਕਦੀ ਮੰਨਣ ਲੱਗ ਪਿਆ ਵਾਂ ਕਿ ਮੇਬੀ ਆਪਾਂ ਇੱਕ ਕੁਆਂਟਮ ਕੰਪਿਊਟਰ ਦੇ ਵਿੱਚ ਹਾਂ ਹੂੰ ਕਿਉਂ ਔਰ ਰੀਜ਼ਨ ਕਿਉਂ ਆ ਕਿ ਕੁਆਂਟਮ ਕੰਪਿਊਟਰ ਦੇ ਵਿੱਚ ਤੁਸੀਂ ਇੱਕ ਆ ਕੁਐਸ਼ਨ ਪੁੱਛਣਾ ਜਾਂ ਪ੍ਰੋਂਪਟ ਦੇਣੀ ਹੈ कि फाइंड मी दिस फाइंड मी दिस एक तुही hmm. दे न, एक न, दी इंस्ट्रक्शन ओ इंस्ट्रक्शन ਨੂੰ ਲੈ ਕੇ ਕੁਆਂਟਮ ਕੰਪਿਊਟਰ ਰਨ ਕਰੇਗਾ ਸਾਰੀਆਂ ਸਿਮੂਲੇਸ਼ਨਸ ਥਰੂ ਕਿਊਬਿਟਸ ਸਾਰੇ ਕੰਬੀਨੇਸ਼ਨਸ ਹੁਣ ਜਦ ਮੈਂ ਆਪਣੀ ਲਾਈਫ ਦੇਖਦਾ ਹਾਂ ਨਾ ਲਾਈਫ ਦੇ ਵਿੱਚ ਮੈਂ ਇਦਾਂ ਹੁੰਦਾ ਕਿ ਹਰੇਕ ਬੰਦੇ ਦਾ ਨਾ ਇੱਕ ਐਂਡ ਗੋਲ ਹੈ ਉਹ ਐਂਡ ਗੋਲ ਦੇ ਅੰਦਰ ਹੀ ਜੋ ਤੁਹਾਡੀ ਫ੍ਰੀ ਵਿਲ ਹੈ ਨਾ ਉਹ ਐਗਜ਼ਿਸਟ ਕਰਦੀ ਹੈ ਉਹ ਤੋਂ ਬਾਹਰ ਨਹੀਂ ਤੇ ਇਹ ਜਨਾ ਵੀ ਮੈਂ ਚੀਜ਼ ਨੂੰ ਸਮਝਦਾ ਵਾਂ ਉਹਨਾਂ ਜ਼ਿਆਦਾ ਉਹ ਕੀ ਹੁੰਦਾ ਨਾ ਉਹ ਆ ਆ ਕਿ ਯਾਰ ਜਦੋਂ ਤੁਸੀਂ ਟੂਏ ਚ ਡੇਗੇ ਪੈਂਦੇ ਹੋ ਕੁਕਸੈਂਡ ਕਿ ਮੋਰ ਆਈ ਟ్రਾਈ ਟੂ ਅੰਡਰਸਟੈਂਡ ਹੂੰ ਮੋਰ ਆ ਗੈਟ ਕੰਪਲੈਕਸ ਲਾਈਕ ਮੇਰਾ ਦਿਮਾਗ ਫੜਦਾ ਰਹਿੰਦਾ ਹੂੰ ਤੇ ਪਹਿਲੀ ਗੱਲ ਤੇ ਤੇਰਾ ਕੀ ਹੈ ਜਿ세 ਫਿਲਾਸੋਫੀਕਲ ਚੀਜ਼ ਕੋਈ ਸਾਇੰਟਿਫਿਕ ਨਹੀਂ ਅਗਰ ਦੋਨੋਂ ਜੋੜ ਸਕਦਾ ਤਾਂ ਥੈਟਸ ਥੈਟਸ ਗੁੱਡ ਕਿ ਤੂੰ ਕੀ ਦੇਖਦਾ ਕਿ ਫਰੀ ਵਿਲ ਤੇ ਸੁਪਰਪੋਜੀਸ਼ਨ ਇਹਨਾਂ ਦੇ ਨਾਲ ਮੈਂ ਹੁਣ ਬਹੁਤ ਜ਼ਿਆਦਾ ਹੌਂ ਲਾ ਪਿਆ ਵਾਂ ਆ ਕਲੈਸ਼ ਹੌਂ ਲਾ ਪਿਆ ਮੇਰੇ ਦਿਮਾਗ ਦੇ ਵਿੱਚ ਕਿ ਕੀ ਫਰੀ ਵਿਲ ਐਗਜ਼ਿਸਟ ਕਰਦੀ ਹੈ ਜਾਂ ਇਹ ਸਿਰਫ ਇੱਕ ਸੁਪਰਪੋਜੀਸ਼ਨ ਹੈ ਕਿ ਦੋਵੇਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਐਟ ਦ ਸੇਮ ਪੁਆਇੰਟ ਪਰ ਤੁਹਾਡੀ ਜਿਹੜੀ ਇੱਕ ਪ੍ਰੌਮਪਟ ਪਿੱਛੇ ਤੁਹਾਨੂੰ ਮਿਲੀ ਹੋਈ ਤੁਹਾਡੀ ਪ੍ਰੌਮਪਟ ਹੋ ਸਕਦੀ ਹੈ ਤੁਹਾਡੀ ਟੇਸਟ ਬਰਡਸ ਕਿ ਅੱਜ ਮੈਂ ਕੀ ਖਾਣਾ ਖਾਣਾ ਹੈ ਤੁਹਾਡੀ ਟੇਸਟ ਬਰਡ ਡਿਕਟੇਟਸ ਡਿਕਟੇਟ ਕਰ ਦਿੰਦੀ ਹੈ ਤੁਹਾਡੇ ਵਾਸਤੇ ਠੀਕ ਹੈ ਤੇ ਹਾਊ ਡੂ ਯੂ ਫੀਲ ਅਬਾਊਟ ਥਿਸ ਜਸਟ ਅ ਜਨਰਲ ਵੇ ਕੁਐਸਚਨ ਤੇ ਮੈਂ ਇਦਾਂ ਸਟਾਰਟ ਕਰਾਂਗਾ ਵੀ ਮੈਂ ਕੋਈ ਐਕਸਪਰਟ ਨਹੀਂ ਹੈਗਾ ਫਿਲਾਸਫੀ ਚ ਜਾਂ ਫਿਰ ਅਮ ਅਮ ਇਹ ਫੰਡਾਮੈਂਟਲ ਫਿਜ਼ਿਕਸ ਚ ਪਰ ਜਿੱਦਾਂ ਮੈਂ ਜਿੱਦਾਂ ਮੈਂ ਇਸ ਚੀਜ਼ ਨੂੰ ਦੇਖਦਾ ਜਿੱਦਾਂ ਮੈਂ ਪੜਿਆ ਵੀ ਹੈ ਆਫਟਰ ਯੂ ਸੈਂਡ ਮੀ ਦਾ ਮੈਸੇਜ ਮੈਂ ਮੈਂ ਥੋੜਾ ਪੜਿਆ ਇਸ ਬਾਰੇ ਜ਼ਿਆਦਾ ਮੈਨੂੰ ਇੱਕ ਕਾਫੀ ਗੈਪ ਨਜ਼ਰ ਆਇਆ ਇਸ ਚੀਜ਼ 'ਚ ਵੀ ਤੁਸੀਂ ਇੱਕ ਫੀਨੋਮੀਨਾ ਹੈ ਜਿਹੜਾ ਕੁਆਂਟਮ ਲੈਵਲ ਤੇ ਚੱਲ ਰਿਹਾ ਹੈ ਸਬ ਐਟੋਮਿਕ ਲੈਵਲ ਤੇ ਇੱਕ ਫੀਨੋਮੀਨਾ ਚੱਲ ਰਿਹਾ ਹੈ ਜਿੰਨੂੰ ਤੁਸੀਂ ਕਹਿ ਰਹੇ ਹੋ ਵੀ ਆਪਾਂ ਇੱਕ ਪਾਰਟੀਕਲ ਨੂੰ ਦੇਖ ਵੀ ਸਕਦੇ ਹਾਂ ਨਹੀਂ ਵੀ ਦੇਖ ਸਕਦੇ ਹਾਂ ਡਿਪੈਂਡਿੰਗ ਔਨ ਆਪਾਂ ਦੇਖਣਾ ਚਾਹੁੰਦੇ ਆ ਜਾਂ ਨਹੀਂ ਆਪਾਂ ਮੈਜ਼ਰ ਕੀਤਾ ਹੈ ਨਹੀਂ ਕੀਤਾ ਹੈ ਇਹ ਸਭ ਕੁਝ ਹੋ ਰਿਹਾ ਹੈ ਸਬ ਐਟੋਮਿਕ ਲੈਵਲ ਤੇ ਠੀਕ ਹੈ ਤੇ ਫਿਰ ਆਪਾਂ ਫਰੀ ਵਿਲ ਦੀ ਗੱਲ ਕਰ ਰਹੇ ਹਾਂ ਫਰੀ ਵਿਲ ਹੋ ਰਹੀ ਹੈ ਮੈਕਰੋ ਲੈਵਲ ਤੇ ਠੀਕ ਹੈ ਮਾਈਕਰੋ ਤੇ ਮੈਕਰੋ ਓਕੇ ਸੋ ਮੈਕਰੋ ਮੀਨਸ ਸਾਡਾ ਜਿਹੜਾ ਹਿਊਮਨ ਲਾਈਫ ਸਕੇਲ ਹੈ ਉੱਤੇ ਹੋ ਰਹੀ ਹੈ ਨਾ ਤੇ ਤੁਸੀਂ ਕਹਿੰਦੇ ਹੋ ਵੀ ਫਰੀ ਵਿਲ ਦੀ ਫੰਡਮੈਂਟਲ ਐਕਸਪਲੇਨੇਸ਼ਨ ਸ਼ਾਇਦ ਇਹ ਹੋ ਸਕਦੀ ਹੈ ਵੀ ਜਿਹੜੀ ਰੈਂਡਮਨੈਸ ਹੈਗੀ ਹੈ ਕੁਆਂਟਮ ਲੈਵਲ ਤੇ ਉਹ ਫਰੀ ਵਿਲ ਨੂੰ ਐ ਐਕਸਪਲੇਨ ਕਰਦੀ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਬਹੁਤ ਸਾਰੀ ਲੇਅਰਸ ਵਿੱਚ ਮਿਸ ਕਰਤੀਆਂ ਨੇ ਜਿਦਾ ਈਵੋਲੂਸ਼ਨ ਜਿਹੜੀ ਸਾਡੀ ਪੂਰੀ ਲਰਨਿੰਗ ਲਰਨਿੰਗ ਹੈ ਯੇ ਫਰੋਮ ਈਵੋਲੂਸ਼ਨ ਟੂ ਦੈਨ आवर ਕਲਚਰ ਕਿ ਸਾਡੇ ਪੇਰੈਂਟ ਨੇ ਸਾਨੂੰ ਕੀ ਸਿਖਾਇਆ ਸਾਡੇ ਗ੍ਰੈਂਡਪੇਰੈਂਟ ਨੇ ਸਾਨੂੰ ਫਿਰ ਸਾਡਾ ਆਪਣਾ ਐਕਸਪੀਰੀਅੰਸ ਇੰਡੀਵਿਜੂਅਲ ਐਕਸਪੀਰੀਅੰਸ ਤੇ ਡੇ ਟੂ ਡੇ ਦੁਨੀਆ 'ਚ ਕੀ ਹੋ ਰਿਹਾ ਸਾਡਾ ਸਾਡਾ এনवायरमेंट ਕਿੱਦਾਂ ਚੇਂਜ ਹੋ ਰਿਹਾ ਆਪਾਂ ਇਹ ਸਾਰੀ ਲੇਅਰਸ ਨੂੰ ਇੱਕ ਇੱਕ ਤਰ੍ਹਾਂ ਨਾਲ ਭੁੱਲ ਗਏ ਤੇ ਆਪਾਂ ਕਿਹਾ ਵੀ ਇਹ ਫੰਡਾਮੈਂਟਲ ਲੈਵਲ ਤੇ ਜੋ ਜਿਹੜੀ ਚੀਜ਼ ਹੋ ਰਹੀ ਹੈ ਉਹ ਸਾਡੀ ਫਰੀ ਵਿਲ ਨੂੰ ਐਕਸਪਲੇਨ ਕਰ ਰਹੀ ਹੈ ਇਹ ਮੰਨਣਾ ਮੇਰੇ ਲਈ ਥੋੜਾ ਮੁਸ਼ਕਿਲ ਹੈ ਓਕੇ ਆਈ ਹੈਵ ਆਰਗੂਮੈਂਟ ਟੂ ਪ੍ਰੈਜ਼েন্ট ਇਦੇ ਅਗੇਂਸ ਠੀਕ ਹੈ ਕਾਉਂਟਰ ਆਰਗੂਮੈਂਟ ਕਦੀ ਆਪਾਂ ਬੜੀਆ ਰੀ ਸੁਣਿਆ ਕਿ ਐਵਰੀ decision you take every decision you actually split a timeline and you create a new timeline eh suneya hoya sarean lagbhag isda ke tusi acha je main hun main podcast nu itthe rok dewa ya nahi roka agar eh vi main decision leya na main universe nu split karta ek navi timeline shuru hogi hun back to quantum computer theek hai ਕਿ ਕੁਆਂਟਮ ਕੰਪਿਊਟਰ ਕੰਪਿਊਟਰ ਨੂੰ ਇੱਕ ਪ੍ਰੌਮਪਟ ਮਿਲ ਗਈ ਹੈ ਉਹਨੇ ਉਹਦੇ ਅੰਦਰ ਪ੍ਰੌਮਪਟ ਦੇ ਅੰਦਰ ਜਿੰਨੇ ਵੀ ਪ੍ਰੋਬੈਬਿਲਿਟੀ ਸੀ ਸਾਰਿਆਂ ਨੂੰ ਚੇਜ਼ ਕਰਨਾ ਸਾਰਿਆਂ ਨੂੰ ਹੂੰ ਸਾਰਿਆਂ ਨੂੰ ਉਹ ਚੇਜ਼ ਕਰੇਗਾ ਤੇ ਉਹੀ ਚੀਜ਼ ਨੂੰ ਜਦੋਂ ਕਿਹਾ ਨਾ ਕਿ ਆਪਾਂ ਸ਼ਾਇਦ ਕਲਚਰ ਨੂੰ ਆਪਣੇ ਈਵੋਲੂਸ਼ਨ ਨੂੰ ਜਾਂ ਆਪਣੇ ਅ ਪੇਰੈਂਟਸ ਨੇ ਜੋ ਵੀ ਆਪਣੇ ਜਿੰਨੇ ਵੀ ਵੇਰੀਏਬਲਸ ਨੇ ਆਪਾਂ ਉਹਨਾਂ ਨੂੰ ਇਗਨੋਰ ਕਰਦੇ ਪਏ ਆਂ I, i don't think so ਮੈਂ ਸੋਚਦਾ ਹਾਂ ਕਿ ਉਹ ਸਾਰੀਆਂ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਪਈਆਂ ਨੇ ਹਾਂ ਤੇ ਉਹ ਚੀਜ਼ ਅ ਐਸਕੇਲੇਟ ਹੁੰਦੀ ਪਈ ਹੈ ਐਕਸਪੋਨੈਂਸ਼ੀਅਲ ਲੈਵਲ ਤੇ I mean means ਕਿ ਹਰੇਕ ਲੈਵਲ ਤੇ ਕਿ ਮੈਂ ਮੈਂ ਕੇਂਦਰ ਵਿਦਿਆਲੇ ਚ ਵੀ ਪੜਿਆ ਫਿਰ ਜਿਹੜੇ ਸਕੂਲ ਚੋਂ ਮੈਂ ਆਇਆ ਉੱਥੇ ਵੀ ਕੰਟੀਨਿਊ ਕੀਤਾ ਉਹ ਵੀ ਇੱਕ ਰਿਐਲਿਟੀ ਚੱਲਣ ਦੀ ਹੈ ਤੇ ਵਰਲਡ ਵਾਰ ਦੇ ਵਿੱਚ ਇੱਕ ਵਰਲਡ ਵਾਰ ਦੇ ਵਿੱਚ ਹਿਟਲਰ ਜਿੱਤ ਗਿਆ ਉਹ ਇੱਕ ਰਿਐਲਿਟੀ ਚੱਲਣ ਦੀ ਹੈ ਤੇ ਆਪਾਂ ਇੱਕ ਰਿਐਲਿਟੀ ਦੇ ਵਿੱਚ ਆ ਮੇਬੀ ਆਪਾਂ ਉਹ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜੀ ਤੂੰ ਕਹਿ ਹੁੰਦਿਆ ਉਹ ਸਾਰੀਆਂ ਚੀਜ਼ਾਂ ਹੋਣਦੀਆਂ ਨੇ ਓਕੇ ਮੈਂ ਸਮਝ ਗਿਆ ਹਾਂ ਹਾਂ ਜੇ ਜੇ ਤੂੰ ਇਸ ਨੂੰ ਇੱਕ ਗ੍ਰੈਂਡ ਸਿਮੂਲੇਸ਼ਨ ਦੇ ਤਰ੍ਹਾਂ ਲੈ ਕੇ ਚੱਲ ਰਿਹਾ ਵੀ ਇੱਕ ਗ੍ਰੈਂਡ ਕੁਆਂਟਮ ਸਿਮੂਲੇਸ਼ਨ ਚੱਲ ਰਹੀ ਹੈ ਹੂੰ ਉਹਦੇ ਵਿੱਚ ਸਭ ਕੁਝ ਹੋ ਰਿਹਾ ਹੈ ਤੇ ਫਿਰ ਤੇ ਤੇਰਾ ਆਰਗੂਮੈਂਟ ਸਹੀ ਹੈ ਅਮ ਪਰ ਕੁਐਸਚਨ ਉਹਨੇ ਇਹ ਹੈਗਾ ਵੀ ਇਹੋ ਜੀ ਕੋਈ ਗ੍ਰੈਂਡ ਸਿਮੂਲੇਸ਼ਨ ਚੱਲ ਰਹੀ ਹੈ ਜਾਂ ਨਹੀਂ ਹਮ ਆਪਾਂ ਉਸ 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 ਚੀਜ਼ ਨੂੰ ਫਿਰ ਡਿਬੇਟ ਕਰਨਾ ਪੈਣਾ ਵੀ ਇਹਦਾ ਕੋਈ ਐਵੀਡੈਂਸ ਹੈਗਾ ਵੀ ਇਦਾਂ ਦੀ ਕੋਈ ਗ੍ਰੈਂਡ ਸਿਮੂਲੇਸ਼ਨ ਚੱਲ ਰਹੀ ਹੈ ਜਾਂ ਕੋਈ ਸਾਈਨ ਹਾਂ ਇਦਾਂ ਦੇ ਕੁਐਸਚਨ ਫਿਰ ਮੈਂ ਫਿਰ ਮੈਂ ਪੁੱਛਾਂਗਾ ਵੀ ਕੁਝ 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 ਸੋਲਿਡ ਦਿਓ ਮੈਨੂੰ ਇਸ ਦਾ ਇੱਕ ਬੁਧੀਆਂ ਐਗਜ਼ਾਮਪਲ ਇਹ ਹੋ ਸਕਦਾ ਵੀ ਜੇ ਕਿਸੇ ਨੇ ਟਾਈਮ ਟਰੈਵਲ ਡਿਸਕਵਰ ਕਰ ਲਿਆ ਹਮ ਹੈਨਾ ਤੇ ਟਾਈਮ ਟਰੈਵਲ ਚ ਤੁਸੀਂ ਫਿਰ ਉਹ ਸਾਰੀ ਪੋਸੀਬਲ ਤੁਸੀਂ ਟਾਈਮ ਚ ਪਿੱਛੇ ਜਾ ਸਕਦੇ ਹੋ ਤੇ ਡਿਸੀਜਨ ਚੇਂਜ ਕਰ ਸਕਦੇ ਹੋ ਫਿਰ ਤੁਸੀਂ ਦੇਖ ਸਕਦੇ ਹੋ ਵੀ ਕੀ ਉਹ ਦੂਜਾ ਥ्रेड ਕੀ ਸੀਗਾ ਉੱਥੇ ਉੱਚ ਕੀ ਹੋਇਆ ਤੇ ਹਾਂ ਟਾਈਮ ਟਰੈਵਲ ਚ ਤੁਸੀਂ ਕਰ ਸਕਦੇ ਹੋ ਯਾ ਆਈ ਥਿੰਕ ਜਦੋਂ ਵੀ ਟਾਈਮ ਟਰੈਵਲ ਨਾ ਇਜਾਦ ਹੋਇਆ ਜਦੋਂ ਮੀ ਆਜਾਤ ਹੋਇਆ ਦਾ ਫਰਸਟ ਰੂਲ ਊਡ ਬੀ ਯੂ ਆਰ ਨੋਟ ਅਲਾਉਡ ਟੂ ਡੂ ਐਨੀ ਚੇਂਜਸ ਇਟਸ ਕਾਲਡ ਲਾਈਕ ਗ੍ਰੈਂਡਫਾਦਰ ਪੈਰਾਡੌਕਸ ਇਟਸ ਕਾਲਡ ਕਿ ਇਫ ਆਈ ਗੋ ਬੈਕ ਐਂਡ ਕਿਲ ਮਾਈ ਗ੍ਰੈਂਡਫਾਦਰ ਮੈਂ ਬੋਨ ਨਹੀਂ ਹੋਵਾਂਗਾ ਅਗਰ ਤੁਸੀਂ ਪਿੱਛੇ ਜਾ ਕੇ ਨਾ ਕਦੀ ਕਦੀ ਜਦੋਂ ਏਲੀਅਨਸ ਦੀ ਗੱਲ ਹੁੰਦੀ ਹੈ ਕੁਝ ਲੋਕੀ ਕਹਿੰਦੇ ਨੇ ਕਿ ਮੇਬੀ ਦੇ ਆਰ ਨੋਟ ਏਲੀਅਨਸ ਦੇ ਆਰ ਜਸਟ ਅਸ ਫਰਮ ਫਰਮ ਫਿਊਚਰ ਹਮ ਕਿ ਯਾਰ ਉਹ ਐਲਨ ਇੰਟਰੈਕਟ ਕਿਉਂ ਨਹੀਂ ਕਰਦੇ ਅਗਰ ਰੇਲੀਅੰਸ ਨੇ ਥੱਲੇ ਕਿਉਂ ਨਹੀਂ ਆਉਂਦੇ ਮੇਬੀ ਦੇ ਵਾਂਟ ਟੂ ਬਟ ਦੇ ਆਰ ਨਾਟ ਅਲੋਡ ਟੂ ਕਿਉਂਕਿ ਅਗਰ ਪਿੱਛੇ ਜਾ ਕੇ ਤੁਸੀਂ ਕੁਰਸੀ ਵੀ ਇਧਰੋਂ ਇਧਰੋਂ ਮੂਵ ਕਰਤੀ ਨਾ ਇਟ ਵਿਲ ਜਸਟ ਫੱਕ ਅਪ ਯੂਰ ਰਿਐਲਿਟੀ ਇਨ ਫਿਊਚਰ ਠੀਕ ਹੈ ਤੇ ਉਥੇ ਉਹ ਚੀਜ਼ ਆ ਜਾਂਦੀ ਹੈ ਕਿ ਯਾਰ ਟਾਈਮ ਟ੍ਰੈਵਲ ਅਗਰ ਮਿਲ ਵੀ ਗਿਆ ਨਾ ਹਾਂ ਵੀ ਕੈਨ ਗੋ ਬੈਕ ਐਂਡ ਜਸਟ ਲਾਈਕ ਮਿਊਜ਼ੀਅਮ ਵੀ ਕੈਨ ਜਸਟ ਵਾਚ ਸਟਫ ਮੈਂ ਪਾਸਿਬਲ ਹੈ ਉਹ ਕਹਿੰਦੇ ਨੇ ਕਿ ਕੀ ਹੈ ਕਿ ਜੂ ਹਾਈਪੋਥੈਸਿਸ ਕਿ ਇਹਨੇ ਕਹਿਆ ਕਿ ਤੁਸੀਂ ਜਦੋਂ ਜੂ ਚ ਜਾਂਦੇ ਹੋ ਤੁਸੀਂ ਇੰਟਰੈਕਟ ਨਹੀਂ ਕਰਦੇ ਤੁਸੀਂ ਸਿਰਫ ਦੇਖਦੇ ਹੋ ਸ਼ੇਰ ਦੇਖ ਲਿਆ ਆਜੀ ਵਧੀਆ 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 ਤੁਸੀਂ ਦੇਖ ਲਿਆ ਬਾਂਦਰ ਦੇਖ ਲਿਆ ਆਜੀ ਵਧੀਆ 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 ਤੇ ਉਦਾਂ ਹੀ ਮੈਂ ਵੀ ਜਦੋਂ ਏਲੀਅਨਸ ਆਂਦੇ ਹੋਣਗੇ ਉਹ ਦੇਖਦੇ ਹੋਣਗੇ ਆਪਣੇ ਦਾੜੀ ਵੀ ਆਇਆ ਕਰਦੀ ਸੀ ਤੇ ਹਾਂ ਆਰ ਨੋ ਮੈਨ ਕਿ ਕਦੀ ਕਦੀ ਮੈਂ ਆਪਣਾ ਦਿਮਾਗ ਲੂਜ਼ ਕਰ ਲੈਂਦਾ ਵਾ ਸੋਚ-ਸੋਚ ਕੇ ਚੀਜ਼ਾਂ ਅ ਬਟ ਯਾ ਇੱਕ ਨਾ ਵਧੀਆ ਕੋਡ ਦੇ ਨਾਲ ਮੈਂ ਐਂਡ ਕਰਾਂਗਾ ਕੋਡ ਤੇ ਨਹੀਂ ਕਿਸੇ ਨੂੰ ਮੈਂ ਸੋਹਂਦਾ ਪਿਆ ਹਾਂ ਕਹਿੰਦਾ ਵੀ ਕਿਸੇ ਚੀਜ਼ ਨੂੰ ਅ ਅਗਰ ਤੁਸੀਂ ਕਹਿੰਦੇ ਸਹੀ ਹੈ ਕੋਈ ਚੀਜ਼ ਸਹੀ ਹੈ ਉਹਦੇ ਵਾਸਤੇ ਤੁਹਾਨੂੰ ਨਾ ਨੌਲੇਜ ਬੜੀ ਹੋਣੀ ਚਾਹੀਦੀ ਹੈ ਕਿਸੇ ਚੀਜ਼ ਨੂੰ ਸਹੀ ਠਹਿਰਾਉਣ ਵਾਸਤੇ ਬਟ ਕਿਸੇ ਚੀਜ਼ ਨੂੰ ਗਲਤ ਠਹਿਰਾਉਣ ਵਾਸਤੇ ਤਾਨੂੰ ਉਸ ਤੋਂ ਵੀ ਜ਼ਿਆਦਾ ਨੌਲੇਜ ਚਾਹੀਦੀ ਹੈ। ਹੈ ਨਾ? ਕਿ ਹਾਂ ਠੀਕ ਹੈ ਇੱਕ ਕਿਤਾਬ ਪੜ੍ਹ ਕੇ ਤੁਸੀਂ ਕਹਿ ਤਿਆ ਲਿਆ ਕਿ ਯਾਰ ਮੈਨੂੰ ਪਤਾ ਹੈ ਕਿ ਚੀਜ਼ਾਂ ਕਿੱਦਾਂ ਕੰਮ ਕਰਦੀਆਂ। ਹੂੰ ਠੀਕ ਹੈ ਪਰ ਕਹਿਣਾ ਕਿ ਇਹ ਚੀਜ਼ ਗਲਤ ਹੈ ਉਹਦੇ ਵਾਸਤੇ ਤੁਹਾਨੂੰ ਜਸ ਐਸਟਰੋਨੋਮਿਕਲ ਨੌਲੇਜ ਚਾਹੀਦੀ ਹੈ। ਤੇ ਹੁਣ ਜਿੰਨੀਆਂ ਵੀ ਮੈਂ ਪੋਸਿਬਿਲਿਟੀਆਂ ਲੋਕੀ ਮੈਨੂੰ ਪੁੱਛਦੇ ਨੇ ਨਾ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਰੱਬ ਐਗਜ਼ਿਸਟ ਨਹੀਂ ਕਰਦਾ। ਆਪੂ ਤਾਂ ਐਗਜ਼ਿਸਟ ਨਹੀਂ ਕਰਦੇ। ਬਟ ਨਾਓ ਜਿੰਨਾ ਜਿੱਦਾਂ ਮੈਂ ਲਾਈਵ ਤੇ ਅੱਗੇ ਵਧਨ ਦਿਆ ਵਾਂ ਜਿੱਦਾਂ ਜਿੱਦਾਂ ਮੈਂ ਲੋਕਾਂ ਨਾਲ ਗੱਲ ਕਰਦਾ ਵਾਂ ਤੇ ਕੋਈ ਕਦੀ ਮੈਨੂੰ ਕੁਐਸਚਨ ਬੜੇ ਵੀਅਰ ਆਉਂਦੇ ਨੇ ਵਾਟ ਡੂ ਯੂ ਥਿੰਕ ਦਿਸ ਐਗਜ਼ਿਸਟਸ ਆਈ ਡੋਨਟ ਨੋ ਮੈਨ ਆਈ ਡੋਨਟ ਨੋ ਹੱਥ ਖੜੇ ਨੇ ਪਤਾ ਨਹੀਂ ਹੱਥ ਖੜੇ ਨੇ ਜਿੰਨਾ ਮੈਂ ਦੁਨੀਆ ਜਾਣਨ ਦਿਆ ਨਾ ਹੱਥ ਮੇਰੇ ਖੜੇ ਹੋਈ ਜਾ ਰਹੇ ਨੇ ਕਿ ਆਪਣਾ ਦਿਮਾਗ ਇਸ ਸੋ ਸਮਾਲ ਮੈਨ ਸੋ ਬਲਰੀ ਸਮਾਲ ਕਿ ਆਪਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਦਿਸ ਇਜ਼ ਰਿਐਲਿਟੀ অর ਨਾਟ ਯੂ نو ਹੁਣ ਹੁਣ ਇਦਾਂ ਲੱਗ ਰਿਹਾ ਵੀ ਜਿੱਦਾਂ ਜਿੱਦਾਂ ਆਪਾਂ ਅੱਗੇ ਵਧ ਰਹੇ ਨੇ ਵੀ ਪੋਸਿਬਿਲਿਟੀਆਂ ਨੂੰ ਐਂਟਰਟੇਨ ਕਰੋ ਯਾ ਸਾਰੀ ਪੋਸਿਬਿਲਿਟੀਆਂ ਐਂਟਰਟੇਨ ਕਰੋ ਹਾਂ ਸਹੀ 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 ਹਾਂ ਮੈਨੂੰ ਮੈਨੂੰ ਮੇਰੇ ਨਾਲ ਰੈਜ਼ੋਨੇਟ ਕਰ ਰਿਹਾ ਕਰ ਰਿਹਾ ਨਹੀਂ ਸਹੀ ਥੈਂਕ ਯੂ ਵਿਸ਼ਾਲ ਤੇ ਆਪਣੀ ਗੱਲਬਾਤ ਨਾ ਖਾਸ ਕਰ ਮੇਰੇ ਵਾਸਤੇ ਬੜੀ ਖਾਸ ਗੱਲ ਹੁੰਦੀ ਹੈ ਕਿਸੇ ਨਾਲ ਮੈਂ ਆਪਣੀਆਂ ਥਿਉਰੀਜ਼ ਜਾਂ ਕਿਸੇ ਨਾਲ ਮੈਂ ਇਹ ਚੀਜ਼ਾਂ ਗੱਲਬਾਤ ਕਰ ਸਕਦਾ ਤੇ ਸਾਹਮਣੇ ਵਾਲਾ ਮੈਨੂੰ ਪਾਗਲ ਨਹੀਂ ਕਹੇਗਾ। ਕਿ ਤੇ ਇਹ ਵਾਰ ਦਾ ਬੜਾ ਇੰਜੋਏ ਕਰਾ ਆਪਣੇ ਵਾਸਤੇ ਜਦੋਂ ਵੀ ਆਪਣਾ ਪੋਡਕਾਸਟ ਹੁੰਦਾ ਐਟ ਲੀਸਟ ਮੈਂ ਥੋੜੀ ਤਿਆਰੀ ਕਰਕੇ ਆਉਂਦਾ ਵਾਂ ਥੋੜਾ ਪੜ੍ਹ ਕੇ ਆਉਂਦਾ ਵਾਂ ਤੇ ਉਹ ਮੇਰੇ ਵਾਸਤੇ ਬੈਨੀਫੀਸ਼ੀਅਲ ਹੈ। ਕਿ ਮੇਰੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਤੇ ਫਿਰ ਤੋਂ ਅਗੇਨ ਥੈਂਕ ਯੂ ਟਾਈਮ ਕੱਢਣ ਵਾਸਤੇ ਤੇ ਅਗੇਨ ਆਪਾਂ ਕੁਝ ਟੌਪਿਕ ਚੂਜ਼ ਕੀਤੇ ਸੀ ਪਰ ਆਪਣਾ ਫ੍ਰੀ ਫਲੋ ਜਿਆਦਾ ਵਧੀਆ ਜਾਂਦਾ। ਤੇ ਅਗੇਨ ਆ ਫਿਊਚਰ ਦੇ ਵਿੱਚ ਮੈਂ ਚਾਹਾਂਗਾ ਆਪਾਂ ਇਹ ਕਰਦੇ ਰਹੀਏ ਆਈ ਆ ਹੋਪ ਦਿਸ ਡਸ ਨੋਟ ਸਟਾਪ ਤੇ ਹਰ ਵਾਰੀ ਕੋਈ ਨਾ ਕੋਈ ਖਾਸ ਟੌਪਿਕ ਆਪਾਂ ਚੁਣੀਏ ਤੇ ਲੋਕੀ ਇਹਨਾਂ ਨੂੰ ਸੁਣਨ ਪੰਜਾਬੀ ਦੇ ਵਿੱਚ ਕਿਉਂਕਿ ਪੰਜਾਬੀ ਦੇ ਵਿੱਚ ਚੀਜ਼ਾਂ ਪੜੀਆਂ ਘੱਟ ਨੇ ਲੋਕੀ ਸੁਣਨ ਤੇ ਇਨਫਾਰਮਡ ਹੋਣ ਮੈਂ ਫਿਰ ਤੋਂ ਥੈਂਕ ਯੂ ਕਹਿੰਦਾ ਥੈਂਕ ਯੂ ਸ਼ਾਹ आई थैंक थैंक यू तेरा रिवਨ क्योंकि क्योंकि ए मेनू भी मौका देंदा भी मैं कुछ पढ़ा इनਾਂ ਚੀਜ਼ਾਂ ਬਾਰੇ ਕਿਉਂਕਿ ਕੰਮ ਤੋਂ ਬਾਹਰ ਜਾ ਕੇ ਕੁਝ ਇਦਾਂ ਦੀਆਂ ਚੀਜ਼ਾਂ ਪੜਨਾ ਇਹਦੇ ਲਈ ਕੋਈ ਸਪੈਸ਼ਲ ਮੋਟੀਵੇਸ਼ਨ ਚਾਹੀਦੀ ਹੈ ਉਹ ਫਿਰ ਤੂੰ ਮੈਨੂੰ ਦਿੱਤੀ ਐਜ਼ ਐਨ ਓਪਰਚੁਨਿਟੀ ਬਹੁਤ ਧੰਨਵਾਦ ਆਪਾਂ ਹੋਰ ਗੱਲ ਕਰਾਂਗੇ ਯਾ ਚਲੋ ਜੀ ਏ ਸੀ ਆ ਦਾ ਐਪੀਸੋਡ ਤੇ ਹੁਣ ਆਪਾਂ ਕਰਦੇ ਰਹਿਾਂਗੇ ਇਦਾਂ ਦੀਆਂ ਗੱਲਾਂ ਅਗਲੇ ਐਪੀਸੋਡਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਕਾ ਬਲੀ